ਸਤਸੰਗ ਦੇ ਇਹ ਬਚਨ ਈਸ਼ਵਰ ਪੁਰੀ ਜੀ ਦੁਆਰਾ ਫਰਮਾਏ ਗਏ ਅੰਗਰੇਜ਼ੀ ਸਤਸੰਗ ਦਾ ਪੰਜਾਬੀ ਅਨੁਵਾਦ ਹੈ। ਸਤਸੰਗ ਦੇ ਬਚਨ ਤਿਉਹਾਰ ਜਾਂ ਛੁੱਟੀਆਂ ਦਾ ਆਨੰਦ ਮਾਣਨਾ ਬਹੁਤ ਵਧੀਆ ਗੱਲ ਹੈ। ਸੰਤ ਅਤੇ ਮਹਾਤਮਾ ਜਨ ਦਿਨ ਰਾਤ ਤਿਉਹਾਰ ਮਨਾਉਂਦੇ ਹਨ। ਜਿਸਨੂੰ ਅਸੀਂ ਸੁਣਦੇ ਹਾਂ ਉਹ ਸੱਚਖੰਡ ਆਪਣੇ ਸੱਚੇ ਘਰ ਜਾ ਕੇ ਤਿਉਹਾਰ ਮਨਾਉਂਦੇ ਹਨ। ਉਹ ਕਿਸੇ ਖਾਸ ਦਿਨ ਦੇ ਆਉਣ ਦਾ ਇੰਤਜ਼ਾਰ ਨਹੀਂ ਕਰਦੇ। ਹਰ ਰਾਤ ਲੋਕਾਂ ਦੇ ਸੌਣ ਤੋਂ ਬਾਅਦ ਉਹ ਆਪਣੇ ਸੱਚੇ ਘਰ ਵਿੱਚ ਜਾ ਕੇ ਤਿਉਹਾਰ ਮਨਾਉਂਦੇ ਹਨ। ਸਵਾਮੀ ਜੀ ਵਰਗੇ ਮਹਾਤਮਾ ਜਨ ਦਾ ਕਹਿਣਾ ਹੈ ਕਿ ਦੀਵਾਲੀ ਰੋਸ਼ਨੀ ਦਾ ਤਿਉਹਾਰ ਜੋ ਭਾਰਤ ਵਿੱਚ ਮਨਾਇਆ ਜਾਂਦਾ ਹੈ ਇਸ ਸਾਲ ਵਿੱਚ ਕੇਵਲ ਇੱਕ ਵਾਰ ਆਉਂਦਾ ਹੈ, ਪਰ ਸੰਤਾਂ ਦੀ ਦੀਵਾਲੀ ਜਾਂ ਰੋਸ਼ਨੀ ਦਾ ਤਿਉਹਾਰ ਸੱਚਖੰਡ ਵਿੱਚ ਹਰ ਰਾਤ ਮਨਾਇਆ ਜਾਂਦਾ ਹੈ। ਸਾਡੇ ਇਹ ਤਿਉਹਾਰ ਇੱਥੇ ਕੁਝ ਦਿਨ ਤੱਕ ਹੀ ਸੀਮਤ ਹਨ, ਪਰ ਸੰਤ ਜਨ ਦੱਸਦੇ ਹਨ ਕਿ ਜੇ ਤੁਸੀਂ ਸੱਚੇ ਤਿਉਹਾਰ ਦਾ ਆਨੰਦ ਲੈਣਾ ਚਾਹੁੰਦੇ ਹਾਂ ਤਾਂ ਉਸ ਨੂੰ ਹਰ ਰੋਜ਼ ਆਪਣੇ ਅੰਦਰ ਹੀ ਮਨਾਇਆ ਜਾ ਸਕਦਾ ਹੈ, ਕਿਉਂਕਿ ਸਾਡਾ ਸੱਚਾ ਘਰ, ਸਾਡਾ ਅਸਲ ਸਥਾਨ ਜਿੱਥੇ ਦੇ ਅਸੀਂ ਹਾਂ, ਜਿੱਥੇ ਦੇ ਸਾਡੀ ਚੇਤਨਾ ਹੈ, ਉਹ ਸਾਡੇ ਅੰਦਰ ਹੀ ਹੈ, ਕਿਤੇ ਬਾਹਰ ਨਹੀਂ। ਜੋ ਵੀ ਅਸੀਂ ਬਾਹਰ ਦੇਖਦੇ ਹਾਂ ਉਹ ਸਾਡੀ ਚੇਤਨਾ ਦੁਆਰਾ ਬਣਾਇਆ ਗਿਆ ਹੈ, ਇਸ ਲਈ ਅਸਲੀਅਤ ਸਾਡੇ ਅੰਦਰ ਹੈ ਅਤੇ ਇੱਕ ਸੱਚਾ ਤਿਉਹਾਰ ਸਾਡੇ ਅੰਦਰ ਹੀ ਮਨਾਇਆ ਜਾਂਦਾ ਹੈ। ਬਾਹਰ ਮਨਾਉਣਾ ਵੀ ਕੋਈ ਮਾੜੀ ਗੱਲ ਨਹੀਂ, ਕਿਉਂਕਿ ਬਾਹਰ ਵੀ ਉਸੇ ਸ਼ਕਤੀ ਨੇ ਬਣਾਇਆ ਹੈ ਜੋ ਸਾਡੇ ਅੰਦਰ ਮੌਜੂਦ ਹੈ। ਇੱਕ ਪਰਮੇਸ਼ਵਰ ਦਾ ਪਿਆਰਾ ਕਹਿੰਦਾ ਹੈ, ਬਾਹਰ ਅਤੇ ਅੰਦਰ ਵਿੱਚ ਕੋਈ ਅੰਤਰ ਨਾ ਜਾਣੋ। ਇਹ ਦੋਵੇਂ ਇੱਕੋ ਚੇਤਨਾ ਤੋਂ ਪੈਦਾ ਹੁੰਦੇ ਹਨ। ਇਹ ਨਹੀਂ ਕਿ ਅਸੀਂ ਬਾਹਰੀ ਸ੍ਰਿਸ਼ਟੀ ਤੋਂ ਭੱਜ ਚੱਲੀਏ, ਕਿਉਂਕਿ ਸਾਰੀ ਸੱਚਾਈ ਅੰਦਰ ਹੈ। ਅਸੀਂ ਕਹਿੰਦੇ ਹਾਂ ਅੰਦਰ ਜਾਵੋ, ਇਸ ਲਈ ਨਹੀਂ ਕਿ ਬਾਹਰ ਬੁਰਾਈ ਹੈ। ਅਸੀਂ ਕਹਿੰਦੇ ਹਾਂ ਕਿ ਅੰਦਰ ਜਾਵੋ, ਕਿਉਂਕਿ ਅੰਦਰ ਜਾ ਕੇ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਬਾਹਰ ਅਤੇ ਅੰਦਰ ਇੱਕੋ ਜਿਹੇ ਸਨ। ਬਾਹਰ ਨੂੰ ਵੀ ਉਸੀ ਚੇਤਨਾ ਦੀ ਸ਼ਕਤੀ ਨੇ ਬਣਾਇਆ ਹੈ ਜੋ ਅੰਦਰ ਦੇ ਸਾਰੇ ਅਨੁਭਵ ਪੈਦਾ ਕਰਦੀ ਹੈ। ਜੇ ਇੱਦਾਂ ਨਾ ਹੁੰਦਾ ਤਾਂ ਬਾਹਰਲੇ ਸੰਸਾਰ ਵਿੱਚ ਇੱਕ ਕਾਮਲ ਮੁਰਸ਼ਦ ਜਾਂ ਪਰਮ ਸੰਤ ਸਤਿਗੁਰੂ ਦਾ ਰੋਲ ਬਹੁਤ ਸੀਮਤ ਹੋਣਾ ਸੀ। ਸੱਚ ਤਾਂ ਇਹ ਹੈ ਕਿ ਜਦ ਅਸੀਂ ਇੱਕ ਪਰਮ ਸੰਤ ਸਤਿਗੁਰੂ ਨੂੰ ਮਿਲਦੇ ਹਾਂ ਜੋ ਸਾਡੇ ਵਾਂਗਣ ਸਧਾਰਨ ਮਨੁੱਖ ਹੁੰਦੇ ਹੋਏ ਚੇਤਨਾ ਦੀ ਸਮੁੱਚਤਾ ਵਿੱਚ ਨਿਵਾਸ ਰੱਖਦੇ ਨੇ, ਤਾਂ ਅਸਲ ਵਿੱਚ ਉਹ ਵਿਅਕਤੀ ਵੀ ਸਾਡੇ ਦੁਆਰਾ ਬਣਾਏ ਇਸ ਮਾਇਆ ਜਾਲ ਦਾ ਹੀ ਹਿੱਸਾ ਹੁੰਦੇ ਨੇ। ਜਿਸ ਦਾ ਮਤਲਬ ਹੈ ਕਿ ਬਾਹਰਲਾ ਸੰਸਾਰ ਇੰਨਾ ਮਿੱਥਿਆ ਨਹੀਂ ਜਿੰਨਾ ਅਸੀਂ ਸੋਚਦੇ ਹਾਂ। ਬਾਹਰ ਅਤੇ ਅੰਦਰ ਘੜੀ ਜਾ ਸਕਣ ਵਾਲੀ ਹਕੀਕਤ ਵਿੱਚ ਕੋਈ ਵੀ ਫਰਕ ਨਹੀਂ। ਇਸ ਲਈ ਜੇਕਰ ਅਸੀਂ ਆਪਣੇ ਆਪ ਦਾ ਪਤਾ ਨਹੀਂ ਲਗਾ ਸਕਦੇ, ਜੇ ਸਾਨੂੰ ਆਪਣੇ ਬਾਰੇ ਨਹੀਂ ਪਤਾ ਕਿ ਅਸੀਂ ਕੌਣ ਹਾਂ, ਤਾਂ ਅਸੀਂ ਆਪਣੇ ਆਪ ਅਤੇ ਅਸਲੀ ਆਪੇ ਨੂੰ ਆਪਣੇ ਤੋਂ ਬਾਹਰ ਲੱਭ ਸਕਦੇ ਹਾਂ। ਆਪਣੇ ਆਪ ਨੂੰ ਅਸੀਂ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਬਾਹਰੋਂ ਲੱਭ ਸਕਦੇ ਹਾਂ। ਇੱਕ ਪਰਮ ਸੰਤ ਸਤਿਗੁਰੂ ਵੀ ਸਾਡੀ ਧਾਰਨਾ ਜਾਂ ਅਨੁਭਵ ਦਾ ਹੀ ਹਿੱਸਾ ਹਨ। ਅਸੀਂ ਉਸ ਨੂੰ ਵੇਖਦੇ ਹਾਂ, ਅਸੀਂ ਉਸ ਨੂੰ ਬਣਾਉਂਦੇ ਹਾਂ, ਪਰ ਅਸੀਂ ਉਸ ਨੂੰ ਸਮੁੱਚੀ ਚੇਤਨਾ ਦੀ ਸ਼ਕਤੀ ਨਾਲ ਬਣਾਉਂਦੇ ਹਾਂ, ਜਦਕਿ ਅਸੀਂ ਇੱਥੇ ਬੈਠੇ ਹੋਏ ਆਪਣੇ ਮਨ ਨਾਲ ਕਿਸੇ ਹੱਦ ਤੋਂ ਵੱਧ ਨਹੀਂ ਸੋਚ ਸਕਦੇ। ਸਾਡੇ ਦੁਆਰਾ ਆਪਣੇ ਆਪ ਤੋਂ ਬਣਾਇਆ ਗਿਆ ਇਹ ਵਿਅਕਤੀ ਸਾਡੇ ਨਾਲ ਗੱਲ ਕਰ ਸਕਦਾ ਹੈ, ਸਾਡੀ ਗੱਲ ਸੁਣ ਸਕਦਾ ਹੈ, ਸਾਡੀ ਅਗਵਾਈ ਕਰ ਸਕਦਾ ਹੈ ਅਤੇ ਇੱਥੋਂ ਤੱਕ ਕਿ ਚਮਤਕਾਰੀ ਤਰੀਕੇ ਨਾਲ ਸਾਨੂੰ ਆਪਣੇ ਆਪ ਤੋਂ, ਜਿਵੇਂ ਅਸੀਂ ਆਪਣੇ ਆਪ ਨੂੰ ਇਸ ਸਮੇਂ ਜਾਣਦੇ ਹਾਂ, ਤੋਂ ਪਰੇ ਲਿਜਾ ਸਕਦਾ ਹੈ। ਇਸ ਲਈ ਹਕੀਕਤ ਦੀ ਉਹ ਸ਼ਕਤੀ ਜਿਸ ਨੂੰ ਅਸੀਂ ਆਪਣੇ ਆਪ ਤੋਂ ਬਾਹਰ ਬਣਾਉਂਦੇ ਹਾਂ, ਉਹ ਸਾਡੇ ਅੰਦਰ ਦੀ ਸ਼ਕਤੀ ਜਿਤਨੀ ਹੀ ਤਾਕਤਵਰ ਅਤੇ ਜਾਦੂਈ ਹੁੰਦੀ ਹੈ। ਇਸ ਕਰਕੇ ਇੱਕ ਪਰਮ ਸੰਤ ਸਤਿਗੁਰੂ ਨੂੰ, ਜੋ ਕਿ ਸਾਡੇ ਤੋਂ ਬਾਹਰ ਸਾਡੀ ਜ਼ਿੰਦਗੀ ਵਿੱਚ ਆਉਂਦਾ ਹੈ, ਨੂੰ ਇੰਨੀ ਮਹੱਤਤਾ ਦਿੱਤੀ ਜਾਂਦੀ ਹੈ। ਇੱਕ ਪਰਮ ਸੰਤ ਸਤਿਗੁਰੂ ਦੀ ਚੇਤਨਾ ਅਸਲ ਵਿੱਚ ਸਾਡੀ ਸਮੁੱਚੀ ਜਾਂ ਕੁੱਲ ਚੇਤਨਾ ਹੈ। ਸਾਡੀ ਆਪਣੀ ਸਮੁੱਚਤਾ, ਸਾਡੀ ਆਪਣੀ ਪਰਮ ਸ਼ਕਤੀ, ਸਾਡੀ ਪਰਮ ਅਸਲੀਅਤ ਉਸ ਮਨੁੱਖ ਵਿੱਚ ਪ੍ਰਤੀਬਿੰਬ ਹੁੰਦੀ ਹੈ ਜੋ ਬਾਹਰੋਂ ਸਾਡੇ ਜੀਵਨ ਵਿੱਚ ਆਉਂਦਾ ਹੈ। ਬਾਹਰਲਾ ਸੰਸਾਰ ਕੁਝ ਸਿਧਾਂਤਾਂ 'ਤੇ ਆਧਾਰਿਤ ਹੈ, ਜਿਸ ਨੂੰ ਅਸੀਂ ਕਾਨੂੰਨ, ਕੁਦਰਤ ਦੇ ਨਿਯਮ, ਜੀਵਨ ਦੇ ਨਿਯਮ ਕਹਿੰਦੇ ਹਾਂ, ਅਤੇ ਪਰਮ ਸੰਤ ਸਤਿਗੁਰੂ ਜੋ ਸਾਡੇ ਤੋਂ ਬਾਹਰ ਕਿਸੇ ਹੋਰ ਵਿਅਕਤੀ ਵਾਂਗ ਉਹਨਾਂ ਕਾਨੂੰਨਾਂ ਅਧੀਨ ਆਉਂਦੇ ਨੇ, ਉਹ ਵੀ ਸਾਡੇ ਵਾਂਗ ਇਹਨਾਂ ਨਿਯਮਾਂ ਦੇ ਅਧੀਨ ਕੰਮ ਕਰਦੇ ਨੇ। ਉਹਨਾਂ ਵਿੱਚ ਅਤੇ ਸਾਡੇ ਵਿੱਚ ਕੋਈ ਫਰਕ ਨਹੀਂ ਹੁੰਦਾ। ਇੱਕ ਮਨੁੱਖ ਜੋ ਸਾਡੇ ਜੀਵਨ ਵਿੱਚ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਆਉਂਦਾ ਹੈ, ਉਹ ਸਾਡੇ ਵਾਂਗ ਮਨੁੱਖ ਹੁੰਦੇ ਹੋਏ ਸਾਡੇ ਵਰਗਾ ਹੀ ਜੀਵਨ ਜਿਉਂਦਾ ਹੈ।
ਦਰਅਸਲ ਜੇ ਉਹ ਕਿਸੇ ਖਾਸ ਮਿਸ਼ਨ ਜਾਂ ਕੰਮ ਲਈ ਆਇਆ ਹੋਵੇ, ਜਿਵੇਂ ਕਿ ਉਹ ਸਾਨੂੰ ਆਤਮਿਕ ਪੂਰਨਤਾ ਵੱਲ ਜਾਣ ਦੀ ਸੇਧ ਦੇਣ ਲਈ, ਤਾਂ ਉਹ ਨਿਸ਼ਚੇ ਪੂਰਵਕ ਇਹ ਧਿਆਨ ਰੱਖੇਗਾ ਕਿ ਉਸਦਾ ਬਾਹਰ ਵਾਲਾ ਜੀਵਨ ਸਾਡੇ ਹੀ ਵਰਗਾ ਹੋਵੇ। ਉਹ ਨਿਸ਼ਚੇ ਪੂਰਵਕ ਇਸ ਗੱਲ ਦਾ ਧਿਆਨ ਰੱਖੇਗਾ ਕਿ ਉਸਦੀ ਭਾਸ਼ਾ ਸਾਡੀ ਭਾਸ਼ਾ ਵਰਗੀ ਹੋਵੇ। ਉਹ ਇਹ ਯਕੀਨੀ ਬਣਾਵੇਗਾ ਕਿ ਉਸਦਾ ਜੀਵਨ ਢੰਗ ਸਾਡੇ ਜੀਵਨ ਢੰਗ ਵਰਗਾ ਹੋਵੇ। ਜੇਕਰ ਉਸ ਨੂੰ ਕਈ ਆਤਮਾਵਾਂ ਨੂੰ ਘਰ ਵਾਪਸ ਲਿਜਾਣ ਦਾ ਹੁਕਮ ਹੋਵੇ, ਜੋ ਘਰ ਵਾਪਸ ਜਾਣ ਲਈ ਤਿਆਰ ਹਨ, ਜੋ ਇਸ ਬਾਹਰ ਦੇ ਖੇਡ ਤਮਾਸ਼ੇ ਤੋਂ ਤੰਗ ਆ ਚੁੱਕੀਆਂ ਹਨ, ਤਾਂ ਉਹ ਨਿਸ਼ਚੇ ਪੂਰਵਕ ਹਰ ਇੱਕ ਆਤਮਾ ਨਾਲ ਉਸੇ ਪੱਧਰ ਉਸਦੇ ਵਰਗਾ ਹੋ ਕੇ ਹੀ ਵਿਚਰੇਗਾ। ਜੇ ਕੋਈ ਅਮੀਰ ਹੈ, ਉਹ ਉਸ ਵਿਅਕਤੀ ਲਈ ਅਮੀਰ ਹੋਣਗੇ। ਜੇ ਕੋਈ ਗਰੀਬ ਹੈ, ਤਾਂ ਉਹ ਉਸ ਵਿਅਕਤੀ ਲਈ ਗਰੀਬ ਹੋ ਜਾਣਗੇ। ਜੇ ਕੋਈ ਵੱਡੇ ਸ਼ਹਿਰ ਵਿੱਚ ਰਹਿੰਦਾ ਹੈ, ਉਹ ਉਸ ਵਿਅਕਤੀ ਲਈ ਵੱਡੇ ਸ਼ਹਿਰ ਵਿੱਚ ਜਾਣਗੇ। ਜੇ ਕੋਈ ਪਿੰਡ ਵਿੱਚ ਰਹਿੰਦਾ ਹੈ, ਤਾਂ ਉਹ ਉਸ ਲਈ ਪਿੰਡ ਵਿੱਚ ਜਾਣਗੇ। ਇੱਕ ਪਰਮ ਸੰਤ ਸਤਿਗੁਰੂ ਆਪਣੀ ਸਰੀਰਕ ਜ਼ਿੰਦਗੀ ਅਤੇ ਹਾਲਾਤਾਂ ਨੂੰ ਉਸ ਸੱਚ ਦੀ ਭਾਲ ਕਰ ਰਹੇ ਜਿਗਿਆਸੂ ਜਾਂ ਸੀਕਰ ਦੇ ਜੀਵਨ ਅਨੁਸਾਰ ਢਾਲਦਾ ਹੈ, ਜਿਸ ਨੂੰ ਉਹ ਚੁੱਕ ਕੇ ਵਾਪਸ ਘਰ ਲਿਜਾਣ ਵਾਸਤੇ ਆਉਂਦਾ ਹੈ। ਇਹ ਇੱਕ ਕਮਾਲ ਦੀ ਵਿਸ਼ੇਸ਼ਤਾ ਹੈ। ਇਸ ਲਈ ਅਸੀਂ ਵੇਖਦੇ ਹਾਂ ਕਿ ਇਹ ਪਰਮ ਸੰਤ ਸਤਿਗੁਰੂ ਦੁਨੀਆਂ ਦੇ ਵੱਖੋ ਵੱਖਰੇ ਹਿੱਸਿਆਂ ਵਿੱਚ ਆਉਂਦੇ ਨੇ ਅਤੇ ਉਹਨਾਂ ਦਾ ਕੰਮ ਉਸ ਜਗ੍ਹਾ 'ਤੇ ਕੇਵਲ ਉਹਨਾਂ ਜੀਵਾਂ ਨੂੰ ਜੋ ਕਿ ਜਿਗਿਆਸੂ ਜਾਂ ਸੀਕਰ ਹੁੰਦੇ ਨੇ, ਜੋ ਘਰ ਜਾਣ ਨੂੰ ਤਿਆਰ ਨੇ, ਉਹਨਾਂ ਨੂੰ ਵਾਪਸ ਲਿਜਾਣ ਦਾ ਹੀ ਹੁੰਦਾ ਹੈ। ਉਹ ਸਿਰਫ ਇੱਕ ਆਮ ਸੁਨੇਹਾ ਦੇਣ ਲਈ ਨਹੀਂ ਆਉਂਦੇ। ਉਹਨਾਂ ਦਾ ਮਨੋਰਥ ਹੋਰ ਫਿਲੋਸਫਰਸ ਅਤੇ ਮੁਰਸ਼ਿਦਾਂ ਦੀ ਸਿੱਖਿਆ ਤੋਂ ਬਹੁਤ ਵੱਖਰਾ ਹੁੰਦਾ ਹੈ। ਇਹ ਫਿਲੋਸਫਰਸ ਅਤੇ ਮੁਰਸ਼ਿਦ ਇੱਕ ਸਧਾਰਨ ਜਿਹਾ ਸੰਦੇਸ਼ ਦੇਣ ਵਾਸਤੇ ਇਸ ਦੁਨੀਆਂ ਵਿੱਚ ਆਉਂਦੇ ਹਨ ਕਿ ਸੱਚ ਸਾਡੇ ਅੰਦਰ ਹੈ, ਕਿ ਬਾਹਰ ਦਾ ਸੰਸਾਰ ਇੱਕ ਭਰਮ ਜਾਂ ਮਾਇਆ ਹੈ, ਅਤੇ ਜੇਕਰ ਤੁਸੀਂ ਸੱਚਾਈ ਲੱਭਣੀ ਚਾਹੁੰਦੇ ਹੋ ਤਾਂ ਆਪਣੇ ਅੰਦਰ ਜਾਵੋ, ਕਿ ਆਪਣੇ ਉੱਤੇ ਤਵੱਜੋ ਲਗਾਉਣ ਦੇ ਵੱਖ ਵੱਖ ਤਰੀਕੇ ਹਨ, ਕਿ ਤਵੱਜੋ ਦੀ ਸ਼ਕਤੀ ਨੂੰ ਆਪਣੇ ਅੰਦਰ ਇਕਾਗਰ ਕਰੋ, ਜਿਸ ਨਾਲ ਤੁਸੀਂ ਚੇਤਨਾ ਅਤੇ ਰਚਨਾ ਦੀਆਂ ਉੱਚੀਆਂ ਵੱਖ ਵੱਖ ਪੱਧਰਾਂ ਦਾ ਅਨੁਭਵ ਕਰ ਸਕਦੇ ਹੋ। ਇਹ ਫਲਸਫੇ ਹਨ, ਇਹ ਅਜਿਹੇ ਫਲਸਫੇ ਹਨ। ਲੋਕ ਆਉਂਦੇ ਹਨ ਅਤੇ ਇਹਨਾਂ ਫਲਸਫਿਆਂ ਨੂੰ ਸਿਖਾਉਂਦੇ ਹਨ। ਉਹ ਫਿਲਾਸਫਰ ਹਨ, ਉਹ ਅਧਿਆਪਕ ਹਨ, ਉਹ ਕਾਮਲ ਮੁਰਸ਼ਿਦ ਜਾਂ ਪਰਮ ਸੰਤ ਸਤਿਗੁਰੂ ਨਹੀਂ। ਪਰਮ ਸੰਤ ਸਤਿਗੁਰੂ ਸਿੱਖਿਆ ਜਾਂ ਉਪਦੇਸ਼ ਦੇਣ ਲਈ ਨਹੀਂ ਆਉਂਦੇ। ਇਹ ਪਹਿਲਾਂ ਹੀ ਲਿਖੀਆਂ ਹਜ਼ਾਰਾਂ ਕਿਤਾਬਾਂ ਵਿੱਚ ਮੌਜੂਦ ਹਨ, ਉਹ ਸਾਡੇ ਸਾਰੇ ਇਤਿਹਾਸਿਕ ਦਸਤਾਵੇਜ਼ਾਂ ਵਿੱਚ ਮੌਜੂਦ ਹਨ। ਪਰਮ ਸੰਤ ਸਤਿਗੁਰੂ ਸਾਡੇ ਵਾਂਗ ਮਨੁੱਖੀ ਰੂਪ ਵਿੱਚ ਆਉਂਦੇ ਹਨ ਅਤੇ ਆਪਣੇ ਜੀਵਨ ਦੇ ਅੰਦਰ ਉਹਨਾਂ ਦਾ ਖਾਸ ਮਕਸਦ ਉਹਨਾਂ ਰੂਹਾਂ ਨੂੰ ਵਾਪਸ ਲਿਜਾਣ ਦਾ ਹੁੰਦਾ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਹੁੰਦੀ ਹੈ। ਜਦੋਂ ਅਸਲੀਅਤ ਅਤੇ ਸੱਚਾਈ ਦੇ ਜਗਿਆਸੂ ਇਸ ਭੌਤਿਕ ਸੰਸਾਰ ਵਿੱਚ ਆਪਣੀ ਹੋਂਦ ਤੋਂ ਅੱਕ ਕੇ ਘਰ ਜਾਣ ਲਈ ਤਿਆਰ ਹੁੰਦੇ ਨੇ, ਤਾਂ ਇਹ ਪਰਮ ਸੰਤ ਸਤਿਗੁਰੂ ਉਹਨਾਂ ਦੀ ਜ਼ਿੰਦਗੀ ਵਿੱਚ ਆਉਂਦੇ ਹਨ ਤਾਂ ਕਿ ਉਹਨਾਂ ਨੂੰ ਸੱਚੇ ਘਰ ਵਾਪਸ ਲਿਜਾਇਆ ਜਾ ਸਕੇ। ਉਹਨਾਂ ਦਾ ਮਨੋਰਥ, ਉਹਨਾਂ ਦੀ ਮੰਗ ਸਿਰਫ ਉਹਨਾਂ ਲੋਕਾਂ ਨੂੰ ਚੁੱਕਣਾ ਹੋਇਆ ਕਰਦੀ ਹੈ। ਉਹ ਦੁਨੀਆਂ ਨੂੰ ਬਦਲਣ ਲਈ ਨਹੀਂ ਆਉਂਦੇ, ਉਹ ਸੁਧਾਰਕ ਨਹੀਂ ਹਨ, ਉਹ ਨਵੇਂ ਸਿਧਾਂਤਾਂ ਨੂੰ ਤਿਆਰ ਕਰਨ ਨਹੀਂ ਆਉਂਦੇ, ਉਹ ਨਵੇਂ ਫਲਸਫਿਆਂ ਲਈ ਨਹੀਂ ਆਉਂਦੇ, ਉਹ ਨਵੇਂ ਰਸਤੇ ਨਹੀਂ ਸਿਖਾਉਂਦੇ। ਉਹ ਦੁਨੀਆਂ ਦੀ ਹਰ ਭਾਸ਼ਾ ਵਿੱਚ ਦਰਜ, ਹਜ਼ਾਰਾਂ ਕਿਤਾਬਾਂ ਵਿੱਚ ਦਰਜ, ਸਭ ਤੋਂ ਸਰਲ ਅਤੇ ਪੁਰਾਣੇ ਮਾਰਗ ਅਨੁਸਾਰ ਚੱਲਦੇ ਹਨ। ਉਹ ਕਿਤਾਬਾਂ ਲਿਖਣ ਲਈ ਜਾਂ ਸਾਨੂੰ ਕੁਝ ਹੋਰ ਦੱਸਣ ਲਈ ਨਹੀਂ ਆਉਂਦੇ। ਉਹ ਖਾਸ ਤੌਰ 'ਤੇ ਉਹਨਾਂ ਚੁਣੀਆਂ ਰੂਹਾਂ ਨੂੰ ਲੈਣ ਆਉਂਦੇ ਹਨ ਜੋ ਉਸ ਸਮੇਂ ਉਹਨਾਂ ਦੀ ਲਿਸਟ ਵਿੱਚ ਹੁੰਦੀਆਂ ਨੇ, ਜੋ ਦੁਨੀਆਂ ਦੇ ਉਸ ਹਿੱਸੇ ਵਿੱਚ, ਅਵਲਾਖੀ ਸੰਸਾਰ ਦੇ ਉਸ ਹਿੱਸੇ ਵਿੱਚ ਘਰ ਵਾਪਸ ਜਾਣ ਲਈ ਤਿਆਰ ਹੁੰਦੀਆਂ ਹਨ। ਉਹ ਆਉਂਦੇ ਨੇ ਅਤੇ ਆਪਣੇ ਲਿਸਟ ਦੇ ਮੁਤਾਬਿਕ ਜਿੱਥੇ ਵੀ ਲਾਜ਼ਮੀ ਸਮਝਣ ਜਾਂਦੇ ਹਨ ਅਤੇ ਉਹਨਾਂ ਚੁਣੀਆਂ ਰੂਹਾਂ ਨੂੰ ਘਰ ਲੈ ਤੁਰਦੇ ਨੇ। ਇਸ ਲਈ ਜੋ ਇਨਸਾਨ ਸਾਡੇ ਜੀਵਨ ਵਿੱਚ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਆਉਂਦਾ ਹੈ, ਉਹ ਕਿਸੇ ਫਿਲੋਸਫਰ ਵਾਂਗ ਨਹੀਂ ਕਰਦਾ। ਉਹ ਸਾਡੇ ਦੋਸਤ ਬਣ ਜਾਣਗੇ, ਉਹ ਸਾਡੇ ਵਰਗੇ ਹੋ ਜਾਣਗੇ, ਉਹ ਸਾਡੇ ਵਾਂਗੂ ਹੀ ਸੋਚਣਗੇ, ਉਹ ਸਾਡੀਆਂ ਦਿਨ ਪ੍ਰਤੀ ਦਿਨ ਦੀਆਂ ਸਮੱਸਿਆਵਾਂ ਨੂੰ ਆਪਣੀਆਂ ਸਮੱਸਿਆਵਾਂ ਵਾਂਗ ਨਜਿੱਠਣਗੇ। ਉਹ ਦੋਸਤ, ਸਲਾਹਕਾਰ, ਭੈਣ ਭਰਾ ਬਣ ਕੇ ਆਉਂਦੇ ਹਨ, ਸਾਡੇ ਨਾਲ ਅਜਿਹਾ ਕੋਈ ਰਿਸ਼ਤਾ ਬਣਾ ਕੇ ਸਾਡੇ ਜਿਗਿਆਸੂਆਂ ਵਾਂਗ ਉਸੇ ਪੱਧਰ 'ਤੇ ਕੰਮ ਕਰਨਗੇ ਜਿਸ ਪੱਧਰ 'ਤੇ ਅਸੀਂ ਹੁੰਦੇ ਹਾਂ, ਕਿਉਂਕਿ ਉਹਨਾਂ ਦਾ ਉਦੇਸ਼ ਸਾਨੂੰ ਘਰ ਵਾਪਸ ਲਿਜਾਣਾ ਹੁੰਦਾ ਹੈ। ਜਿਵੇਂ ਜਿਵੇਂ ਅਸੀਂ ਉਹਨਾਂ ਬਾਰੇ ਹੋਣ ਜਾਣਦੇ ਹਾਂ, ਤਾਂ ਪਤਾ ਲੱਗਦਾ ਹੈ ਉਹ ਇੱਕੋ ਹੀ ਤਰੀਕਾ ਵਰਤਦੇ ਨੇ ਜੋ ਉਹਨਾਂ ਨੇ ਸ੍ਰਿਸ਼ਟੀ ਦੇ ਪੂਰੇ ਇਤਿਹਾਸ ਦੌਰਾਨ ਵਰਤਿਆ।
ਉਹ ਹੈ ਪ੍ਰੇਮ ਅਤੇ ਗੁਰਭਗਤੀ ਦਾ ਤਰੀਕਾ। ਉਹ ਪ੍ਰੇਮ ਅਤੇ ਗੁਰਭਗਤੀ ਦਾ ਤਰੀਕਾ ਵਰਤ ਕੇ ਸਾਨੂੰ ਘਰ ਵਾਪਸ ਲੈ ਜਾਂਦੇ ਹਨ। ਹੋਰ ਕੋਈ ਤਰੀਕਾ ਨਹੀਂ। ਹੋਰ ਸਾਰੇ ਤਰੀਕੇ ਅਭਿਆਸ ਜਾਂ ਭਜਨ ਸਿਮਰਨ, ਰੂਹਾਨੀ ਅਨੁਸ਼ਾਸਨ, ਖੁਰਾਕ, ਹੋਰ ਨਿਯਮਾਂ ਦੀ ਪਾਲਣਾ ਕਰਨਾ, ਇਹ ਸਭ ਸਾਡੇ ਮਨ ਲਈ ਹਨ। ਸਾਡਾ ਮਨ ਨਿਯਮਾਂ ਨੂੰ ਪਸੰਦ ਕਰਦਾ ਹੈ। ਸਾਡਾ ਮਨ ਤਾਂ ਹੀ ਸਮਝਦਾ ਹੈ ਜਦੋਂ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਜਾਂਦਾ ਹੈ। ਇਸ ਲਈ ਉਹ ਸਾਡੇ ਮਨ ਲਈ ਨਿਯਮ ਬਣਾਉਂਦੇ ਹਨ ਤਾਂ ਜੋ ਮਨ ਸੰਤੁਸ਼ਟ ਹੋ ਸਕੇ। ਹੁਣ ਇਹ ਇੱਕ ਰੂਹਾਨੀ ਰਾਹ ਦੀ ਤਰ੍ਹਾਂ ਲੱਗਦਾ ਹੈ। ਇਹ ਇੱਕ ਰਹੱਸਮਈ ਰਸਤੇ ਵਾਂਗ ਲੱਗਦਾ ਹੈ। ਮੈਂ ਇਸ ਦੀ ਪਾਲਣਾ ਕਰਨ ਲਈ ਸਹਿਮਤ ਹਾਂ। ਇਸ ਵਿੱਚ ਕੋਈ ਸੂਝਬੂਝ ਲੱਗਣੀ ਚਾਹੀਦੀ ਹੈ। ਮਨ ਨੂੰ ਤਰਕ, ਸੂਝਬੂਝ ਪਸੰਦ ਹੈ। ਉਹ ਤੁਹਾਨੂੰ ਇਸ ਤਰ੍ਹਾਂ ਕਰਨ ਦੀ ਖੁੱਲ੍ਹ ਦਿੰਦੇ ਨੇ। ਉਹ ਤੁਹਾਨੂੰ ਅਜਿਹਾ ਢਾਂਚਾ ਪ੍ਰਦਾਨ ਕਰਦੇ ਹਨ ਜਿਸ ਵਿੱਚ ਤੁਹਾਡੇ ਮਨ ਦੀ ਸੰਤੁਸ਼ਟੀ ਹੋ ਸਕੇ। ਕਿਉਂਕਿ ਜੇਕਰ ਤੁਹਾਡਾ ਮਨ ਸੰਤੁਸ਼ਟ ਨਹੀਂ ਹੁੰਦਾ ਤਾਂ ਰੂਹ ਜੋ ਲੱਖਾਂ ਸਾਲਾਂ ਤੋਂ ਮਨ ਵਿੱਚ ਫਸੀ ਹੋਈ ਹੈ ਕਦੇ ਵੀ ਵਾਪਸ ਮੁੜ ਕੇ ਘਰ ਨਹੀਂ ਜਾ ਸਕਦੇ। ਮਨ ਸਾਰੇ ਪ੍ਰਸ਼ਨਾਂ ਦੇ ਉੱਤਰ ਹਮੇਸ਼ਾ ਬਾਹਰੋਂ ਹੀ ਲੱਭਣ ਦੀ ਕੋਸ਼ਿਸ਼ ਕਰਦਾ ਹੈ। ਉਹ ਬਾਹਰ ਸਥੂਲ ਸੰਸਾਰ ਵਿੱਚੋਂ ਜਵਾਬ ਲੱਭਦਾ ਹੈ। ਇਹ ਬੌਧਿਕ ਸੰਸਾਰ ਤੋਂ ਜਵਾਬ ਲੱਭਦਾ ਹੈ। ਉਹ ਤਰਕ ਦੇ ਸੰਸਾਰ 'ਚੋਂ ਜਵਾਬ ਲੱਭਦਾ ਹੈ। ਉਹ ਤਰਕਸ਼ੀਲਤਾ ਦੇ ਸੰਸਾਰ ਤੋਂ ਜਵਾਬ ਲੱਭਦਾ ਹੈ ਅਤੇ ਇਹ ਕਹਿਣ ਦੀ ਭਾਲ ਵਿੱਚ ਰਹਿੰਦਾ ਹੈ, ਇਹ ਸਹੀ ਲੱਗ ਰਿਹਾ ਹੈ, ਮੈਂ ਇਸ ਦਾ ਪਾਲਣ ਕਰਨ ਲਈ ਸਹਿਮਤ ਹਾਂ, ਜੇ ਇਹ ਸਹੀ ਨਹੀਂ ਲੱਗੇਗਾ ਤਾਂ ਮੈਂ ਇਸ ਦੀ ਪਾਲਣਾ ਨਹੀਂ ਕਰਾਂਗਾ। ਆਤਮਾ ਨੂੰ ਅਜਿਹੀ ਕੋਈ ਲੋੜ ਨਹੀਂ। ਸਾਡੀ ਅਸਲੀ ਅਸਲੀਅਤ ਨੂੰ ਅਜਿਹੀ ਕੋਈ ਲੋੜ ਨਹੀਂ। ਸਾਡਾ ਸੱਚ ਅਤੇ ਅਸਲੀਅਤ ਸਾਡੀ ਰੂਹ ਹੈ, ਸਾਡਾ ਮਨ ਨਹੀਂ। ਮਨ ਆਤਮਾ ਦੀ ਸੁਵਿਧਾ ਵਾਸਤੇ ਦਿੱਤਾ ਗਿਆ ਹੈ। ਮਨ ਨੂੰ ਇੱਕ ਬਹੁਤ ਹੀ ਵਧੀਆ ਮੰਤਵ ਲਈ ਵਰਤਿਆ ਗਿਆ ਜਿਸ ਰਾਹੀਂ ਇਹ ਰੂਹ ਆਪਣੇ ਆਪ ਨੂੰ ਪ੍ਰਸਾਰਿਤ ਕਰ ਸਕੇ, ਚੀਜ਼ਾਂ ਦਾ ਅਨੁਭਵ ਕਰ ਸਕੇ, ਸਮੇਂ ਅਤੇ ਸਥਾਨ ਦੀ ਹਕੀਕਤ ਦਾ ਅਨੁਭਵ ਕਰ ਸਕੇ। ਮਨ ਇਸ ਰੂਹ ਨੂੰ ਦਿੱਤਾ ਗਿਆ ਸਭ ਤੋਂ ਵੱਡਾ ਉਪਯੋਗੀ ਉਪਕਰਨ ਹੈ। ਜੇਕਰ ਰੂਹ ਜੋ ਇੱਕ ਸ਼ੁੱਧ ਚੇਤਨਾ ਹੈ, ਜੋ ਕਿ ਸ਼ੁੱਧ ਰੋਸ਼ਨੀ ਹੈ, ਜੋ ਕਿ ਸਾਡਾ ਸ਼ੁੱਧ ਸਵੈ ਹੈ, ਕੋਲ ਮਨ ਵਰਗਾ ਇੱਕ ਅਜਿਹਾ ਸੁੰਦਰ ਉਪਕਰਨ ਹੋਵੇ ਜੋ ਸਮੇਂ ਅਤੇ ਸਥਾਨ ਵਿੱਚ ਵੱਖ ਵੱਖ ਅਨੁਭਵ ਪੈਦਾ ਕਰ ਸਕੇ ਅਤੇ ਹਰ ਅਨੁਭਵ ਨੂੰ ਇੱਕ ਕਰਮ ਵਿੱਚ ਲਗਾ ਸਕੇ, ਇਹਨਾਂ ਨੂੰ ਕਰਮਾਂ ਦੇ ਫਲਾਂ ਅਨੁਸਾਰ ਆਪਸ ਵਿੱਚ ਜੋੜ ਸਕੇ, ਤਾਂ ਇਹ ਬਹੁਤ ਸੋਹਣੀ ਚੀਜ਼ ਕਰ ਸਕਦਾ ਹੈ। ਇੱਕ ਮਨ ਜਿਹੜਾ ਗਿਆਨ ਇੰਦਰੀਆਂ ਬਣਾ ਸਕਦਾ ਹੈ, ਇੱਕ ਮਨ ਇੱਕ ਸੂਖਮ ਸਰੀਰ ਅਤੇ ਇੰਦਰੀਆਂ ਦੀ ਪ੍ਰਣਾਲੀ ਬਣਾ ਸਕਦਾ ਹੈ, ਇੱਕ ਮਨ ਜਿਹੜਾ ਪਰਦਿਆਂ ਦਾ ਭੁਲੇਖਾ ਪਾ ਸਕੇ। ਸਵੈ ਉੱਤੇ ਭੌਤਿਕ ਸਰੀਰ ਦੇ ਪਰਦੇ ਦਾ ਭੁਲੇਖਾ ਤਾਂ ਤੁਹਾਨੂੰ ਹੋਰ ਕੀ ਚਾਹੀਦਾ ਹੈ। ਇਹ ਰੂਹ ਨੂੰ ਦਿੱਤਾ ਗਿਆ ਸਭ ਤੋਂ ਵੱਧ ਜਾਦੂਈ ਉਪਕਰਨ ਜਾਂ ਯੰਤਰ ਹੈ। ਆਤਮਾ ਸ਼ੁੱਧ ਚੇਤਨਾ ਸੀ। ਆਤਮਾ ਜਿਸ ਚੀਜ਼ ਨੂੰ ਚਾਹੇ ਉਸ ਬਾਰੇ ਚੇਤਨ ਹੋ ਸਕਦੀ ਸੀ, ਪਰ ਇਹ ਕਿਸ ਪ੍ਰਤੀ ਚੇਤਨ ਹੋਵੇਗੀ? ਜੇ ਆਤਮਾ ਕੋਲ ਇਹ ਯੰਤਰ ਨਾ ਹੁੰਦੇ ਤਾਂ ਉਸ ਦੇ ਆਲੇ ਦੁਆਲੇ ਕਿਸ ਚੀਜ਼ ਦੀ ਰਚਨਾ ਹੋਣੀ ਸੀ? ਅਤੇ ਮਨ ਆਤਮਾ ਕੋਲ ਸਭ ਤੋਂ ਵਧੀਆ ਯੰਤਰ ਸੀ। ਮਨ ਨੇ ਅਨੁਭਵ ਵਾਲੇ ਇੱਕ ਸ਼ਾਨਦਾਰ ਮੌਕਾ ਪੈਦਾ ਕੀਤਾ ਅਤੇ ਰੂਹ ਨੇ ਮਨ ਦੇ ਨਾਲ ਰਲ ਕੇ ਇਸ ਦਾ ਆਨੰਦ ਮਾਣਿਆ। ਪਰ ਮਨ ਦੀਆਂ ਕੁਝ ਹੋਰ ਵੀ ਵਿਸ਼ੇਸ਼ਤਾਵਾਂ ਸਨ ਜਿਨ੍ਹਾਂ ਨੂੰ ਜਾਣ ਬੁੱਝ ਕੇ ਬਣਾਇਆ ਗਿਆ। ਕੁਝ ਹੋਰ ਲੱਛਣ ਨਕਾਰਾਤਮਕਤਾ ਜਾਂ ਨੈਗੇਟਿਵਿਟੀ ਸਨ। ਹੋਰ ਲੱਛਣ ਸਨ ਲਗਾਵ ਦੀ ਇੱਛਾ, ਵੱਖੋ ਵੱਖਰੇ ਅਨੁਭਵਾਂ ਦੀ ਇੱਛਾ ਅਤੇ ਪਰਛਾਵਿਆਂ ਅਤੇ ਭੁਲੇਖਿਆਂ ਵਿੱਚ ਜਾ ਕੇ ਉਹਨਾਂ ਨੂੰ ਹਕੀਕਤ ਬਣਾ ਕੇ ਅਸਲੀਅਤ ਵਾਂਗ ਦੇਖਣ ਦੀ ਇੱਛਾ। ਇੱਕ ਪੁਰਾਤਨ ਯੂਨਾਨੀ ਫਿਲਾਸਫਰ ਅਰਸਤੋ ਕਹਿੰਦਾ ਹੈ, ਇੱਕ ਸ਼ੋਅ ਦਾ ਮਹੱਤਵ, ਇੱਕ ਡਰਾਮੇ ਦਾ ਮਹੱਤਵ, ਇੱਕ ਸਟੇਜ ਸ਼ੋਅ। ਹੁਣ ਮੈਂ ਇਸ ਵਿੱਚ ਇੱਕ ਫਿਲਮ ਵੀ ਸ਼ਾਮਿਲ ਕਰ ਸਕਦਾ ਹਾਂ ਜਿਸ ਨੂੰ ਅਸੀਂ ਦੇਖਣ ਜਾਂਦੇ ਹਾਂ। ਇੱਕ ਸ਼ੋਅ ਦੇਖਣ ਦਾ ਮਹੱਤਵ, ਇੱਕ ਫਿਲਮ ਦੇਖਣ ਦਾ ਮਹੱਤਵ ਇਹ ਹੈ ਕਿ ਇਹ ਸਾਡੀਆਂ ਸਭ ਤੋਂ ਅੰਦਰੂਨੀ ਭਾਵਨਾ ਨੂੰ ਬਾਹਰ ਕੱਢ ਸਕਦਾ ਹੈ। ਹਾਲਾਂਕਿ ਅਸੀਂ ਜਾਣਦੇ ਹਾਂ ਕਿ ਇਹ ਇੱਕ ਪਰਛਾਵਾਂ ਹੈ, ਹਾਲਾਂਕਿ ਅਸੀਂ ਜਾਣਦੇ ਹਾਂ ਕਿ ਇਹ ਲੋਕ ਸਿਰਫ ਅਦਾਕਾਰੀ ਕਰ ਰਹੇ ਹਨ, ਉਹ ਅਸਲੀ ਨਹੀਂ ਹਨ, ਇਹ ਅਸਲ ਨਹੀਂ, ਇਹ ਸਿਰਫ ਇੱਕ ਡਰਾਮਾ ਹੈ। ਇਹ ਜਾਣਨ ਦੇ ਬਾਵਜੂਦ ਕਿ ਇਹ ਸਿਰਫ ਅਦਾਕਾਰੀ ਹੈ, ਇਸ ਨਾਲ ਅਸਲੀ ਭਾਵਨਾਵਾਂ ਬਾਹਰ ਆਉਂਦੀਆਂ ਹਨ, ਜਿਵੇਂ ਕਿ ਸੱਚ ਵਾਪਰ ਰਿਹਾ ਹੋਵੇ। ਮਨ ਦੀ ਇਹ ਸਮਰੱਥਾ ਕਿ ਪਤਾ ਹੁੰਦੇ ਹੋਏ ਵੀ ਕਿ ਇਹ ਸਿਰਫ ਇੱਕ ਸ਼ੋਅ ਹੈ, ਇਸ ਨੂੰ ਇੱਕ ਹਕੀਕਤ ਵਾਂਗ ਦੇਖਣਾ ਅਤੇ ਝੂਠੇ ਸ਼ੋਅ ਰਾਹੀਂ ਭਾਵਨਾਤਮਕ, ਬੌਧਿਕ ਅਤੇ ਆਤਮਿਕ ਭਾਵਨਾਵਾਂ ਦਾ ਅਨੁਭਵ ਕਰਨਾ, ਇਹ ਮਨ ਦੀ ਇੱਕ ਬਹੁਤ ਵਧੀਆ ਪ੍ਰਤਿਭਾ ਹੈ। ਇਹੀ ਕੁਝ ਮਨ ਕਰਦਾ ਹੈ। ਅਸੀਂ ਆਪਣੇ ਆਲੇ ਦੁਆਲੇ ਹਕੀਕਤ ਪੈਦਾ ਕਰਨ ਦੇ ਯੋਗ ਹਾਂ।
ਇਹ ਜਾਣਦੇ ਹੋਏ ਵੀ ਕਿ ਜੋ ਕੁਝ ਸਾਹਮਣੇ ਹੈ ਉਹ ਹੁਣੇ ਹੀ ਬਣਿਆ ਹੈ, ਅਸਾਂ ਨੇ ਇਸ ਨੂੰ ਇੰਨਾ ਅਸਲ ਸਮਝ ਲਿਆ ਤਾਂ ਜੋ ਅਸਲੀ ਰੂਹਾਨੀ, ਮਾਨਸਿਕ, ਇੰਦਰੀਆਂ ਅਤੇ ਭੌਤਿਕ ਤਜਰਬੇ ਹੋ ਸਕਣ। ਇਸ ਲਈ ਮਨ ਬਹੁਤ ਲਾਭਦਾਇਕ ਚੀਜ਼ ਸੀ, ਪਰ ਇਸ ਦਾ ਨਕਾਰਾਤਮਕ ਜਾਂ ਨੈਗੇਟਿਵ ਪੱਖ ਇਹ ਸੀ ਕਿ ਜੋ ਵੀ ਮਨ ਨੇ ਬਣਾਇਆ ਇਹ ਉਹਦੇ ਨਾਲ ਉਸ ਦਾ ਲਗਾਵ ਹੋ ਗਿਆ, ਲਗਾਵ ਦੁਆਰਾ ਇਹ ਉਸ ਨਾਲ ਬੰਨਿਆ ਗਿਆ। ਮਨ ਨੇ ਇੱਕ ਮੱਕੜੀ ਦੇ ਜਾਲ ਵਾਂਗ ਆਪਣੇ ਆਪ ਲਈ ਲਗਭਗ ਇੱਕ ਜਾਲ ਜਿਹਾ ਬਣਾ ਲਿਆ। ਮਨ ਨੇ ਉਹਨਾਂ ਲਗਾਵਾਂ ਪ੍ਰਤੀ ਤਜਰਬੇ ਕਰਨੇ ਸ਼ੁਰੂ ਕਰ ਦਿੱਤੇ। ਮਨ ਨੂੰ ਇਸ ਲਗਾਵ ਵਿੱਚੋਂ ਕੱਢਣਾ ਮੁਸ਼ਕਲ ਹੋ ਗਿਆ। ਮਨ ਸੁੱਖਾਂ ਅਤੇ ਸਵਾਦਾਂ ਨੂੰ ਪਿਆਰ ਕਰਦਾ ਸੀ, ਇਹ ਇੰਦਰੀਆਂ ਦੇ ਵੱਖੋ ਵੱਖਰੇ ਅਨੁਭਵਾਂ ਨੂੰ ਪਿਆਰ ਕਰਦਾ ਸੀ। ਇਸ ਲਈ ਮਨ ਨੇ ਸਾਨੂੰ ਇਹਨਾਂ ਵੱਖ ਵੱਖ ਤਜਰਬਿਆਂ ਜੋ ਇਸ ਨੇ ਪੈਦਾ ਕੀਤੇ ਉਹਨਾਂ ਨਾਲ ਵਾਰ ਵਾਰ ਬੰਨ ਦਿੱਤਾ ਅਤੇ ਹੁਣ ਆਤਮਾ ਨੂੰ ਆਪਣੇ ਬਾਰੇ ਪਹਿਚਾਣ ਕਰਨੀ ਬਹੁਤ ਮੁਸ਼ਕਲ ਹੋ ਗਈ, ਕਿਉਂਕਿ ਆਤਮਾ ਹਮੇਸ਼ਾ ਹੀ ਇਸ ਸ੍ਰਿਸ਼ਟੀ ਵਿੱਚ ਮਨ ਦੇ ਜ਼ਰੀਏ ਕੰਮ ਕਰਦੀ ਸੀ। ਇਸ ਲਈ ਮਨ ਨਾਮ ਦੀ ਇਹ ਵਸਤੂ ਜੋ ਸਾਡੇ ਲਈ ਅਨੁਭਵਾਂ ਨੂੰ ਪੈਦਾ ਕਰਦੀ ਹੈ ਅਤੇ ਸਾਡਾ ਆਪਣਾ ਆਪ ਜੋ ਕਿ ਆਤਮਾ ਹੈ, ਜੋ ਕਿ ਚੇਤਨਾ ਦਾ ਪ੍ਰਤੀਕ ਹੈ, ਇਹ ਦੋ ਵੱਖੋ ਵੱਖਰੀਆਂ ਚੀਜ਼ਾਂ ਹਨ। ਸਾਡੀ ਆਤਮਾ ਵਿੱਚ ਅਜਿਹਾ ਕੁਛ ਨਹੀਂ ਜੋ ਸਮੇਂ, ਸਥਾਨ, ਕਾਰਨ, ਪ੍ਰਭਾਵ, ਕਰਮ, ਨੈਤਿਕਤਾ ਅਤੇ ਚੰਗੇ ਬੁਰੇ ਨਾਲ ਸੰਬੰਧਿਤ ਹੋਵੇ। ਇਸ ਵਿੱਚ ਅਜਿਹਾ ਕੁਛ ਨਹੀਂ ਹੈ। ਸਾਡੀ ਰੂਹ ਸ਼ੁੱਧ ਚੇਤਨਾ ਹੈ ਅਤੇ ਜਿਸ ਵਿੱਚ ਸਭ ਕੁਛ ਜਾਣਨ ਦੀ ਸਮਰੱਥਾ ਹੈ, ਜੋ ਕਿਸੇ ਵੀ ਚੀਜ਼ ਜਿਸ ਨੂੰ ਉਹ ਚਾਹੇ ਉਸ ਬਾਰੇ ਚੇਤਨ ਹੋ ਸਕਦੀ ਹੈ। ਆਤਮਾ ਇਹਨਾਂ ਸਾਰਿਆਂ ਤਜਰਬਿਆਂ ਨੂੰ ਪੈਦਾ ਕਰਨ ਲਈ ਮਨ ਦੀ ਵਰਤੋਂ ਕਰਦੀ ਹੈ। ਇਸ ਲਈ ਮਨ ਨਾਮ ਦੇ ਇਸ ਯੰਤਰ ਨੇ ਸਾਡੇ ਲਈ ਇੱਕ ਛੋਟੀ ਜਿਹੀ ਸਮੱਸਿਆ ਪੈਦਾ ਕਰ ਦਿੱਤੀ। ਸਮੱਸਿਆ ਇਹ ਕਿ ਅਸੀਂ ਆਪਣੇ ਆਪ ਨੂੰ ਮਨ ਸਮਝਣ ਲੱਗ ਪਏ। ਅਸੀਂ ਨਹੀਂ ਸੋਚਦੇ ਕਿ ਅਸੀਂ ਆਤਮਾ ਜਾਂ ਚੇਤਨਾ ਹਾਂ, ਅਸੀਂ ਆਪਣੇ ਆਪ ਨੂੰ ਮਨ ਸਮਝਦੇ ਹਾਂ। ਫਿਲੋਸਫਰਸ ਕਹਿੰਦੇ ਹਨ, ਮੈਂ ਸੋਚਦਾ ਹਾਂ ਇਸ ਲਈ ਮੈਂ ਹਾਂ। ਇਹ ਬਿਲਕੁਲ ਵੀ ਸਹੀ ਨਹੀਂ, ਬਲਕਿ ਸੱਚ ਇਸ ਤਰ੍ਹਾਂ ਹੈ, ਮੈਂ ਹਾਂ ਇਸ ਲਈ ਮੇਰੇ ਕੋਲ ਮਨ ਹੈ ਅਤੇ ਮੈਂ ਸੋਚ ਸਕਦਾ ਹਾਂ। ਮਨ ਦੀ ਵਰਤੋਂ ਕਰਕੇ ਹੀ ਤੁਸੀਂ ਸੋਚ ਸਕਦੇ ਹੋ। ਇਹ ਨਹੀਂ ਕਿ ਚੇਤਨਾ ਖੁਦ ਹੀ ਸੋਚਦੀ ਹੈ, ਚੇਤਨਾ ਨੂੰ ਇੱਕ ਯੰਤਰ ਦੀ ਜ਼ਰੂਰਤ ਹੁੰਦੀ ਹੈ ਅਤੇ ਉਹ ਯੰਤਰ ਹੈ ਮਨ। ਪਰ ਅਸੀਂ ਆਪਣੇ ਆਪ ਨੂੰ ਮਨ ਨਾਲ ਜੋੜ ਕੇ ਪਛਾਣਦੇ ਹਾਂ। ਅਸੀਂ ਸੋਚਦੇ ਹਾਂ ਕਿ ਅਸੀਂ ਇੱਕ ਸੋਚਣ ਵਾਲੀ ਮਸ਼ੀਨ ਹਾਂ। ਇਸ ਲਈ ਸੋਚਣ ਵਾਲੀ ਮਸ਼ੀਨ ਸਾਡਾ ਆਪਣਾ ਆਪ ਹੈ, ਜਿਸ ਕਾਰਨ ਅਸੀਂ ਮਨ ਦੁਆਰਾ ਪੈਦਾ ਹੋਈਆਂ ਉਹਨਾਂ ਸਾਰੀਆਂ ਮੁਸ਼ਕਲਾਂ ਵਿੱਚ ਫਸ ਜਾਂਦੇ ਹਾਂ ਜਿਨ੍ਹਾਂ ਨੂੰ ਮਨ ਨੇ ਇੱਛਾ ਅਤੇ ਲਗਾਵ ਕਰਕੇ ਪੈਦਾ ਕੀਤਾ। ਮਹਾਤਮਾ ਬੁੱਧ ਨੇ ਕਿਹਾ ਕਿ ਮਨੁੱਖ ਦੀਆਂ ਸਾਰੀਆਂ ਦੁੱਖ ਤਕਲੀਫਾਂ ਦੀ ਜੜ੍ਹ ਇੱਛਾ ਅਤੇ ਲਗਾਵ ਹੈ। ਇਹਨਾਂ ਨਾਲ ਹੋਰ ਕੁਝ ਵੀ ਸੰਭਵ ਨਹੀਂ। ਇਹਨਾਂ ਸਭ ਨੂੰ ਮਨ ਨੇ ਬਣਾਇਆ। ਮਨ ਇਹਨਾਂ ਸਭ ਦੇ ਪਿੱਛੇ ਹੈ। ਮਨ ਨੇ ਅਨੁਭਵ ਪੈਦਾ ਕਰਨ ਤੋਂ ਬਾਅਦ ਇਹਨਾਂ ਹੀ ਅਨੁਭਵਾਂ ਦੀ ਚਾਹਤ ਕੀਤੀ ਅਤੇ ਫਿਰ ਉਹਨਾਂ ਨਾਲ ਜੁੜ ਗਿਆ ਅਤੇ ਅਸੀਂ ਇਹਨਾਂ ਅਨੁਭਵਾਂ ਵੱਲ ਮੁੜ ਵਾਰ ਵਾਰ ਖਿੱਚੇ ਚਲੇ ਜਾਂਦੇ ਹਾਂ। ਅਸੀਂ ਆਪਣੇ ਆਪ ਨੂੰ ਮਨ ਸਮਝਦੇ ਹਾਂ। ਸਿਰਫ ਮਨ ਹੀ ਨਹੀਂ, ਬਲਕਿ ਅਸੀਂ ਸਮਝਦੇ ਹਾਂ ਕਿ ਇਹ ਗਿਆਨ ਇੰਦਰੀਆਂ ਜੋ ਮਨ ਲਈ ਕੰਮ ਕਰਦੀਆਂ ਹਨ, ਇਹ ਸਾਡਾ ਆਪਣਾ ਆਪ ਹੈ, ਕਿ ਸੰਸਾਰ ਕੇਵਲ ਉਹ ਹੀ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਅਤੇ ਇੱਥੇ ਹੋਰ ਕੁਛ ਵੀ ਨਹੀਂ। ਅਸੀਂ ਸਮਝਦੇ ਹਾਂ ਕਿ ਇੱਥੇ ਉਹੀ ਹੈ ਜਿਸ ਨੂੰ ਅਸੀਂ ਗਿਆਨ ਇੰਦਰੀਆਂ ਨਾਲ ਮਹਿਸੂਸ ਕਰਦੇ ਹਾਂ। ਸਿਰਫ ਇਹ ਹੀ ਨਹੀਂ, ਬਲਕਿ ਇਹ ਗਿਆਨ ਇੰਦਰੀਆਂ ਇਸ ਸਥੂਲ ਸਰੀਰ ਵਿੱਚ ਹੋ ਕੇ ਕੰਮ ਕਰਦੀਆਂ ਹਨ। ਅਸੀਂ ਆਪਣੇ ਆਪ ਨੂੰ ਅਸਲੀਅਤ ਤੋਂ 3 ਕਦਮ ਦੂਰ ਸਮਝਦੇ ਹਾਂ। ਸਾਨੂੰ ਆਪਣੇ ਬਾਰੇ ਪਤਾ ਨਹੀਂ, ਕਿਉਂਕਿ ਅਸੀਂ ਆਪਣੇ ਆਪ ਨੂੰ ਮਨ ਸਮਝਦੇ ਹਾਂ। ਗਲਤ, ਅਸੀਂ ਸੋਚਦੇ ਹਾਂ ਕਿ ਗਿਆਨ ਇੰਦਰੀਆਂ ਹੀ ਸੰਸਾਰ ਨੂੰ ਉਤਪੰਨ ਕਰ ਰਹੀਆਂ ਹਨ, ਇਸ ਲਈ ਅਸੀਂ ਇਹ ਇੰਦਰੀਆਂ ਹਾਂ। ਗਲਤ, ਕਿਉਂਕਿ ਇਹ ਗਿਆਨ ਇੰਦਰੀਆਂ ਸਥੂਲ ਸਰੀਰ ਵਿੱਚ ਹਨ ਜਿਹੜਾ ਇਸ ਪ੍ਰਣਾਲੀ ਦੇ ਬਾਹਰ ਹੈ, ਇਸ ਲਈ ਅਸੀਂ ਸਥੂਲ ਸਰੀਰ ਹਾਂ। ਗਲਤ, ਅਸੀਂ 3 ਵੱਡੀਆਂ ਗਲਤੀਆਂ ਕਰ ਰਹੇ ਹਾਂ ਅਤੇ ਇਹਨਾਂ 3 ਵੱਡੀਆਂ ਗਲਤੀਆਂ ਕਰਕੇ ਅਸੀਂ ਆਪਣੇ ਆਪ ਤੋਂ ਦੂਰ ਚਲੇ ਗਏ ਅਤੇ ਅਸੀਂ ਨਹੀਂ ਜਾਣਦੇ ਕਿ ਅਸੀਂ ਕੌਣ ਹਾਂ। ਇਹ ਬਹੁਤ ਚੰਗੀ ਗੱਲ ਹੈ ਕਿ ਇਹਨਾਂ ਸਥੂਲ ਚੀਜ਼ਾਂ ਵਿੱਚ ਜੋ ਸਾਨੂੰ ਜਕੜ ਕੇ ਰੱਖਦੀਆਂ ਹਨ, ਉਹ ਸਥੂਲ ਅਨੁਭਵ ਵੀ ਸ਼ਾਮਲ ਹੈ ਜੋ ਸਾਨੂੰ ਆਪਣੇ ਆਪ ਦੇ ਗਿਆਨ ਵਿੱਚ ਵਾਪਸ ਲਿਜਾ ਸਕਦਾ ਹੈ। ਅਤੇ ਇਸ ਸਥੂਲ ਅਨੁਭਵ ਵਿੱਚੋਂ ਕਿਹੜੀ ਚੀਜ਼ ਹੈ? ਇੱਕ ਸਾਡੇ ਹੀ ਤਰ੍ਹਾਂ ਦਾ ਮਨੁੱਖ ਜੋ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਆਉਂਦਾ ਹੈ ਅਤੇ ਸਾਨੂੰ ਆਪਣੇ ਆਪ ਦੇ ਗਿਆਨ ਵਿੱਚ ਵਾਪਸ ਲੈ ਜਾਂਦਾ ਹੈ। ਇੱਕ ਪਰਮ ਸੰਤ ਸਤਿਗੁਰੂ ਇਹ ਕਦੇ ਨਹੀਂ ਕਹਿੰਦਾ
ਮੇਰੇ ਪਿੱਛੇ ਚੱਲੋ, ਇਸ ਸੰਸਾਰ ਵਿੱਚ ਮੇਰੇ ਪਿੱਛੇ ਚੱਲੋ। ਉਹ ਕਹਿੰਦਾ ਹੈ ਆਪਣੇ ਅੰਦਰ ਜਾਓ, ਉਹ ਕਹਿੰਦਾ ਹੈ ਮੈਂ ਸਿਰਫ ਤੁਹਾਡੀ ਚੇਤਨਾ ਦਾ ਪ੍ਰਤੀਬਿੰਬ ਹਾਂ। ਇੱਕ ਪਰਮ ਸੰਤ ਸਤਿਗੁਰੂ ਦੀ ਆਪਣੀ ਕੋਈ ਪਛਾਣ ਨਹੀਂ ਹੁੰਦੀ, ਉਹ ਬਾਕੀ ਦੀ ਰਚਨਾ ਵਾਂਗ ਹੀ ਪ੍ਰਗਟ ਹੁੰਦਾ ਹੈ। ਪਰ ਇੱਕ ਫਰਕ ਹੈ, ਇੱਕ ਪਰਮ ਸੰਤ ਸਤਿਗੁਰੂ ਵਿੱਚ ਉਹ ਚੇਤਨਾ ਹੁੰਦੀ ਹੈ ਜੋ ਕਿ ਸਾਡੀ ਆਪਣੀ ਕੁੱਲ ਚੇਤਨਾ ਹੈ। ਇਹ ਇੱਕ ਬਹੁਤ ਵੱਡੀ ਗੱਲ ਹੈ ਕਿ ਅਸੀਂ ਇਸ ਇੱਕ ਸ਼ੋਅ ਸਥਾਪਿਤ ਕਰ ਸਕਦੇ ਹਾਂ, ਅਸੀਂ ਸ਼ੋਅ ਦੇ ਕਿਰਦਾਰ ਨਿਰਧਾਰਿਤ ਕਰ ਸਕਦੇ ਹਾਂ ਅਤੇ ਇੱਕ ਅਜਿਹੇ ਕਿਰਦਾਰ ਦੀ ਸਥਾਪਨਾ ਕਰ ਸਕਦੇ ਹਾਂ ਜਿਸ ਕੋਲ ਸਾਰਾ ਗਿਆਨ ਹੋਵੇ, ਜਿਸ ਕੋਲ ਸਾਰੇ ਸ਼ੋਅ ਦੇ ਅਸਲੀ ਸਿਰਜਣਹਾਰ ਦੀ ਚੇਤਨਾ ਹੋਵੇ ਅਤੇ ਉਹ ਵੀ ਇੱਕ ਕਿਰਦਾਰ ਦੀ ਤਰ੍ਹਾਂ ਹੀ ਹੋਵੇ। ਕਦੇ ਕਦੇ ਅਸੀਂ ਕੈਂਟਰਬਰੀ ਟੇਲਸ ਨਾਂ ਦੇ ਸਾਹਿਤਕ ਲੇਖਾ ਤੋਂ ਉਦਾਹਰਣ ਦਿੰਦੇ ਹਾਂ। ਤੁਹਾਡੇ ਵਿੱਚੋਂ ਕੁਛ ਨੇ ਮੇਰੇ ਤੋਂ ਪਹਿਲਾਂ ਇਹ ਕਹਾਣੀ ਸੁਣੀ ਹੋਵੇਗੀ, ਕੁਛ ਨੇ ਸ਼ਾਇਦ ਨਾ ਸੁਣੀ ਹੋਵੇ ਕਿ ਇੱਕ ਅੰਗਰੇਜ਼ੀ ਲੇਖਕ ਜੈਫਰੀ ਚੋਸਰ ਨੇ ਦੀ ਕੈਂਟਰਬਰੀ ਟੇਲਸ ਨਾਮ ਦੀ ਇੱਕ ਕਿਤਾਬ ਲਿਖੀ ਹੈ। ਇਹ 20 ਜਾਂ 30 ਤੀਰਥ ਯਾਤਰਾਵਾਂ ਦੀ ਕਹਾਣੀ ਹੈ ਜੋ ਕੈਂਟਰਬਰੀ ਜਾ ਰਹੇ ਸਨ। ਇਹ ਕਹਾਣੀ 17ਵੀਂ ਸਦੀ ਵਿੱਚ ਲਿਖੀ ਗਈ ਸੀ। ਉਦੋਂ ਆਵਾਜਾਈ ਦਾ ਕੋਈ ਸਾਧਨ ਨਹੀਂ ਸੀ ਹੁੰਦਾ, ਇਸ ਲਈ ਉਹ ਘੋੜੇ, ਛੋਟੇ ਬੱਗੀਆਂ, ਛੋਟੇ ਗੱਡੇ ਅਤੇ ਪੈਦਲ ਹੀ ਤੀਰਥ ਯਾਤਰਾ ਕਰ ਰਹੇ ਸਨ। ਯਾਤਰੂਆਂ ਦਾ ਪੂਰਾ ਟੋਲਾ ਪੈਦਲ ਹੀ ਸਫ਼ਰ ਕਰ ਰਿਹਾ ਸੀ। ਕੈਂਟਰਬਰੀ ਬਹੁਤ ਦੂਰ ਸੀ ਅਤੇ ਉੱਥੇ ਤੱਕ ਪਹੁੰਚਣ ਲਈ ਕਈ ਦਿਨ ਲੱਗ ਜਾਂਦੇ ਸਨ। ਉਹ ਇੱਕ ਦੂਜੇ ਨੂੰ ਕਹਾਣੀਆਂ ਸੁਣਾਉਂਦੇ ਹਨ, ਗਾਣੇ ਕਵਿਤਾਵਾਂ ਗਾਉਂਦੇ ਹਨ। ਉਹ ਜਦੋਂ ਇਹ ਸਭ ਕਰ ਰਹੇ ਸੀ ਤਾਂ ਜੈਫਰੀ ਚੋਸਰ ਨੇ ਪੂਰੀ ਕਹਾਣੀ ਲਿਖੀ। ਚੋਸਰ ਆਪਣੇ ਆਪ ਨੂੰ ਵੀ ਇੱਕ ਕਿਰਦਾਰ ਵਜੋਂ ਪੇਸ਼ ਕਰਦਾ ਹੈ। ਉਹ ਵੀ ਯਾਤਰੂਆਂ ਦੇ ਟੋਲੇ ਨਾਲ ਚੱਲ ਰਿਹਾ ਹੈ ਅਤੇ ਸ਼ਰਧਾਲੂਆਂ ਦੇ ਵਿਚਕਾਰ ਹੀ ਰਹਿੰਦਾ ਹੈ। ਉਹ ਤੀਰਥ ਯਾਤਰੀ ਕੁਛ ਅਜਿਹੀਆਂ ਕਵਿਤਾਵਾਂ ਕਹਿੰਦੇ ਹਨ ਜਿਨ੍ਹਾਂ ਨੂੰ ਅਸੀਂ ਅੰਗਰੇਜ਼ੀ ਸਾਹਿਤ ਵਿੱਚ ਬਹੁਤ ਵਧੀਆ ਮੰਨਦੇ ਹਾਂ। ਉਹ ਇੱਕ ਕਿਰਦਾਰ ਦੇ ਚਰਿੱਤਰ ਨੂੰ ਕੁਛ ਸ਼ਾਨਦਾਰ ਢੰਗ ਨਾਲ ਵਰਣਨ ਕਰਦੇ ਨੇ। ਇਸ ਕਰਕੇ ਅਸੀਂ ਚੋਸਰ ਨੂੰ ਮਾਡਰਨ ਨਾਵਲ ਦਾ ਜਨਮਦਾਤਾ ਕਹਿੰਦੇ ਹਾਂ। ਇਸ ਤੋਂ ਪਹਿਲਾਂ ਕੋਈ ਨਾਵਲ ਨਹੀਂ ਸੀ, ਉਸ ਨੇ ਕਿਰਦਾਰਾਂ ਦਾ ਚਰਿੱਤਰ ਨਿਰਮਾਣ ਕੀਤਾ, ਕਿਉਂਕਿ ਇਸ ਤੋਂ ਪਹਿਲਾਂ ਕਿਰਦਾਰਾਂ ਦੇ ਨਾਮ 'ਤੇ ਸਿਰਫ ਇੱਕ ਰਾਜਾ ਅਤੇ ਇੱਕ ਰਾਣੀ ਹੀ ਹੁੰਦੇ ਸਨ ਅਤੇ ਹਰ ਰਾਜਾ ਅਤੇ ਰਾਣੀ ਇੱਕੋ ਜਿਹੇ ਹੀ ਹੁੰਦੇ ਸਨ। ਉਸ ਤੋਂ ਪਹਿਲਾਂ ਦੀਆਂ ਸਾਰੀਆਂ ਕਹਾਣੀਆਂ ਵਿੱਚ ਹਰ ਰਾਜਾ ਇੱਕ ਰਾਜੇ ਵਰਗਾ ਹੁੰਦਾ, ਹਰ ਰਾਣੀ ਇੱਕ ਰਾਣੀ ਵਰਗੀ ਹੁੰਦੀ ਸੀ, ਹਰ ਆਮ ਆਦਮੀ ਇੱਕ ਆਮ ਆਦਮੀ ਵਰਗਾ ਹੁੰਦਾ ਸੀ। ਜੋ ਨਾਮ ਤੁਸੀਂ ਕਿਰਦਾਰ ਨੂੰ ਦਿੰਦੇ ਸਨ ਉਹ ਉਸ ਵਰਗਾ ਹੀ ਹੁੰਦਾ। ਪਰ ਚੋਸਰ ਨੇ ਹਰ ਕਿਰਦਾਰ ਨੂੰ ਵਿਸ਼ੇਸ਼ ਖੂਬੀਆਂ ਦਿੱਤੀਆਂ ਜਿਸ ਨੂੰ ਉਸਨੇ ਚਰਿੱਤਰ ਨਿਰਮਾਣ ਕਿਹਾ। ਉਦਾਹਰਣ ਵਜੋਂ ਇੱਕ ਵਕੀਲ ਹੁੰਦਾ ਹੈ, ਤੀਰਥ ਯਾਤਰੂਆਂ ਵਿੱਚ ਇੱਕ ਵਕੀਲ ਵੀ ਸੀਗਾ। ਚੋਸਰ ਉਸ ਬਾਰੇ ਜਾਣਕਾਰੀ ਦਿੰਦਾ ਹੋਇਆ ਕਹਿੰਦਾ ਹੈ ਉਸ ਨਾਲੋਂ ਜ਼ਿਆਦਾ ਵਿਅਸਤ ਵਿਅਕਤੀ ਕੋਈ ਨਹੀਂ ਹੋਵੇਗਾ। ਉਹ ਅੱਜ ਕੱਲ੍ਹ ਦੇ ਵਕੀਲਾਂ ਵਾਂਗ ਹੀ ਲੱਗਦਾ ਹੈ। ਇਹ ਚਰਿੱਤਰ ਨਿਰਮਾਣ ਸੀ। ਉਸਨੇ ਇੱਕ ਔਰਤ, ਇੱਕ ਪਤਨੀ ਦਾ ਜ਼ਿਕਰ ਕੀਤਾ ਜੋ ਬਾਥ ਤੋਂ ਯਾਤਰਾ ਲਈ ਆਈ ਸੀ। ਬਾਥ ਇੰਗਲੈਂਡ ਦਾ ਇੱਕ ਸ਼ਹਿਰ ਹੈ। ਉਹ ਕਹਿੰਦਾ ਹੈ ਬਾਥ ਤੋਂ ਸੀ ਇੱਕ ਪਤਨੀ, ਚਰਚ ਵਿੱਚ ਪਤੀ ਉਸਦੇ ਸੀ 5, ਜਵਾਨੀ ਵੇਲੇ ਵੀ ਉਸਦੇ ਸੀ ਸਾਥੀ ਕਈ। ਪਰ ਚੋਸਰ ਕਹਿੰਦਾ ਹੈ ਮੈਂ ਉਹਨਾਂ ਬਾਰੇ ਗੱਲ ਨਹੀਂ ਕਰਾਂਗਾ। ਕਿਸੇ ਕਿਰਦਾਰ ਦੇ ਚਰਿੱਤਰ ਦਾ ਅਜਿਹਾ ਨਿਰਮਾਣ ਇਸ ਤੋਂ ਪਹਿਲਾਂ ਕਦੇ ਵੀ ਦੇਖਣ ਨੂੰ ਨਹੀਂ ਸੀ ਮਿਲਿਆ। ਇਹ ਕਿਸੇ ਆਧੁਨਿਕ ਨਾਵਲ ਦੀ ਕਥਾ ਲੱਗਦੀ ਹੈ, ਜਿਵੇਂ ਤੁਸੀਂ ਨਵੀਆਂ ਅਜੋਕੀਆਂ ਕਹਾਣੀਆਂ ਅਤੇ ਫਿਲਮਾਂ ਵਿੱਚ ਦੇਖਦੇ ਹੋ। ਇਸ ਲਈ ਚੋਸਰ ਇੱਕ ਚਰਿੱਤਰ ਲੇਖਕ ਦੇ ਰੂਪ ਵਿੱਚ ਜਾਣਿਆ ਜਾਂਦਾ ਹੈ। ਉਸਨੇ ਚਰਿੱਤਰਾਂ ਦਾ ਬਾਖੂਬੀ ਨਿਰਮਾਣ ਕੀਤਾ ਅਤੇ ਆਪਣੇ ਆਪ ਨੂੰ ਵੀ ਇੱਕ ਕਿਰਦਾਰ ਦੇ ਰੂਪ ਵਿੱਚ ਪੇਸ਼ ਕੀਤਾ। ਚੋਸਰ ਇੱਕ ਕਿਰਦਾਰ, ਲੇਖਕ ਚੋਸਰ ਹੁਣ ਕਿਰਦਾਰ ਚੋਸਰ ਬਣ ਚੁੱਕਿਆ ਹੈ ਅਤੇ ਉਹ ਵੀ ਬਾਕੀ ਤੀਰਥ ਯਾਤਰੂਆਂ ਨਾਲ ਚੱਲ ਰਿਹਾ ਹੈ। ਉਹ ਸਾਰੇ ਕਹਾਣੀਕਾਰ, ਉਹ ਸਾਰੇ ਸ੍ਰੇਸ਼ਟ ਕਵੀ ਕਿਰਦਾਰ ਚੋਸਰ ਨੂੰ ਕਹਿੰਦੇ ਹਾਂ ਚੱਲ ਹੁਣ ਤੂੰ ਵੀ ਸਾਨੂੰ ਕੋਈ ਕਹਾਣੀ ਸੁਣਾ, ਸਾਨੂੰ ਕੋਈ ਕਵਿਤਾ ਸੁਣਾ। ਚੋਸਰ ਜਵਾਬ ਦਿੰਦਾ ਹੈ ਮੈਂ ਤਾਂ ਕੋਈ ਕਵਿਤਾ ਜਾਣਦਾ ਹੀ ਨਹੀਂ। ਇੱਕ ਵਿਅਕਤੀ ਜਿਸਨੇ ਸਾਰੀ ਕਿਤਾਬ ਲਿਖੀ ਹੈ, ਉਹ ਵਿਅਕਤੀ ਜਿਸਨੇ ਹਰ ਇੱਕ ਕਿਰਦਾਰ ਦਾ ਹਰ ਹਿੱਸਾ ਲਿਖਿਆ ਹੈ, ਜਦੋਂ ਉਹ ਇੱਕ ਕਿਰਦਾਰ ਬਣਦਾ ਹੈ ਤਾਂ ਉਹ ਕਹਿੰਦਾ ਹੈ ਮੈਂ ਕੁਛ ਨਹੀਂ ਜਾਣਦਾ। ਉਹ ਕਹਿੰਦੇ ਹਨ ਇਹ ਸਹੀ ਨਹੀਂ, ਅਸੀਂ ਜਾਣਦੇ ਹਾਂ ਕਿ ਤੂੰ ਇੱਕ ਬਹੁਤ ਚੰਗਾ ਲੇਖਕ ਹੈ। ਉਹ ਕਹਾਣੀ ਵਿੱਚ ਵੀ ਉਸਦੀ ਪਛਾਣ ਕਰਵਾ ਦਿੰਦੇ ਹਨ। ਅਸੀਂ ਜਾਣਦੇ ਹਾਂ ਕਿ ਤੂੰ ਇੱਕ ਚੰਗਾ ਲੇਖਕ ਹੈ ਅਤੇ ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਚੰਗਾ ਕਵੀ ਹੋ ਸਕਦਾ ਹੈ, ਚੱਲ ਸਾਨੂੰ ਚੰਗੀ ਕਵਿਤਾ ਸੁਣਾ। ਅਤੇ ਫਿਰ ਚੋਸਰ ਉਸ ਕੈਂਟਰਬਰੀ ਟੇਲਸ ਨਾਂ ਦੀ ਕਿਤਾਬ ਦਾ ਇੱਕ ਕਿਰਦਾਰ ਸਾਰੀ ਕਿਤਾਬ ਦੀ ਸਭ ਤੋਂ ਘਟੀਆ ਕਵਿਤਾ ਕਹਿੰਦਾ ਹੈ।
ਇਹ ਸਾਰੀ ਕਿਤਾਬ ਦੀ ਸਭ ਤੋਂ ਘਟੀਆ ਕਵਿਤਾ ਹੈ। ਉਸ ਨੂੰ ਇਸ ਬਾਰੇ ਪਤਾ ਹੁੰਦੇ ਹੋਏ ਬਾਕੀ ਦੇ ਪਾਤਰ ਉਸ ਦੀ ਆਲੋਚਨਾ ਕਰਦੇ ਹਨ। ਓਏ ਨਹੀਂ, ਸਾਨੂੰ ਤੇਰੇ ਤੋਂ ਕੁਝ ਬਿਹਤਰ ਦੀ ਉਮੀਦ ਸੀ। ਸਵਾਲ ਪੁੱਛਿਆ ਗਿਆ ਹੈ ਪੁਸਤਕ ਦੇ ਲੇਖਕ ਚੌਸਰ, ਜਦੋਂ ਉਹ ਇੱਕ ਪਾਤਰ ਬਣ ਗਿਆ ਤਾਂ ਉਸਨੇ ਆਪਣੇ ਆਪ ਨੂੰ ਇੰਨੀ ਨੀਵੀਂ ਪੱਧਰ 'ਤੇ ਕਿਉਂ ਰੱਖਿਆ ਕਿ ਉਸਦੇ ਆਪਣੇ ਹੀ ਕਿਰਦਾਰ ਉਸਦਾ ਮਖੌਲ ਉਡਾ ਸਕਣ? ਅਸਲ ਵਿੱਚ ਇਹ ਜੀਸਸ ਕ੍ਰਾਈਸਟ ਦੀ ਤਰ੍ਹਾਂ ਹੀ ਹੈ। ਉਹ ਜੋ ਆਪਣੇ ਪਿਤਾ ਸਿਰਜਣਹਾਰ ਦਾ ਪੁੱਤਰ ਸੀ, ਉਸ ਨਾਲ ਇੱਕ ਮਿੱਕ ਸੀ ਅਤੇ ਉਸ ਨੂੰ ਉਸਦੀ ਆਪਣੀ ਸਿਰਜਣਾ ਹੀ ਨੇ ਹੀ ਸੂਲੀ 'ਤੇ ਚੜ੍ਹਾ ਦਿੱਤਾ। ਚੌਸਰ ਦੇ ਆਪਣੇ ਪਾਤਰਾਂ ਨੇ, ਜਿਨ੍ਹਾਂ ਦਾ ਉਸਨੇ ਖੁਦ ਨਿਰਮਾਣ ਕੀਤਾ ਸੀ, ਉਹਨਾਂ ਨੇ ਚੌਸਰ ਨਾਲ ਕਾਫ਼ੀ ਬੇਇਨਸਾਫੀ ਕੀਤੀ। ਚੌਸਰ ਨੇ ਅਜਿਹਾ ਕਿਉਂ ਕੀਤਾ? ਉਸਨੇ ਇਹ ਇਸ ਲਈ ਕੀਤਾ ਕਿਉਂਕਿ ਇਸ ਦੇ ਬਾਵਜੂਦ ਕਿ ਚੌਸਰ, ਜਿਸ ਨੇ ਇੱਕ ਕਿਰਦਾਰ ਦੇ ਰੂਪ ਵਿੱਚ ਬਹੁਤ ਹੀ ਘਟੀਆ ਕਵਿਤਾ ਪੜ੍ਹੀ, ਉਹ ਚੌਸਰ ਖੁਦ ਹੀ ਲੇਖਕ ਸੀ ਜਿਸ ਨੇ ਇਹ ਸਾਰੀਆਂ ਕਵਿਤਾਵਾਂ ਲਿਖੀਆਂ। ਜਦੋਂ ਪਰਮ ਸੰਤ ਸਤਿਗੁਰੂ ਇਸ ਸੰਸਾਰ ਵਿੱਚ ਆਉਂਦੇ ਨੇ, ਉਹ ਚੌਸਰ ਦੇ ਰੂਪ ਵਿੱਚ ਆਉਂਦੇ ਹਨ। ਉਹ ਆਉਂਦੇ ਹਨ ਅਤੇ ਉਹ ਉਹੀ ਪੱਧਰ ਦੇ ਬਣ ਜਾਂਦੇ ਹਨ। ਉਹਨਾਂ ਦਾ ਮਖੌਲ ਉਡਾਇਆ ਜਾ ਸਕਦਾ ਹੈ, ਉਹਨਾਂ ਦੀ ਆਲੋਚਨਾ ਕੀਤੀ ਜਾ ਸਕਦੀ ਹੈ, ਉਹਨਾਂ ਨੂੰ ਸੂਲੀ 'ਤੇ ਟੰਗਿਆ ਜਾ ਸਕਦਾ ਹੈ, ਲੋਕ ਉਹਨਾਂ 'ਤੇ ਦੋਸ਼ ਲਾ ਸਕਦੇ ਹਨ, ਲੋਕ ਉਹਨਾਂ ਨੂੰ ਅਦਾਲਤਾਂ ਵਿੱਚ ਲਿਜਾ ਸਕਦੇ ਹਨ, ਉਹਨਾਂ ਨੂੰ ਇਹ ਸਭ ਭੁਗਤਣਾ ਪੈ ਸਕਦਾ ਹੈ। ਕਿਉਂ? ਕਿਉਂਕਿ ਉਹ ਜਾਣਦੇ ਹਨ ਕਿ ਉਹ ਸਿਰਫ ਇੱਕ ਕਿਰਦਾਰ ਦੀ ਤਰ੍ਹਾਂ ਹਨ ਜੋ ਆਮ ਲੋਕਾਂ ਦੇ ਪੱਧਰ 'ਤੇ ਉਹਨਾਂ ਵਾਂਗੂ ਅਦਾਕਾਰੀ ਕਰਦੇ ਹਨ। ਉਹ ਉਹਨਾਂ ਲੋਕਾਂ ਨਾਲ ਨਜਿੱਠ ਰਹੇ ਹਨ ਜੋ ਉਹਨਾਂ ਦੀ ਲਿਸਟ ਵਿੱਚ ਹਨ ਜਿਨ੍ਹਾਂ ਨੂੰ ਉਹਨਾਂ ਨੇ ਘਰ ਵਾਪਸ ਲੈ ਕੇ ਜਾਣਾ ਹੈ। ਉਹ ਪੂਰੇ ਸ਼ੋਅ ਦੇ ਸਿਰਜਣਹਾਰ ਹਨ। ਕੱਲ੍ਹ ਮੈਂ ਇੱਕ ਕਿਤਾਬ ਖੋਲ੍ਹੀ ਇਹ ਦੇਖਣ ਲਈ ਕਿ ਉਸ ਦਿਨ ਦਾ ਸੰਕਲਪ ਸੰਦੇਸ਼ ਕੀ ਹੈ। ਮੈਂ ਕਦੀ ਕਦੀ ਅਜਿਹਾ ਕਰਦਾ ਹਾਂ। ਕੀ ਤੁਸੀਂ ਕਦੀ ਬੇਤਰਤੀਬ ਤਰੀਕੇ ਨਾਲ ਕੋਈ ਕਿਤਾਬ ਨਹੀਂ ਖੋਲ੍ਹੀ ਇਹ ਦੇਖਣ ਲਈ ਕਿ ਕੀ ਸੁਨੇਹਾ ਹੈ? ਸੋ ਮੈਂ ਵੀ ਇੱਕ ਕਿਤਾਬ ਖੋਲ੍ਹੀ। ਉਸ ਵਿੱਚ ਆਗਰਾ ਦੇ ਸਵਾਮੀ ਜੀ ਦੀਆਂ ਕਵਿਤਾਵਾਂ ਸਨ ਜੋ ਪਿਛਲੀ ਸਦੀ ਦੇ ਰਾਧਾ ਸਵਾਮੀ ਸੰਪਰਦਾਇ ਦੇ ਸੰਸਥਾਪਕ ਸਨ। ਉਹ ਬਹੁਤ ਮਸ਼ਹੂਰ ਸਨ। ਜੋ ਮੈਂ ਕਵਿਤਾ ਪੜ੍ਹੀ ਉਹ ਬਹੁਤ ਦਿਲਚਸਪ ਸੀ। ਉਹ ਕਹਿੰਦੇ ਹਨ, ਦਿਆਵਾਨ ਦਿਆਲ, ਜਿਸ ਦਾ ਮਤਲਬ ਹੈ ਉਹ ਜੋ ਦਿਆਲੂ ਸੰਤ ਮਹਾਤਮਾ ਦੇ ਰੂਪ ਵਿੱਚ ਆਉਂਦਾ ਹੈ, ਉਹ ਉਸ ਸਿਰਜਣਹਾਰ ਦੇ ਨਾਲ ਇਕਮਿਕ ਹੈ ਜੋ ਨਕਾਰਾਤਮਕ ਕਾਲ ਨੂੰ ਬਣਾਉਂਦਾ ਹੈ। ਅਤੇ ਉਹ ਕਹਿੰਦੇ ਹਨ, ਇਹ ਕਿਵੇਂ ਹੋ ਸਕਦਾ ਹੈ ਕਿ ਸੱਚਾ ਸਿਰਜਣਹਾਰ ਜੋ ਆਪਣੇ ਦੂਤ ਆਪਣੇ ਅੰਸ਼ ਨੂੰ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਭੇਜ ਰਿਹਾ ਹੈ, ਉਹ ਸਭ ਨਕਾਰਾਤਮਕ ਜਾਂ ਨੈਗੇਟਿਵ ਸ਼ਕਤੀਆਂ ਦਾ, ਨੈਗੇਟਿਵ ਕਾਲ ਦਾ, ਨੈਗੇਟਿਵ ਸਮੇਂ ਦਾ, ਉਹ ਸਭ ਕੁਝ ਨੈਗੇਟਿਵ ਜੋ ਘਟਦਾ ਪਿਆ ਹੈ ਉਸ ਦਾ ਵੀ ਸਿਰਜਣਹਾਰ ਹੈ। ਅਤੇ ਫਿਰ ਉਹ ਦਿਆਲ ਦੇ ਸਿਰਜਣਹਾਰ ਸਤਿਪੁਰਖ ਦੀ ਤਰਫ ਬੋਲਦਿਆਂ ਕਹਿੰਦਾ ਹੈ, ਮੈਂ ਦਿਆਲ ਅਤੇ ਕਾਲ ਦੋਹਾਂ ਨੂੰ ਬਣਾਇਆ। ਜੇ ਮੈਂ ਨੈਗੇਟਿਵ ਚੀਜ਼ਾਂ ਨਾ ਬਣਾਉਂਦਾ ਤਾਂ ਕਿਸੇ ਨੇ ਵੀ ਮੇਰੀ ਕਦਰ ਨਹੀਂ ਸੀ ਕਰਨੀ। ਉਹ ਕਹਿੰਦਾ ਹੈ, ਸਾਰੀ ਸਿਰਜਣਾ ਨੂੰ ਦੋ ਹਿੱਸਿਆਂ ਵਿੱਚ ਕਰਨ ਦਾ, ਦੋ ਪੱਖੀ ਕਰਨ ਦਾ ਮਕਸਦ ਇਸ ਚੇਤਨ ਆਤਮਾ ਨੂੰ ਦੋ ਪ੍ਰਕਾਰ ਦੇ ਉਲਟ ਅਨੁਭਵ ਦੇਣ ਦਾ ਹੀ ਸੀ। ਤੁਹਾਨੂੰ ਪਿਆਰ ਅਤੇ ਹਮਦਰਦੀ ਬਾਰੇ ਕੁਛ ਨਹੀਂ ਪਤਾ ਚੱਲ ਸਕਦਾ ਜਦੋਂ ਤੱਕ ਉਸ ਸਮੇਂ ਉਸ ਤੋਂ ਉਲਟ ਚੀਜ਼ ਦੀ ਸਿਰਜਣਾ ਨਾ ਹੋਈ ਹੋਵੇ। ਇਸ ਲਈ ਉਹ ਸਿਰਜਣਹਾਰ ਕਹਿੰਦਾ ਹੈ, ਮੈਂ ਦੋਵਾਂ ਪੱਖਾਂ ਦੀ ਰਚਨਾ ਕੀਤੀ ਹੈ ਅਤੇ ਇਹ ਇੱਕ ਤਰੀਕਾ ਹੈ ਜਿਸ ਨਾਲ ਤੁਸੀਂ ਦੂਜੇ ਪਾਸੇ ਦੀ ਕਦਰ ਕਰ ਸਕੋ। ਇਹ ਬਹੁਤ ਵਿਸ਼ਾਲ ਢੰਗ ਨਾਲ ਕੀਤਾ ਗਿਆ ਹੈ। ਉਹ ਕਹਿੰਦਾ ਹੈ, ਮੈਂ ਇੱਕ ਨਕਲਚੀ ਕਾਲ ਬਣਾਇਆ ਜੋ ਮੇਰੀ ਸਿਰਜਣਾ ਦੀ ਹੂ ਬਹੂ ਨਕਲ ਕਰੇ, ਤਾਂ ਮੈਂ ਇਸ ਤਰੀਕੇ ਨਾਲ ਬਣਤਰ ਕੀਤੀ ਕਿ ਮੇਰੇ ਕੋਲ ਚੰਗੀਆਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਜਿਨ੍ਹਾਂ ਦੀ ਤੁਸੀਂ ਉਹਨਾਂ ਤੋਂ ਵਿਪਰੀਤ ਤਜਰਬਿਆਂ ਤੋਂ ਬਾਅਦ ਕਦਰ ਕਰ ਸਕੋ। ਮੇਰੇ ਨਕਲਚੀ ਕਾਲ ਨੇ ਮੇਰੀ ਸਿਰਜਣਾ ਦੀ ਨਕਲ ਕੀਤੀ ਅਤੇ ਆਪਣੇ ਖੇਤਰ ਨੂੰ ਚੰਗੇ ਮਾੜੇ, ਚਿੱਟੇ ਕਾਲੇ, ਉਜਾਲੇ ਹਨੇਰੇ ਵਿੱਚ ਵੰਡਿਆ ਅਤੇ ਗਿਆਨ ਇੰਦਰੀਆਂ ਦੇ ਹਰੇਕ ਅਨੁਭਵਾਂ ਨੂੰ ਦੋਹਾਂ ਵਿਪਰੀਤ ਪੱਖਾਂ ਵਿੱਚ ਵੰਡ ਦਿੱਤਾ। ਜੇ ਹਰ ਅਨੁਭਵ ਦੋ ਵਿਪਰੀਤ ਪੱਖਾਂ ਵਿੱਚ ਨਾ ਹੁੰਦਾ ਤਾਂ ਇਸ ਸੰਸਾਰ ਦਾ ਅਨੁਭਵ ਕਰਨਾ ਅਸੰਭਵ ਸੀ। ਸੋ ਇਹ ਸਾਰੇ ਸ਼ੋਅ ਨੂੰ ਬਣਾਉਣ ਦੀ ਧਾਰਨਾ ਇਹ ਹੈ ਕਿ ਇਸ ਵਿੱਚ ਸੁੰਦਰਤਾ ਹੋਵੇ, ਦਇਆ ਹੋਵੇ, ਸਾਰੀਆਂ ਹੋਰ ਉੱਚਤਮ ਚੀਜ਼ਾਂ ਹੋਣ ਅਤੇ ਸਭ ਤੋਂ ਮਹੱਤਵਪੂਰਨ ਤੱਤ ਪਿਆਰ ਹੋਵੇ। ਜੇਕਰ ਇਸ ਸ਼ੋਅ ਦੀ ਕਿਸੇ ਹੋਰ ਢੰਗ ਨਾਲ ਸਿਰਜਣਾ ਕੀਤੀ ਗਈ ਹੁੰਦੀ ਤਾਂ ਇਹ ਸੰਭਵ ਨਹੀਂ ਸੀ ਹੋਣਾ। ਲੇਖਕ ਸ਼ੋਅ ਨੂੰ ਸਥਾਪਿਤ ਕਰਦਾ ਹੈ ਅਤੇ ਆਪਣੇ ਆਪ ਨੂੰ ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਇੱਕ ਕਿਰਦਾਰ ਦੀ ਤਰ੍ਹਾਂ ਪੇਸ਼ ਕਰਦਾ ਹੈ। ਉਹ ਉਸੇ ਪੱਧਰ 'ਤੇ ਕੰਮ ਕਰਦਾ ਹੈ ਜਿਸ ਪੱਧਰ ਉੱਤੇ ਉਸਦੇ ਕਿਰਦਾਰ ਹੁੰਦੇ ਹਨ।
ਜਦੋਂ ਉਹ ਕਿਰਦਾਰ ਸ਼ੋਅ ਦੇ ਪ੍ਰਭਾਵ ਅਨੁਸਾਰ ਘਰ ਵਾਪਸ ਜਾਣ ਨੂੰ ਤਿਆਰ ਹੋ ਜਾਂਦੇ ਹਨ ਤਾਂ ਉਹ ਉਹਨਾਂ ਨੂੰ ਘਰ ਵਾਪਸ ਲਿਜਾਂਦਾ ਹੈ। ਇਹ ਇੱਕ ਸ਼ਾਨਦਾਰ ਕਹਾਣੀ ਹੈ, ਇਹ ਇੱਕ ਸੱਚੀ ਕਹਾਣੀ ਹੈ, ਇਹ ਸ੍ਰਿਸ਼ਟੀ ਦੀ ਰਚਨਾ ਦੀ ਕਹਾਣੀ ਹੈ, ਪਰਮ ਸੰਤ ਸਤਿਗੁਰੂ ਦੇ ਕਾਰਜ ਦੀ ਕਹਾਣੀ ਹੈ, ਆਪੇ ਜਾਂ ਸਵੈ ਦੀ ਕਹਾਣੀ ਹੈ, ਚੇਤਨਾ ਦੀ ਕਹਾਣੀ ਹੈ। ਇੱਕ ਪਰਮ ਸੰਤ ਸਤਿਗੁਰੂ ਸਮੁੱਚੀ ਚੇਤਨਾ ਹੀ ਹੁੰਦਾ ਹੈ ਅਤੇ ਅਸੀਂ ਸਾਰੇ ਸਮੁੱਚੀ ਚੇਤਨਾ ਦੇ ਹਿੱਸੇ ਹਾਂ। ਅਸੀਂ ਵੱਖ ਵੱਖ ਵਿਖਾਈ ਦਿੰਦੇ ਹਾਂ, ਇਹ ਸ਼ੋਅ ਦਾ ਹਿੱਸਾ ਹੈ। ਅਸੀਂ ਵੱਖਰੇ ਵੱਖਰੇ ਦਿਖਦੇ ਹਾਂ, ਅਸੀਂ ਵੱਖ ਵੱਖ ਸਰੀਰਾਂ ਨਾਲ, ਵੱਖ ਵੱਖ ਵਿਚਾਰਾਂ ਨਾਲ, ਵੱਖ ਵੱਖ ਮਨਾਂ ਨਾਲ ਵੱਖ ਵੱਖ ਦਿਸਦੇ ਹਾਂ। ਇਹ ਵੱਖੋ ਵੱਖ ਦਾ ਫਰਕ ਪਾਇਆ ਗਿਆ, ਪਰ ਇਹ ਫਰਕ ਕਿੱਥੇ ਪਾਇਆ ਗਿਆ? ਉਹ ਸਾਰੇ ਇੱਕ ਹੀ ਚੇਤਨਾ ਦੇ ਸਮੁੰਦਰ ਵਿੱਚੋਂ ਬਣਾਏ ਗਏ ਹਨ, ਜੋ ਕਿ ਹਮੇਸ਼ਾ ਤੋਂ ਇੱਕ ਹੀ ਹੈ। ਇਹ ਕਦੇ ਵੱਖ ਵੱਖ ਨਹੀਂ ਹੋਇਆ। ਤੁਹਾਨੂੰ ਇਸ ਬਾਰੇ ਪਰਮ ਸੰਤ ਸਤਿਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਚੱਲ ਕੇ ਪਤਾ ਲੱਗੇਗਾ। ਇਹ ਪਰਮ ਸੰਤ ਸਤਿਗੁਰੂ ਤੁਹਾਨੂੰ ਅਸਲੀਅਤ ਵਿੱਚ ਵਾਪਸ ਲੈ ਜਾਂਦੇ ਹਨ। ਅੰਤ ਵਿੱਚ ਕੇਵਲ ਇੱਕ ਹੀ ਚੇਤਨਾ ਹੈ, ਇੱਕ ਹੀ ਸਿਰਜਣਹਾਰ ਹੈ, ਇੱਕ ਹੀ ਅਨੁਭਵ ਹੈ ਅਤੇ ਬਹੁਤ ਸਾਰੇ ਅਨੁਭਵ ਉਸ ਇੱਕ ਵਿੱਚ ਹੀ ਹੋ ਰਹੇ ਹਨ। ਇਸ ਤੋਂ ਬਾਹਰ ਕੁਝ ਵੀ ਨਹੀਂ ਹੈ। ਕਈਆਂ ਨੂੰ ਇੱਕ ਤੋਂ ਹੀ ਬਣਾਇਆ ਗਿਆ ਹੈ। ਜੇਕਰ ਸਾਡੇ ਵਿੱਚੋਂ ਕਿਸੇ ਨੂੰ ਬੈਠੇ ਬੈਠੇ ਸੋਝੀ ਹੋ ਜਾਵੇ ਕਿ ਅਸੀਂ ਕੌਣ ਹਾਂ ਤਾਂ ਕੀ ਹੋਵੇਗਾ? ਜੇ ਅਚਾਨਕ ਸਾਨੂੰ ਪਤਾ ਲੱਗੇ ਕਿ ਅਸੀਂ ਇਹ ਸਥੂਲ ਸਰੀਰ ਨਹੀਂ ਹਾਂ, ਇਹ ਕੇਵਲ ਸਾਡੇ ਉੱਤੇ ਇੱਕ ਪਹਿਰਾਵਾ ਹੈ, ਅਸੀਂ ਗਿਆਨ ਇੰਦਰੀਆਂ ਨਹੀਂ ਹਾਂ, ਉਹ ਸਾਡੇ ਬਾਹਰ ਦੇ ਨਾਟਕ ਨੂੰ ਦੇਖਣ ਜਾਂ ਮਹਿਸੂਸ ਕਰਨ ਲਈ ਵਰਤੇ ਜਾਣ ਵਾਲੇ ਯੰਤਰ ਹਨ। ਜੇਕਰ ਸਾਨੂੰ ਇਹ ਪਤਾ ਲੱਗ ਜਾਏ ਕਿ ਸਾਡੇ ਵਿਚਾਰ ਸਿਰਫ ਲਫ਼ਜ਼ਾਂ ਦਾ ਪ੍ਰਵਾਹ ਹਨ, ਇਹ ਸਾਡੇ ਖੁਦ ਵੱਲੋਂ ਆਪਣੇ ਅੰਦਰ ਕਾਇਮ ਕੀਤੀ ਹੋਈ ਮਸ਼ੀਨ ਦੇ ਚਿੱਤਰ ਦਾ ਪ੍ਰਵਾਹ ਹੈ ਅਤੇ ਅਸਲ ਵਿੱਚ ਅਸੀਂ ਇਹਨਾਂ ਤਿੰਨਾਂ ਤੋਂ ਪਰੇ ਹਾਂ, ਅਸੀਂ ਸਮੁੱਚੀ ਚੇਤਨਾ ਹੈ, ਤਾਂ ਸਾਡਾ ਅਨੁਭਵ ਕੀ ਹੋਵੇਗਾ? ਅਸੀਂ ਅਚਾਨਕ ਇਹ ਅਨੁਭਵ ਕਰਦੇ ਹਾਂ ਕਿ ਜੋ ਕੁਛ ਵੀ ਅਸੀਂ ਕਦੇ ਅਨੁਭਵ ਕੀਤਾ ਜਾਂ ਕਰਾਂਗੇ ਇੱਕ ਸਮੁੱਚਤਾ ਵਿੱਚ ਹੀ ਘਟਿਤ ਹੋ ਰਿਹਾ ਹੈ ਅਤੇ ਇਹ ਸਾਡਾ ਸੱਚਾ ਆਪਾ ਜਾਂ ਸਵੈ ਹੈ। ਸਾਨੂੰ ਅਨੁਭਵ ਹੁੰਦਾ ਹੈ ਕਿ ਸਾਡਾ ਸੱਚਾ ਆਪਾ ਕਦੇ ਵੀ ਇੱਕ ਤੋਂ ਜ਼ਿਆਦਾ ਨਹੀਂ ਹੋਇਆ। ਜੋ ਕੁਛ ਵੀ ਵਾਪਰਿਆ, ਜਿਸ ਨੇ ਅਨੇਕ ਦੇ ਅਨੁਭਵਾਂ ਨੂੰ ਦਿਖਾਇਆ, ਉਹ ਇੱਕ ਦੇ ਅੰਦਰ ਹੀ ਹੋ ਰਿਹਾ ਹੈ। ਇਸ ਤੋਂ ਬਾਹਰ ਕੁਛ ਵੀ ਨਹੀਂ ਹੋ ਰਿਹਾ, ਇਸ ਤੋਂ ਬਾਹਰ ਕੁਛ ਵੀ ਨਹੀਂ ਹੋ ਸਕਦਾ। ਇਹ ਇੱਕ ਬਹੁਤ ਵੱਡਾ ਖੁਲਾਸਾ ਹੈ। ਪਰਮ ਸੰਤ ਸਤਿਗੁਰੂ ਇਸ ਸੰਸਾਰ ਵਿੱਚ ਸਾਨੂੰ ਨਵੀਂ ਨੈਤਿਕਤਾ ਸਿਖਾਉਣ ਲਈ ਨਹੀਂ ਆਉਂਦੇ, ਉਹ ਸਾਨੂੰ ਜੀਵਨ ਦਾ ਤਰੀਕਾ ਸਿਖਾਉਣ ਲਈ ਨਹੀਂ ਆਉਂਦੇ, ਉਹ ਸਾਨੂੰ ਸਿਆਸੀ ਪ੍ਰਬੰਧਾਂ ਦੇ ਸੁਧਾਰ ਦੇ ਤਰੀਕੇ ਸਿਖਾਉਣ ਲਈ ਨਹੀਂ ਆਉਂਦੇ, ਉਹ ਸਾਨੂੰ ਇਹ ਦਰਸਾਉਣ ਲਈ ਆਉਂਦੇ ਹਨ ਕਿ ਸਰੀਰ ਵਿੱਚ ਫਸੇ ਹੋਣ 'ਤੇ ਵੀ, ਇੰਦਰੀਆਂ ਨਾਲ ਘਿਰੇ ਹੋਣ 'ਤੇ ਵੀ, ਆਪਣੇ ਮਨ ਦੇ ਜਾਲ ਵਿੱਚ ਗ੍ਰਸਤ ਹੋਣ 'ਤੇ ਵੀ ਅਸੀਂ ਆਪਣੇ ਆਪ ਦਾ ਅਨੁਭਵ ਕਰ ਸਕਦੇ ਹਾਂ। ਇਸ ਅਨੁਭਵ ਵਿੱਚ ਸਭ ਤੋਂ ਪਹਿਲਾਂ ਉਹ ਸਮੁੱਚਤਾ ਸਾਡੇ ਤੋਂ ਬਾਹਰ ਇੱਕ ਮਨੁੱਖ, ਇੱਕ ਪਰਮ ਸੰਤ ਸਤਿਗੁਰੂ ਦੇ ਰੂਪ ਵਿੱਚ ਇਸ ਰਚਨਾ ਦੇ ਸ਼ੋਅ ਵਿੱਚ ਪ੍ਰਗਟ ਹੁੰਦੀ ਹੈ। ਫਿਰ ਕਦਮ ਦਰ ਕਦਮ ਆਪਣੇ ਅੰਦਰ ਜਾ ਕੇ ਵੱਡੇ ਮਾਰੇ ਸ਼ਬਦਾਂ ਵਿੱਚ ਦਰਜਾ ਬਾ ਦਰਜਾ ਤੁਸੀਂ ਆਪਣੀ ਅਸਲੀਅਤ ਨੂੰ ਲੱਭਦੇ ਹੋ। ਤੁਹਾਨੂੰ ਪਤਾ ਲੱਗ ਜਾਂਦਾ ਹੈ ਕਿ ਪਰਮ ਅਸਲੀਅਤ ਹਰ ਸਮੇਂ ਸਿਰਫ ਇੱਕ ਹੀ ਚੇਤਨਾ ਸੀ, ਉਸ ਵਿੱਚ ਹੀ ਵੱਖ ਵੱਖ ਦਾ ਪ੍ਰਦਰਸ਼ਨ ਹੋਇਆ ਅਤੇ ਅਸੀਂ ਇੱਕ ਦੇ ਹੀ ਅੰਸ਼ ਹਾਂ ਅਤੇ ਕਦੇ ਵੱਖ ਸੀ ਹੀ ਨਹੀਂ। ਸਾਡੀ ਅਸਲੀਅਤ ਉਹ ਇੱਕ ਹੀ ਹੈ, ਬਾਕੀ ਸਾਰੇ ਬਣਾਏ ਹੋਏ ਹਨ, ਬਾਕੀ ਸਭ ਕੁਛ ਇੱਕ ਭਰਮ ਹੈ। ਹਰ ਜਗਿਆਸੂ ਕੋਲ ਬਹੁਤ ਵਧੀਆ ਮੌਕਾ ਹੈ। ਜੋ ਵੀ ਸੱਚ ਲੱਭਣ ਦੀ ਜਗਿਆਸਾ ਕਰਦਾ ਹੈ ਉਹ ਇਸ ਨੂੰ ਲੱਭ ਸਕਦਾ ਹੈ। ਤੁਸੀਂ ਕਿਸ ਤਰ੍ਹਾਂ ਇਸ ਨੂੰ ਲੱਭ ਸਕਦੇ ਹੋ? ਅੰਦਰ ਜਾ ਕੇ। ਅੰਦਰ ਕਿਵੇਂ ਜਾਇਆ ਜਾਏ? ਆਪਣੇ ਬਾਹਰੀ ਜੀਵਨ ਵਿੱਚ ਅਜਿਹੇ ਕਿਸੇ ਵਿਅਕਤੀ ਦੀ ਖੋਜ ਕਰਕੇ ਜੋ ਅੰਦਰ ਜਾ ਚੁੱਕਾ ਹੋਵੇ ਅਤੇ ਉਹ ਅੰਦਰ ਜਾ ਚੁੱਕਾ ਵਿਅਕਤੀ ਜੋ ਤੁਹਾਨੂੰ ਬਾਹਰੀ ਜ਼ਿੰਦਗੀ ਵਿੱਚ ਲੱਭਦਾ ਹੈ ਉਹ ਤੁਹਾਨੂੰ ਉੱਥੇ ਤੱਕ ਹੀ ਲੈ ਕੇ ਜਾ ਸਕਦਾ ਹੈ ਜਿੱਥੇ ਤੱਕ ਉਹ ਆਪ ਗਿਆ ਹੋਵੇ। ਉਹ ਤੁਹਾਨੂੰ ਹੋਰ ਜ਼ਿਆਦਾ ਨਹੀਂ ਲੈ ਕੇ ਜਾ ਸਕਦਾ। ਰੂਹਾਨੀ ਜਾਗਰੂਕਤਾ ਦੇ ਇਸ ਵਿਸ਼ੇ ਵਿੱਚ ਮੁਸ਼ਕਿਲ ਇਹ ਹੈ ਕਿ ਇਸ ਦਾ ਹਰ ਪੱਧਰ ਅੰਤਮ ਪੱਧਰ ਦੀ ਤਰ੍ਹਾਂ ਦਿਸਦਾ ਹੈ। ਲੋਕਾਂ ਨੂੰ ਕੋਈ ਛੋਟੀ ਜਿਹੀ ਝਲਕ ਮਿਲਦੀ ਹੈ ਅਤੇ ਉਹ ਕਹਿੰਦੇ ਹਨ ਇਹ ਹੀ ਅਸਲੀਅਤ ਹੈ। ਲੋਕ ਆਪਣੇ ਅੰਦਰੂਨੀ ਤਜਰਬਿਆਂ ਵਿੱਚ ਵੱਖੋ ਵੱਖ ਤਰ੍ਹਾਂ ਦੀ ਯਾਤਰਾ ਕਰਦੇ ਹਨ। ਕੁਛ ਲੋਕਾਂ ਨੂੰ ਆਪਣੇ ਹੇਠਲੇ ਵੱਖ ਵੱਖ ਚੱਕਰਾਂ ਤੋਂ ਕੁਛ ਤਜਰਬੇ ਆਉਂਦੇ ਹਨ। ਕਈ ਲੋਕ ਨਸ਼ੇ ਲੈ ਕੇ ਕਹਿੰਦੇ ਹਨ ਕਿ ਉਹਨਾਂ ਨੂੰ ਇੰਦਰੀਆਂ ਤੋਂ ਪਰੇ ਦੇ ਅਨੁਭਵ ਪ੍ਰਾਪਤ ਹੋਏ ਹਨ। ਜੋ ਜੋ ਵੀ ਉਹ ਕਰਦੇ ਹਨ ਹਰ ਅਨੁਭਵ ਉਹਨਾਂ ਨੂੰ ਸਤੂਲ ਤੋਂ ਪਰੇ ਦਾ ਅੰਤਮ ਅਨੁਭਵ ਲੱਗਦਾ ਹੈ। ਇਸ ਲਈ ਇਹ ਬੰਦਸ਼ਾਂ ਜਾਂ ਕਮੀਆਂ ਹਨ। ਹਰੇਕ ਅਧਿਆਪਕ
ਹਰੇਕ ਕਿਸਮ ਦੇ ਮਹਾਤਮਾ ਦੀ ਹੱਦ ਹੁੰਦੀ ਹੈ ਕਿ ਉਹ ਤੁਹਾਨੂੰ ਕੀ ਸਿਖਾ ਸਕਦਾ ਹੈ ਅਤੇ ਤੁਹਾਨੂੰ ਕਿੱਥੇ ਤੱਕ ਲਿਜਾ ਸਕਦਾ ਹੈ। ਮੇਰੇ ਅਨੁਸਾਰ ਇਹਨਾਂ ਵਿੱਚੋਂ ਜ਼ਿਆਦਾਤਰ ਮੈਂ ਹੁਣੇ ਹੁਣੇ ਆਪਣਾ 84ਵਾਂ ਜਨਮ ਦਿਨ ਮਨਾਇਆ ਹੈ ਅਤੇ ਤੁਸੀਂ ਆ ਕੇ ਮੈਨੂੰ ਮੇਰੇ ਜਨਮ ਦਿਨ ਦੀਆਂ ਮੁਬਾਰਕਾਂ ਦੇ ਰਹੇ ਹੋ। ਇਸ ਚੀਜ਼ ਦੀ ਖੋਜ ਕਰਨ ਲਈ 84 ਸਾਲ ਭੌਤਿਕ ਸੰਸਾਰ ਵਿੱਚ ਇੱਕ ਸਰੀਰ ਵਿੱਚ ਕਾਫੀ ਸਮਾਂ ਹੈ। ਮੇਰੇ ਅਨੁਸਾਰ 99.9% ਅਧਿਆਪਕ ਜੋ ਅੱਜ ਕੱਲ੍ਹ ਰੂਹਾਨੀਅਤ ਸਿਖਾ ਰਹੇ ਹਨ ਉਹ ਸਾਨੂੰ ਸਿਰਫ ਮਨ ਦੇ ਅੰਦਰ ਤੱਕ ਅਤੇ ਬਾਹਰ ਦੇ ਬ੍ਰਹਿਮੰਡ ਬਾਰੇ ਹੀ ਦੱਸਦੇ ਹਨ। ਉਹਨਾਂ ਨੇ ਸਾਨੂੰ ਵੱਖੋ ਵੱਖ ਪੱਧਰਾਂ ਬਾਰੇ ਜਾਣੂ ਕਰਾਇਆ। ਉਹਨਾਂ ਨੇ ਸਾਨੂੰ ਅੰਦਰੂਨੀ ਅਨੁਭਵ ਦਿੱਤੇ। ਉਹਨਾਂ ਨੇ ਸਾਨੂੰ ਅੰਦਰ ਅਣਜਾਣ ਥਾਵਾਂ ਦੀ ਯਾਤਰਾ ਕਰਾਈਆਂ, ਪਰ ਇਹ ਸਭ ਸਮੇਂ, ਸਥਾਨ ਅਤੇ ਮਨ ਦੀ ਪੱਧਰ ਤੱਕ ਹੀ ਹਨ। ਪਰਮ ਸੰਤ ਸਤਿਗੁਰੂ ਜੋ ਸਾਨੂੰ ਇਹ ਦੱਸ ਸਕਦੇ ਹਨ ਕਿ ਸਾਡੇ ਆਪਣੇ ਆਪ ਦੀ ਅਸਲੀਅਤ ਵਿੱਚ ਵਖਰੇਵਾ ਨਹੀਂ ਹੈ ਅਤੇ ਇਹ ਮਨ ਤੋਂ ਪਰੇ ਹੈ, ਉਹਨਾਂ ਦੀ ਗਿਣਤੀ ਬਹੁਤ ਹੀ ਘੱਟ ਹੈ। ਕਿਸੇ ਵੇਲੇ ਵੀ ਇਹਨਾਂ ਪਰਮ ਸੰਤ ਸਤਿਗੁਰਾਂ ਦੀ ਸੰਖਿਆ ਇੰਨੀ ਘੱਟ ਹੁੰਦੀ ਹੈ ਕਿ ਤੁਸੀਂ ਉਹਨਾਂ ਨੂੰ ਆਪਣੇ ਹੱਥਾਂ ਦੀਆਂ ਉਂਗਲੀਆਂ ਨਾਲ ਗਿਣ ਸਕਦੇ ਹੋ। ਉਹ ਬਹੁਤ ਥੋੜ੍ਹੇ ਹੁੰਦੇ ਹਨ। ਇਸ ਲਈ ਖੋਜ ਕਰਕੇ ਇਹਨਾਂ ਮਹਾਤਮਾਵਾਂ ਦੀ ਇੱਕ ਸੂਚੀ ਬਣਾਉਣਾ ਸੰਭਵ ਨਹੀਂ। ਤੁਸੀਂ ਇੰਟਰਨੈੱਟ 'ਤੇ ਜਾ ਸਕਦੇ ਹੋ ਅਤੇ ਹਜ਼ਾਰਾਂ ਮਹਾਤਮਾ ਹਰ ਦੇਸ਼ ਵਿੱਚ ਇੱਕੋ ਜਿਹੀ ਗੱਲ ਸਿਖਾ ਰਹੇ ਹਨ। ਦਰਅਸਲ ਭਾਰਤ ਵਿੱਚ ਤਾਂ ਵਿਦਿਆਰਥੀਆਂ ਨਾਲੋਂ ਜ਼ਿਆਦਾ ਮਹਾਤਮਾ ਹਨ ਅਤੇ ਵੱਡੇ ਮਹਾਰਾਜ ਕਹਿੰਦੇ ਸਨ ਗੁਰਤਾ ਇੰਨੀ ਵੱਧ ਗਈ ਹੈ ਕਿ ਗੁਰੂਆਂ ਦੀ ਗਿਣਤੀ ਚੇਲਿਆਂ ਨਾਲੋਂ ਕਿਤੇ ਜ਼ਿਆਦਾ ਹੈ। ਇਸ ਲਈ ਲੋਕ ਹਰ ਚੀਜ਼ ਸਿਖਾ ਰਹੇ ਹਨ, ਪਰੰਤੂ ਇਹ ਪਰਮ ਸੰਤ ਸਤਿਗੁਰੂ ਸਾਨੂੰ ਸਿੱਖਿਆ ਨਹੀਂ ਦਿੰਦੇ। ਉਹ ਕੁਛ ਸਿਖਾਉਣ ਲਈ ਨਹੀਂ ਇੱਥੇ ਆਉਂਦੇ, ਉਹ ਸਾਨੂੰ ਘਰ ਵਾਪਸ ਲਿਜਾਣ ਲਈ ਇੱਥੇ ਆਉਂਦੇ ਹਨ। ਇਹਨਾਂ ਦੋਹਾਂ ਗੱਲਾਂ ਵਿਚਕਾਰ ਇੱਕ ਵੱਡਾ ਅੰਤਰ ਹੈ। ਉਹ ਸਿਖਾਉਂਦੇ ਹਨ ਕਿਉਂਕਿ ਦੂਸਰੇ ਸਿਖਾ ਰਹੇ ਹਨ। ਉਹ ਸਾਨੂੰ ਘਰ ਵਾਪਸ ਲਿਜਾਣ ਦੇ ਮਨੋਰਥ ਲਈ ਤਰੀਕੇ ਜਾਂ ਫਾਰਮੈਟ ਦੀ ਪਾਲਣਾ ਕਰਦੇ ਹਨ ਜਿਸ ਨੂੰ ਉਹ ਇਸ ਦੁਨੀਆਂ ਵਿੱਚ ਚੱਲ ਰਹੇ ਤਰੀਕੇ ਅਨੁਸਾਰ ਢਾਲ ਲੈਂਦੇ ਹਨ, ਕਿਉਂਕਿ ਸਾਡਾ ਮਨ ਇਸ ਦੁਨੀਆਂ ਵਿੱਚ ਚੱਲ ਰਹੇ ਤਰੀਕਿਆਂ ਜਾਂ ਫਾਰਮੈਟਾਂ ਤੋਂ ਇਲਾਵਾ ਕੁਛ ਸਵੀਕਾਰ ਕਰਨ ਨੂੰ ਤਿਆਰ ਨਹੀਂ ਹੁੰਦਾ। ਇਸ ਲਈ ਉਹ ਸਾਨੂੰ ਪੂਰੀ ਖੁੱਲ੍ਹ ਦਿੰਦੇ ਹਨ। ਉਹ ਕਹਿੰਦੇ ਹਨ ਠੀਕ ਹੈ, ਜਾਓ, ਇਸ ਦੀ ਪਾਲਣਾ ਕਰੋ, ਉਸ ਨੂੰ ਵੀ ਮੰਨੋ। ਕੀ ਇਹ ਤੁਹਾਡੇ ਲਈ ਬਿਹਤਰ ਹੈ? ਤਾਂ ਇਸ ਦੀ ਪਾਲਣਾ ਕਰੋ। ਕੀ ਤੁਸੀਂ ਕਿਸੇ ਹੋਰ ਚੀਜ਼ ਦੀ ਪਾਲਣਾ ਕਰ ਰਹੇ ਹੋ? ਉਹ ਵੀ ਕਰਦੇ ਰਹੋ, ਉਹ ਸਾਨੂੰ ਨਿਰਾਸ਼ ਨਹੀਂ ਕਰਦੇ। ਉਹ ਸਾਨੂੰ ਹਰ ਉਸ ਚੀਜ਼ ਲਈ ਉਤਸ਼ਾਹਿਤ ਕਰਦੇ ਹਨ ਜਿਸ ਬਾਰੇ ਉਹਨਾਂ ਨੂੰ ਲੱਗਦਾ ਹੈ ਕਿ ਉਹ ਚੀਜ਼ ਸਾਨੂੰ ਆਪਣੇ ਅੰਦਰ ਆਪੇ ਦੀ ਬੋਧ ਦੀ ਤਰਫ ਲਿਜਾ ਰਹੀ ਹੈ। ਉਹ ਇਹ ਵੀ ਨਹੀਂ ਕਹਿੰਦੇ ਕਿ ਪਹਿਲਾਂ ਕੋਈ ਪੂਰਨ ਗੁਰੂ ਲੱਭੋ ਅਤੇ ਫਿਰ ਉਸ ਦਾ ਪਾਲਣ ਕਰੋ। ਉਹ ਕਹਿੰਦੇ ਹਨ ਕਿਸੇ ਵੀ ਗੁਰੂ ਦੀ ਪਾਲਣਾ ਕਰੋ, ਕਿਸੇ ਵੀ ਅਧਿਆਪਕ ਦੀ ਪਾਲਣਾ ਕਰੋ ਜੋ ਤੁਹਾਨੂੰ ਆਪਣੇ ਅੰਦਰ ਜਾਣ ਲਈ ਕਹਿੰਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਇਹਨਾਂ ਵਿੱਚੋਂ ਜੋ ਵੀ ਲੋਕ ਸਾਡੀ ਜ਼ਿੰਦਗੀ ਵਿੱਚ ਆ ਕੇ ਸਾਨੂੰ ਆਪਣੇ ਅੰਦਰੂਨੀ ਸਰੂਪ ਵੱਲ ਜਾਣ ਦੀ ਸੇਧ ਦਿੰਦੇ ਹਨ ਉਹ ਉਹਨਾਂ ਦੇ ਮਾਰਗ ਵੱਲ ਹੀ ਇੱਕ ਕਦਮ ਲੈ ਰਹੇ ਹਨ। ਪਰ ਸਾਨੂੰ ਆਪਣੇ ਮਨ ਤੋਂ ਪਰੇ ਆਪਣੀ ਅਸਲੀਅਤ ਵੱਲ ਨੂੰ ਲਿਜਾਣ ਦਾ ਕੰਮ ਇੱਕ ਪਰਮ ਸੰਤ ਸਤਿਗੁਰੂ ਹੀ ਕਰ ਸਕਦਾ ਹੈ ਜੋ ਖੁਦ ਮਨ ਤੋਂ ਪਰੇ ਦੀ ਅਵਸਥਾ ਵਿੱਚ ਹੁੰਦੇ ਨੇ ਅਤੇ ਸਾਨੂੰ ਵੀ ਮਨ ਤੋਂ ਪਰੇ ਦੀ ਅਸਲੀਅਤ ਵੱਲ ਲੈ ਜਾਂਦੇ ਨੇ। ਇਸ ਲਈ ਇੱਕ ਪਰਮ ਸੰਤ ਸਤਿਗੁਰੂ ਨੂੰ ਲੱਭਣ ਦੀ ਯੋਗਤਾ ਬਹੁਤ ਹੀ ਸਰਲ ਹੈ। ਸੱਚ ਦੇ ਭਾਲ ਲਈ ਤੀਬਰ ਇੱਛਾ ਹੋਣੀ ਇਸ ਦੀ ਯੋਗਤਾ ਹੈ। ਜੇਕਰ ਤੁਸੀਂ ਆਪਣੇ ਮਨ ਕਰਕੇ ਖੋਜੀ ਹੋ, ਆਪਣੇ ਦਿਲ ਕਰਕੇ ਖੋਜੀ ਹੋ ਅਤੇ ਤੁਸੀਂ ਸੱਚ ਦੀ ਭਾਲ ਕਰ ਰਹੇ ਹੋ ਕਿਉਂਕਿ ਤੁਸੀਂ ਝੂਠ ਤੋਂ ਅੱਕ ਚੁੱਕੇ ਹੋ, ਜੇ ਤੁਸੀਂ ਅਸਲੀਅਤ ਦੀ ਭਾਲ ਕਰ ਰਹੇ ਹੋ ਕਿਉਂਕਿ ਤੁਹਾਨੂੰ ਲੱਗਦਾ ਹੈ ਕਿ ਇਹ ਸੰਸਾਰ ਨਾਟਕ ਬਹੁਤ ਗੁੰਝਲਦਾਰ ਹੈ, ਇਹ ਬਹੁਤ ਬੁਰਾ ਹੈ, ਤੁਸੀਂ ਸੋਚਦੇ ਹੋ ਕਿ ਬਹੁਤ ਹੋ ਗਿਆ, ਤੁਸੀਂ ਇਸ ਤੋਂ ਤੰਗ ਆ ਚੁੱਕੇ ਹੋ, ਜੇਕਰ ਤੁਹਾਡੀ ਇਹ ਸਥਿਤੀ ਹੋ ਚੁੱਕੀ ਹੈ ਅਤੇ ਤੁਸੀਂ ਭਾਲ ਵਿੱਚ ਹੋ ਤਾਂ ਆਖਿਰਕਾਰ ਤੁਹਾਡਾ ਇੱਕ ਪਰਮ ਸੰਤ ਸਤਿਗੁਰੂ ਨਾਲ ਮੇਲ ਜ਼ਰੂਰ ਹੋਵੇਗਾ। ਇਹੀ ਪ੍ਰਕਿਰਿਆ ਹੈ। ਜਿਗਿਆਸਾ ਤੋਂ ਇਲਾਵਾ ਇੱਕ ਪਰਮ ਸੰਤ ਸਤਿਗੁਰੂ ਨੂੰ ਲੱਭਣ ਦਾ ਹੋਰ ਕੋਈ ਤਰੀਕਾ ਨਹੀਂ। ਜੇ ਤੁਸੀਂ ਸੋਚਦੇ ਹੋ ਕਿ ਤੁਸੀਂ ਮਨੁੱਖੀ ਯੋਗਤਾਵਾਂ ਦੁਆਰਾ ਨਿਰਣਾ ਕਰਕੇ ਇਹ ਪਤਾ ਲਗਾ ਸਕਦੇ ਹੋ ਕਿ ਕੌਣ ਪਰਮ ਸੰਤ ਸਤਿਗੁਰੂ ਹੈ, ਤਾਂ ਤੁਸੀਂ ਆਪ ਹੀ ਸੰਤ ਸਤਿਗੁਰੂ ਹੋ। ਜੇ ਤੁਹਾਨੂੰ ਅਜਿਹਾ ਗਿਆਨ ਹੈ ਕਿ ਤੁਸੀਂ ਦੱਸ ਸਕਦੇ ਹੋ ਕਿ ਕੋਈ ਵਿਅਕਤੀ ਇੱਕ ਪਰਮ ਸੰਤ ਸਤਿਗੁਰੂ ਹੈ, ਤਦ ਤੁਸੀਂ ਖੁਦ ਵੀ ਇੱਕ ਪਰਮ ਸੰਤ ਸਤਿਗੁਰੂ ਵਰਗੇ ਹੀ ਹੋ, ਕਿਉਂਕਿ ਇੱਕ ਪਰਮ ਸੰਤ ਸਤਿਗੁਰੂ ਕਦੇ ਨਹੀਂ ਕਹੇਗਾ ਮੈਂ ਇੱਕ ਸਤਿਗੁਰੂ ਹਾਂ। ਉਹ
ਇਹਨਾਂ ਕੁਛ ਯੋਗਤਾ ਪ੍ਰਾਪਤ ਮਨੋਵਿਗਿਆਨਿਕਾਂ ਅਤੇ ਯੋਗ ਵਿਅਕਤੀਆਂ ਵਰਗੇ ਗੁਣਾਂ ਨੂੰ ਵੀ ਪ੍ਰਦਰਸ਼ਿਤ ਨਹੀਂ ਕਰੇਗਾ ਜੋ ਕਈ ਤਰ੍ਹਾਂ ਦੇ ਕਾਰਨਾਮੇ ਦਿਖਾਉਂਦੇ ਹਨ ਅਤੇ ਛੋਟੇ ਮੋਟੇ ਚਮਤਕਾਰ ਕਰਦੇ ਹਨ। ਉਹ ਅਜਿਹਾ ਨਹੀਂ ਕਰੇਗਾ। ਉਸ ਨੂੰ ਇਹ ਕਰਨ ਦੀ ਕੋਈ ਲੋੜ ਨਹੀਂ। ਇਹ ਉਸ ਦਾ ਕੰਮ ਨਹੀਂ। ਉਸ ਦਾ ਮਨੋਰਥ ਆ ਜਿਗਿਆਸੂ ਦੀ ਭਾਲ ਕਰਕੇ, ਉਸ ਨੂੰ ਆਪਣੇ ਬਾਰੇ ਜਾਣਕਾਰੀ ਦੇ ਕੇ ਉਸ ਜਿਗਿਆਸੂ ਨੂੰ ਵਾਪਸ ਘਰ ਲਿਜਾਣ ਦਾ ਹੁੰਦਾ ਹੈ। ਇਸ ਲਈ ਇਹ ਨਹੀਂ ਹੈ ਕਿ ਅਸੀਂ ਸਤਿਗੁਰੂ ਨੂੰ ਲੱਭਦੇ ਹਾਂ। ਅਸੀਂ ਕਦੇ ਵੀ ਇੱਕ ਪਰਮ ਸੰਤ ਸਤਿਗੁਰੂ ਨੂੰ ਨਹੀਂ ਲੱਭ ਸਕਦੇ। ਮੈਨੂੰ ਕਿਸੇ ਵੀ ਤਰੀਕੇ ਬਾਰੇ ਨਹੀਂ ਪਤਾ ਜਿਸ ਨਾਲ ਕੋਈ ਤੇਜ਼ ਅਕਲ ਵਾਲਾ ਮਨੁੱਖ ਕਦੇ ਵੀ ਇੱਕ ਸਤਿਗੁਰੂ ਨੂੰ ਲੱਭ ਸਕਦਾ ਹੋਵੇ। ਇਹ ਤੇਜ਼ ਬੁੱਧੀ ਵਾਲਾ ਇਨਸਾਨ ਵਿਸ਼ਲੇਸ਼ਣ ਕਰਦਾ ਰਹੂਗਾ ਅਤੇ ਕਹੂਗਾ ਇਸ ਵਿੱਚ ਇਹ ਵਿਸ਼ੇਸ਼ਤਾਵਾਂ ਹਨ ਅਤੇ ਇਸ ਵਿੱਚ ਨਹੀਂ। ਇਹ ਬਹੁਤ ਹੀ ਸਧਾਰਨ ਹੈ ਅਤੇ ਸਤਿਗੁਰ ਨਹੀਂ ਹੋ ਸਕਦਾ। ਇਹ ਵੀ ਨਹੀਂ ਹੋ ਸਕਦਾ ਮੈਂ ਇਸ ਤੋਂ ਕੁਝ ਪੁੱਛਿਆ ਪਰ ਇਹ ਉੱਤਰ ਨਾ ਦੇ ਸਕਿਆ। ਸਾਡੀ ਬੁੱਧੀ ਅਨੁਸਾਰ ਬਣਾਈ ਗਈ ਸਤਿਗੁਰੂ ਦੀਆਂ ਵਿਸ਼ੇਸ਼ਤਾਵਾਂ ਦੀ ਸੂਚੀ ਵਿੱਚ ਇਤਨੇ ਨੁਕਸ ਹਨ ਕਿ ਅਸੀਂ ਇਹ ਨਹੀਂ ਦੇਖ ਸਕਦੇ ਕਿ ਪਿਆਰ ਕਿੱਥੇ ਹੈ। ਇਹ ਪਿਆਰ ਅਤੇ ਭਗਤੀ ਸਾਨੂੰ ਕਿੱਥੇ ਲਿਜਾ ਸਕਦੀ ਹੈ? ਮਨ ਪਿਆਰ ਅਤੇ ਗੁਰ ਭਗਤੀ ਦੇ ਸਮਰਥ ਨਹੀਂ, ਕੇਵਲ ਆਤਮਾ ਹੀ ਪਿਆਰ ਕਰ ਸਕਦੀ ਹੈ। ਇਸ ਲਈ ਜਦੋਂ ਤੁਸੀਂ ਸਿਰਫ ਮਨ ਨਾਲ ਇੱਕ ਪਰਮ ਸੰਤ ਸਤਿਗੁਰੂ ਦੀ ਭਾਲ ਕਰਦੇ ਹੋ ਤਾਂ ਤੁਸੀਂ ਇਸ ਵਿੱਚ ਅਸਫਲ ਰਹਿੰਦੇ ਹੋ। ਪਰ ਇੱਕ ਪਰਮ ਸੰਤ ਸਤਿਗੁਰੂ ਤੁਹਾਨੂੰ ਲੱਭ ਸਕਦਾ ਹੈ। ਸੱਚਾਈ ਇਹ ਹੈ ਕਿ ਮੈਂ ਆਪਣੇ ਜੀਵਨ ਵਿੱਚ ਮੈਂ ਜਿਸ ਵੀ ਵਿਅਕਤੀ ਨੂੰ ਮਿਲਿਆ ਜਿਨ੍ਹਾਂ ਨੇ ਇੱਕ ਪਰਮ ਸੰਤ ਸਤਿਗੁਰੂ ਤੋਂ ਨਾਮਦਾਨ ਦੀ ਦੀਖਿਆ ਲਈ ਸੀ, ਉਹਨਾਂ ਨੂੰ ਸਤਿਗੁਰੂ ਨੇ ਹੀ ਲੱਭਿਆ। ਉਹਨਾਂ ਦਾ ਇਤਫਾਕ ਦੇ ਸਿਲਸਿਲੇ ਨਾਲ ਸਤਿਗੁਰੂ ਨਾਲ ਮਿਲਾਪ ਹੋਇਆ। ਜੀਵਨ ਦੇ ਵਿੱਚ ਕਈ ਕੁਝ ਵਾਪਰਿਆ ਜਿਸ ਦੇ ਨਾਲ ਉਹਨਾਂ ਦਾ ਮਿਲਾਪ ਹੋਇਆ। ਸਤਿਗੁਰੂ ਦੇ ਸੰਪਰਕ ਵਿੱਚ ਆਉਣ ਤੋਂ ਪਹਿਲਾਂ ਉਹ ਕਦਮਦਾਰ ਕਦਮ ਕਈ ਪੱਧਰਾਂ ਤੋਂ ਨਿਕਲੇ। ਵੱਖ ਵੱਖ ਤਰ੍ਹਾਂ ਦੀਆਂ ਜਗਿਆਸਾਂ ਹੋਈਆਂ। ਉਹਨਾਂ ਨੂੰ ਕਈ ਤਰ੍ਹਾਂ ਦੀਆਂ ਨਿਰਾਸ਼ਾਵਾਂ, ਭੌਤਿਕ ਸੰਸਾਰ ਵਿੱਚ ਵੱਖ ਵੱਖ ਕਿਸਮ ਦੇ ਦਰਦ ਅਤੇ ਪੀੜ ਦਾ ਅਹਿਸਾਸ ਹੋਇਆ। ਇਹਨਾਂ ਸਭ ਨਾਲ ਉਹ ਇਸ ਮਾਰਗ ਲਈ ਤਿਆਰ ਹੋਏ ਅਤੇ ਜਦੋਂ ਉਹ ਤਿਆਰ ਹੁੰਦੇ ਹਨ ਤਾਂ ਇਤਫਾਕ ਨਾਲ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵਿਅਕਤੀ ਆਉਂਦਾ ਹੈ ਜੋ ਕਿ ਪਰਮ ਸੰਤ ਸਤਿਗੁਰੂ ਹੁੰਦਾ ਹੈ ਅਤੇ ਉਹ ਉਸ ਜਗਿਆਸੂ ਨੂੰ ਉਸ ਦੇ ਮਨ ਦੀ ਦੁਵਿਧਾ ਦੇ ਬਾਵਜੂਦ ਬਹੁਤ ਜਲਦੀ ਇਸ ਦੇ ਯੋਗ ਬਣਾ ਦਿੰਦੇ ਹਨ ਕਿ ਉਸ ਨੂੰ ਪਤਾ ਲੱਗ ਜਾਏ ਕਿ ਇਹ ਇੱਕ ਪਰਮ ਸੰਤ ਸਤਿਗੁਰੂ ਹੈ। ਸੋ ਇਹ ਇੱਕ ਅਜਿਹੀ ਚੀਜ਼ ਹੈ ਜੋ ਬੌਧਿਕ ਜਾਂ ਤਰਕ ਦੇ ਸਿਧਾਂਤਾਂ 'ਤੇ ਆਧਾਰਿਤ ਨਹੀਂ, ਇਹ ਅੰਦਰੂਨੀ ਭਾਲ ਦੀ ਤੀਬਰਤਾ 'ਤੇ ਆਧਾਰਿਤ ਹੈ। ਜੇਕਰ ਤੁਸੀਂ ਤੀਬਰਤਾ ਨਾਲ ਖੋਜ ਕਰਦੇ ਹੋ ਤਾਂ ਸਤਿਗੁਰੂ ਤੁਹਾਨੂੰ ਲਿਜਾਣ ਲਈ ਆਵੇਗਾ। ਨਿਸੰਦੇਹ ਮਨ ਸਵਾਲ ਕਰੇਗਾ, ਮਨ ਸ਼ੱਕ ਕਰੇਗਾ, ਕਿਉਂਕਿ ਸੋਚਣ ਤੋਂ ਇਲਾਵਾ ਮਨ ਯੋਜਨਾ ਬਣਾਉਣ ਦਾ, ਸੂਝਬੂਝ ਨਾਲ ਚੀਜ਼ਾਂ ਨੂੰ ਤਰਤੀਬ ਦੇਣ ਦਾ ਅਤੇ ਤਰਕ ਦਾ ਕੰਮ ਵੀ ਕਰਦਾ ਹੈ। ਇਸ ਲਈ ਮਨ ਹਰ ਚੀਜ਼ 'ਤੇ ਸਵਾਲ ਖੜ੍ਹਾ ਕਰੇਗਾ। ਹਰ ਚੀਜ਼ 'ਤੇ ਸਵਾਲ ਕਰਨ ਕਰਕੇ ਸੰਦੇਹ ਪੈਦਾ ਕਰਨਾ ਇਸ ਦੀ ਬਿਰਤੀ ਹੈ ਅਤੇ ਹਰ ਚੀਜ਼ 'ਤੇ ਸੰਦੇਹ ਕਰਦਾ ਹੈ। ਜੇ ਤੁਸੀਂ ਮਨ ਨੂੰ ਇੱਕ ਸਪਸ਼ਟ ਸੰਕੇਤ ਦਿੰਦੇ ਹੋ ਤਾਂ ਇਸ ਦਾ ਉੱਤਰ ਹੋਵੇਗਾ ਇਸ ਵਿੱਚ ਜ਼ਰੂਰ ਕੋਈ ਲੁਕਿਆ ਹੋਇਆ ਹੈ, ਮੈਨੂੰ ਪਤਾ ਲਗਾਉਣਾ ਹੋਵੇਗਾ ਕਿ ਅਜਿਹਾ ਕੀ ਹੋ ਸਕਦਾ ਹੈ। ਸ਼ੱਕ ਕਰਨਾ ਮਨ ਦੀ ਬਿਰਤੀ ਹੈ ਅਤੇ ਇਸ ਲਈ ਮਨ ਵਿੱਚ ਹਰ ਸਮੇਂ ਸ਼ੰਕਾ ਪੈਦਾ ਹੁੰਦੀ ਰਹਿੰਦੀ ਹੈ। ਇਹ ਸ਼ੱਕ ਡਰ ਨੂੰ ਜਨਮ ਦਿੰਦਾ ਹੈ। ਜਦੋਂ ਤੁਹਾਨੂੰ ਸ਼ੱਕ ਹੋਵੇਗਾ ਤਾਂ ਇਸ ਨਾਲ ਤੁਹਾਨੂੰ ਡਰ ਵੀ ਹੋਵੇਗਾ। ਇਸ ਲਈ ਮਨ ਵਿੱਚ ਸ਼ੱਕ ਅਤੇ ਡਰ ਹਰ ਸਮੇਂ ਉਪਜਦੇ ਰਹਿੰਦੇ ਹਨ ਜੋ ਕਿ ਰੂਹਾਨੀਅਤ ਦੇ ਜਿਗਿਆਸੂ ਲਈ ਚੰਗੇ ਨੇ, ਪਰ ਇਹ ਹੀ ਰਸਤੇ ਵਿੱਚ ਜਿਹੜੇ ਉੱਕਾ ਪਾਉਂਦੇ ਹਨ। ਇਸ ਲਈ ਇੱਕ ਜਗਿਆਸੂ ਜੋ ਆਪਣੀ ਆਤਮਾ ਦੀ ਤਹਿ ਦੀ ਤੀਬਰ ਜਗਿਆਸਾ ਨਾਲ ਜਦੋਂ ਕਿਸੇ ਅਜਿਹੇ ਵਿਅਕਤੀ ਦੇ ਸੰਪਰਕ ਵਿੱਚ ਆਉਂਦਾ ਹੈ ਜੋ ਕਿ ਇੱਕ ਪਰਮ ਸੰਤ ਸਤਿਗੁਰੂ ਹੁੰਦਾ ਹੈ ਤਾਂ ਵੀ ਮਨ ਇਹਨਾਂ ਸ਼ੰਕਿਆਂ ਅਤੇ ਡਰ ਨੂੰ ਪੈਦਾ ਕਰਦਾ ਹੈ ਅਤੇ ਇਹਨਾਂ 'ਤੇ ਕਾਬੂ ਪਾਉਣ ਲਈ ਸਮਾਂ ਲੱਗਦਾ ਹੈ। ਪਰ ਪਰਮ ਸੰਤ ਸਤਿਗੁਰੂ ਦਾ ਤਰੀਕਾ ਇਹ ਹੁੰਦਾ ਹੈ ਕਿ ਪਹਿਲਾਂ ਪਹਿਲ ਉਹ ਤੁਹਾਡੇ ਨਾਲ ਸਹਿਮਤ ਹੁੰਦੇ ਹਨ ਤਾਂ ਕਿ ਤੁਹਾਡਾ ਮਨ ਸੰਤੁਸ਼ਟ ਹੋ ਜਾਵੇ ਅਤੇ ਇਸ ਦੀ ਤਸੱਲੀ ਹੋ ਜਾਵੇ। ਪਹਿਲਾਂ ਤੁਹਾਡੇ ਸਵਾਲਾਂ ਦਾ ਜਵਾਬ ਦੇਣਾ, ਠੀਕ ਹੈ, ਕੀ ਹਨ ਤੁਹਾਡੇ ਸਵਾਲ, ਮਿਲ ਗਏ ਜਵਾਬ, ਹੋਰ ਕੁਝ ਪੁੱਛਣਾ ਹੈ, ਹਾਂ ਹੋਰ ਸਵਾਲ ਹਨ, ਠੀਕ ਹੈ ਪੁੱਛੋ। ਫਿਰ ਹੌਲੀ ਹੌਲੀ ਤੁਸੀਂ ਸੋਚਦੇ ਹੋ ਕਿ ਮੈਂ ਕੀ ਪੁੱਛ ਰਿਹਾ ਹਾਂ, ਇਹਨਾਂ ਸਵਾਲਾਂ ਦੀ ਕੀ ਮਹੱਤਤਾ ਹੈ, ਮੇਰੀ ਜਗਿਆਸਾ ਇਹਨਾਂ ਪ੍ਰਸ਼ਨਾਂ ਨਾਲੋਂ ਕਿਤੇ ਵਡੇਰੇ ਡੂੰਘੀ ਹੈ, ਮੈਂ ਕਿਸ ਲਈ ਆਪਣੇ ਆਪ ਨੂੰ ਸੰਤੁਸ਼ਟ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ। ਫਿਰ ਉਹ ਦੌਰ ਆਉਂਦਾ ਹੈ ਜਿੱਥੇ ਤੁਸੀਂ ਫਸ ਜਾਂਦੇ ਹੋ।
ਉਸ ਵੇਲੇ ਤੁਹਾਡੇ ਕੋਲ ਪੁੱਛਣ ਲਈ ਕੋਈ ਸਵਾਲ ਨਹੀਂ ਹੁੰਦਾ। ਫਿਰ ਤੁਸੀਂ ਸਿਰਫ ਇਹ ਮਹਿਸੂਸ ਕਰਦੇ ਹੋ ਕਿ ਇਸ ਵਿਅਕਤੀ ਕੋਲ ਅਜਿਹਾ ਪਿਆਰ ਹੈ ਜਿਸ ਦਾ ਮੈਂ ਪਹਿਲਾਂ ਕਦੇ ਵੀ ਅਨੁਭਵ ਨਹੀਂ ਕੀਤਾ। ਇੱਕ ਸਤਿਗੁਰੂ ਸਾਨੂੰ ਬੇਸ਼ਰਤ ਪਿਆਰ ਦਿੰਦਾ ਹੈ ਅਤੇ ਦੂਜੇ ਹਰ ਪ੍ਰਕਾਰ ਦੇ ਪਿਆਰ ਨਾਲੋਂ ਵੱਖ ਹੁੰਦਾ ਹੈ। ਇਹ ਲੈਣ ਦੇਣ ਦਾ ਪਿਆਰ ਨਹੀਂ ਹੁੰਦਾ। ਇਹ ਇਸ ਗੱਲ 'ਤੇ ਆਧਾਰਿਤ ਨਹੀਂ ਕਿ ਅਸੀਂ ਬਦਲੇ ਵਿੱਚ ਕੀ ਕਰਦੇ ਹਾਂ। ਇੱਕ ਸਤਿਗੁਰੂ, ਜੇ ਉਹ ਇੱਕ ਪਰਮ ਸੰਤ ਸਤਿਗੁਰੂ ਹੈ, ਤਾਂ ਉਹ ਸਾਨੂੰ ਅਜਿਹੇ ਪਿਆਰ ਦਾ ਅਨੁਭਵ ਕਰਾਵੇਗਾ ਜੋ ਬਿਨਾਂ ਸ਼ਰਤ ਦੇ ਹੁੰਦਾ ਹੈ। ਤੁਸੀਂ ਇਸ ਪਿਆਰ ਦਾ ਅਨੁਭਵ ਇਸ ਕਰਕੇ ਨਹੀਂ ਕਰਦੇ ਕਿ ਤੁਸੀਂ ਸਤਿਗੁਰੂ ਨੂੰ ਪਿਆਰ ਕਰਦੇ ਹੋ। ਤੁਸੀਂ ਸਤਿਗੁਰੂ ਨਾਲ ਨਫ਼ਰਤ ਵੀ ਕਰੋ ਤਾਂ ਵੀ ਉਸ ਦੇ ਪਿਆਰ ਦਾ ਅਨੁਭਵ ਹੋਵੇਗਾ। ਜੇ ਤੁਸੀਂ ਉਸ ਦੀ ਲਿਸਟ ਜਾਂ ਸੂਚੀ ਵਿੱਚ ਹੋ ਤਾਂ ਤੁਸੀਂ ਉਸ ਸਤਿਗੁਰੂ ਤੋਂ ਬੇਸ਼ਰਤ ਪਿਆਰ ਮਹਿਸੂਸ ਕਰੋਗੇ। ਤੁਸੀਂ ਜੋ ਵੀ ਚਾਹੋ ਕਰ ਲਓ, ਤੁਸੀਂ ਫਿਰ ਵੀ ਸਤਿਗੁਰੂ ਦਾ ਬੇਸ਼ਰਤ ਪਿਆਰ ਮਹਿਸੂਸ ਕਰੋਗੇ। ਇਹ ਉਸ ਮਨੁੱਖ ਨੂੰ ਹੋਰਨਾਂ ਮਨੁੱਖਾਂ ਤੋਂ ਵੱਖ ਕਰਦਾ ਹੈ ਅਤੇ ਹੌਲੀ ਹੌਲੀ ਤੁਹਾਨੂੰ ਇਹ ਅਹਿਸਾਸ ਹੁੰਦਾ ਹੈ ਕਿ ਇਹ ਇੱਕ ਵੱਖਰਾ ਸੰਬੰਧ ਹੈ, ਇਹ ਸਾਡੇ ਨਾਲ ਕੁਝ ਵੱਖਰਾ ਹੀ ਹੋ ਰਿਹਾ ਹੈ। ਉਹ ਉਦੋਂ ਹੁੰਦਾ ਹੈ ਜਦੋਂ ਇਸਦਾ ਪਤਾ ਲੱਗਦਾ ਹੈ। ਤਦ ਸਤਿਗੁਰੂ ਦੀਆਂ ਹਿਦਾਇਤਾਂ ਦੀ ਪਾਲਣਾ ਸਾਡੇ ਮਨ ਅਤੇ ਸਾਡੀਆਂ ਇੰਦਰੀਆਂ ਅਤੇ ਸਰੀਰਕ ਸੰਤੁਸ਼ਟੀਆਂ ਲਈ ਹੁੰਦੀਆਂ ਹਨ। ਉਹ ਕਹਿੰਦਾ ਹੈ, ਅਭਿਆਸ ਕਰੋ, ਇਹਨਾਂ ਹਦਾਇਤਾਂ ਦੀ ਪਾਲਣਾ ਕਰੋ, ਇਹ ਕਰੋ, ਉਹ ਕਰੋ। ਮਨ ਕਹਿੰਦਾ ਹੈ, ਇਹ ਤਾਂ ਬਹੁਤ ਸਿਆਣੀ ਅਤੇ ਸੁਲਝੀ ਗੱਲ ਲੱਗਦੀ ਹੈ। ਇਹਨਾਂ ਹਦਾਇਤਾਂ ਦੀ ਪਾਲਣਾ ਨਾਲ ਕੁਛ ਨਾ ਕੁਛ ਜ਼ਰੂਰ ਪ੍ਰਾਪਤ ਹੋਵੇਗਾ ਅਤੇ ਅਸੀਂ ਉਹਨਾਂ ਦੀ ਪਾਲਣਾ ਸ਼ੁਰੂ ਕਰ ਦਿੰਦੇ ਹਾਂ। ਅਖੀਰ ਵਿੱਚ ਸਾਨੂੰ ਪਤਾ ਲੱਗਦਾ ਹੈ ਕਿ ਇਹਨਾਂ ਵਿੱਚੋਂ ਪਿਆਰ ਅਤੇ ਗੁਰ ਭਗਤੀ ਤੋਂ ਸਿਵਾਏ ਕੁਛ ਵੀ ਜ਼ਰੂਰੀ ਨਹੀਂ ਸੀ। ਸਿਰਫ ਸਤਿਗੁਰੂ ਨਾਲ ਪਿਆਰ ਦੇ ਸੰਬੰਧ ਦੀ ਹੀ ਲੋੜ ਸੀ। ਮਨ ਇਸ ਨੂੰ ਸਵੀਕਾਰ ਨਹੀਂ ਕਰਦਾ। ਸੋ ਸਤਿਗੁਰੂ ਸਾਨੂੰ ਕਈ ਤਰ੍ਹਾਂ ਦੇ ਅਹਿਸਾਸਾਂ ਦਾ ਅਨੁਭਵ ਕਰਾਉਂਦਾ ਹੈ ਜੋ ਆਖਿਰਕਾਰ ਇਸ ਪਿਆਰ ਉੱਤੇ ਨਿਰਧਾਰਿਤ ਸਾਡੇ ਭਰੋਸੇ ਨੂੰ ਦ੍ਰਿੜ ਕਰ ਦਿੰਦੇ ਹਨ। ਇਹ ਭਰੋਸਾ ਹੋਰ ਅਨੁਭਵਾਂ ਤੋਂ ਨਹੀਂ ਬਣਦਾ। ਫਿਰ ਇੱਥੇ ਕੁਝ ਸਾਡੇ ਆਪਣੇ ਕਰਕੇ ਵੀ ਕੁਝ ਅਨੁਭਵ ਹੁੰਦੇ ਨੇ ਤਾਂ ਜੋ ਇਹ ਸਾਰਾ ਸੰਸਾਰਿਕ ਸ਼ੋਕ ਕਾਇਮ ਰਹੇ। ਸਥੂਲ ਸੰਸਾਰ ਵਿੱਚ ਸ੍ਰਿਸ਼ਟੀ ਦਾ ਪ੍ਰਦਰਸ਼ਨ ਕਾਇਮ ਰਹਿਣਾ ਚਾਹੀਦਾ ਹੈ। ਇਸ ਪ੍ਰਕਿਰਿਆ ਨੂੰ ਇੱਕ ਨਿਯਮ ਦੁਆਰਾ ਕਾਇਮ ਰੱਖਿਆ ਜਾ ਰਿਹਾ ਹੈ, ਉਸ ਨੂੰ ਕਰਮਾਂ ਦਾ ਨਿਯਮ ਆਖਦੇ ਹਨ। ਇਹ ਇੱਕ ਸ਼ਾਨਦਾਰ ਨਿਯਮ ਹੈ। ਜੇ ਮੈਨੂੰ ਕਿਸੇ ਵੀ ਸੰਸਾਰ ਲਈ ਕੋਈ ਨਿਯਮ ਬਣਾਉਣਾ ਪਵੇ ਤਾਂ ਮੈਨੂੰ ਇਸ ਤੋਂ ਵਧੀਆ ਹੋਰ ਕੋਈ ਨਿਯਮ ਨਹੀਂ ਲੱਭ ਸਕਦਾ। ਕਰਮਾਂ ਦਾ ਕਾਨੂੰਨ ਬਹੁਤ ਹੀ ਸਪਸ਼ਟ ਹੈ। ਇਹ ਕਹਿੰਦਾ ਹੈ, ਜੋ ਵੀ ਤੁਸੀਂ ਇਰਾਦਾ ਕਰਕੇ ਕਰਦੇ ਹੋ ਤੁਹਾਨੂੰ ਉਸ ਦੇ ਨਤੀਜੇ ਜ਼ਰੂਰ ਮਿਲਣਗੇ। ਚੰਗਾ ਕਰੋਗੇ ਤਾਂ ਤੁਹਾਨੂੰ ਇਨਾਮ ਮਿਲੇਗਾ, ਬੁਰਾ ਕਰੋਗੇ ਤਾਂ ਤੁਹਾਨੂੰ ਸਜ਼ਾ ਮਿਲੇਗੀ। ਚੰਗੇ ਮਾੜੇ ਕਰਮਾਂ ਕਰਕੇ ਤੁਹਾਨੂੰ ਇਨਾਮ ਅਤੇ ਸਜ਼ਾ ਦਿੱਤੀ ਜਾਂਦੀ ਹੈ। ਇਹ ਨਹੀਂ ਹੈ ਕਿ ਇਹ ਕਰਮ ਕੋਈ ਇੱਕ ਦੂਜੇ ਨੂੰ ਰੱਦ ਕਰ ਸਕਣ। ਇਹ ਕਰਮ ਕਦੇ ਵੀ ਇੱਕ ਦੂਜੇ ਨੂੰ ਰੱਦ ਨਹੀਂ ਕਰਦੇ। ਇਹ ਨਿਯਮ ਬਹੁਤ ਹੀ ਸੋਹਣਾ ਹੈ। ਇਹ ਨਿਯਮ ਸ੍ਰਿਸ਼ਟੀ 'ਤੇ ਪੂਰੀ ਤਰ੍ਹਾਂ ਲਾਗੂ ਹੈ। ਇਹ ਸ੍ਰਿਸ਼ਟੀ ਨੂੰ ਸਥਾਈ ਰੱਖਦਾ ਹੈ ਕਿਉਂਕਿ ਤੁਸੀਂ ਜੋ ਚਾਹੋ ਕਰ ਸਕਦੇ ਹੋ ਅਤੇ ਤੁਸੀਂ ਉਸ ਦੇ ਨਤੀਜੇ ਭੁਗਤਣ ਲਈ ਇੱਥੇ ਆਉਂਦੇ ਹੋ ਅਤੇ ਇੱਥੇ ਹੀ ਰਹਿੰਦੇ ਹੋ। ਬਚਣ ਦਾ ਕੋਈ ਤਰੀਕਾ ਨਹੀਂ। ਕਰਮਾਂ ਦੇ ਨਿਯਮ ਤੋਂ ਵੱਡੀ ਜੇਲ੍ਹ, ਇਸ ਤੋਂ ਵਧੀਆ ਫਸਣ ਦਾ ਜਾਲ ਹੋਰ ਹੋ ਹੀ ਨਹੀਂ ਸਕਦਾ। ਇਸ ਨਿਯਮ ਨੂੰ ਇਸ ਰੂਪ ਵਿੱਚ ਸਾਰੇ ਸੰਸਾਰ ਨੂੰ ਕਾਇਮ ਰੱਖਣ ਲਈ ਬਣਾਇਆ ਗਿਆ ਕਿ ਜੋ ਵੀ ਤੁਸੀਂ ਕਰਦੇ ਹੋ ਤੁਸੀਂ ਇੱਥੇ ਫਸੇ ਰਹਿੰਦੇ ਹੋ, ਤੁਸੀਂ ਬਾਹਰ ਨਹੀਂ ਆ ਸਕਦੇ। ਲਗਾਤਾਰ ਚੰਗੇ ਕਰਮ ਕਰਦੇ ਹੋਏ ਤੁਸੀਂ ਬਹੁਤ ਉੱਚੇ ਰੁਤਬੇ ਨੂੰ ਪ੍ਰਾਪਤ ਕਰ ਸਕਦੇ ਹੋ। ਤੁਸੀਂ ਇੱਕ ਨਿਸ਼ਚਿਤ ਪੱਧਰ 'ਤੇ ਪਹੁੰਚ ਕੇ ਬ੍ਰਹਿਮੰਡ ਦੇ ਸਿਰਜਣਹਾਰ ਦੀ ਸਥਿਤੀ ਤੱਕ ਪਹੁੰਚ ਸਕਦੇ ਹੋ। ਇਹ ਕਿਹਾ ਜਾਂਦਾ ਹੈ ਕਿ ਕ੍ਰਿਸ਼ਨਾ, ਜੋ ਇੱਕ ਅਵਤਾਰ ਸਨ, ਵਿਸ਼ਨੂੰ ਦੇ ਅਵਤਾਰ, ਜੋ ਹਿੰਦੂ ਧਰਮ ਵਿੱਚ ਪਾਲਣਹਾਰ ਹਨ, ਹਿੰਦੂ ਦੇਵੀ ਦੇਵਤਿਆਂ ਦੀ ਲੰਬੀ ਸੂਚੀ ਵਿੱਚੋਂ ਵਿਸ਼ਨੂੰ ਨੂੰ ਬ੍ਰਹਿਮੰਡ ਦਾ ਪਾਲਣਹਾਰ ਮੰਨਿਆ ਜਾਂਦਾ ਹੈ ਅਤੇ ਉਹ ਅਵਤਾਰ ਦੇ ਰੂਪ ਵਿੱਚ ਆ ਕੇ ਸੰਸਾਰ ਦੀ ਸੰਭਾਲ ਕਰਦਾ ਹੈ। ਭਾਰਤੀ ਗ੍ਰੰਥਾਂ ਦਾ ਇਹੀ ਕਹਿਣਾ ਹੈ। ਭਾਰਤੀ ਗ੍ਰੰਥਾਂ ਅਨੁਸਾਰ ਅਵਤਾਰਾਂ ਵਿੱਚੋਂ ਇੱਕ ਪ੍ਰਸਿੱਧ ਅਵਤਾਰ ਕ੍ਰਿਸ਼ਨ ਹੋਏ ਹਨ। ਅਸੀਂ ਉਹਨਾਂ ਨੂੰ ਕ੍ਰਿਸ਼ਨ ਭਗਵਾਨ ਕਹਿੰਦੇ ਹਾਂ। ਅਸੀਂ ਕ੍ਰਿਸ਼ਨ ਦੀ ਪੂਜਾ ਕਰਦੇ ਹਾਂ। ਹਵਾਈ ਵਿੱਚ ਬਹੁਤ ਸਾਰੇ ਲੋਕ ਹੋਨੋਲੁਲੂ ਦੇ ਨਿਵਾਸੀ ਕਹਿੰਦੇ ਹਨ, ਹਰੇ ਕ੍ਰਿਸ਼ਨਾ, ਹਰੇ ਰਾਮਾ ਹਵਾਈ ਅੱਡੇ 'ਤੇ ਉਹ ਕਹਿੰਦੇ ਸਨ। ਸ਼ਾਇਦ ਤੁਸੀਂ ਇਹ ਸੁਣਿਆ ਹੋਵੇ। ਕ੍ਰਿਸ਼ਨ ਜਦੋਂ ਬਹੁਤ ਛੋਟੇ ਸਨ ਤਾਂ ਉਹਨਾਂ ਨੂੰ ਪਤਾ ਸੀ ਕਿ ਉਹ ਸੰਸਾਰ ਦੀ ਨਿਰੰਤਰਤਾ ਨੂੰ ਕਾਇਮ ਰੱਖਣ ਅਤੇ ਦੇਖਣ ਲਈ ਆਏ ਸਨ ਅਤੇ ਇਹ ਸੰਸਾਰ ਕਰਮਾਂ ਦੇ ਨਿਯਮ ਅਨੁਸਾਰ ਚੱਲ ਰਿਹਾ ਹੈ। ਇਸ ਲਈ ਬਹੁਤ ਛੋਟੀ ਉਮਰ ਵਿੱਚ
ਉਹ ਆਪਣੇ ਮਿੱਤਰ ਉਦੋਂ ਨੂੰ ਇੱਕ ਵਾਕ ਕਹਿੰਦੇ ਹਨ ਜੋ ਉਹਨਾਂ ਦਾ ਇੱਕ ਪ੍ਰਸਿੱਧ ਵਾਕ ਹੈ। ਉਹ ਉਸ ਨੌਜਵਾਨ ਮੁੰਡੇ ਉਦੋਂ ਨੂੰ ਕਹਿੰਦੇ ਹਨ, ਅਤੇ ਉਸ ਸਮੇਂ ਕ੍ਰਿਸ਼ਨ ਖੁਦ ਇੱਕ ਨੌਜਵਾਨ ਹੈ। ਉਹ ਕਹਿੰਦੇ ਹਨ, ਉਦੋਂ ਕਰਮੋਂ ਕੀ ਗਤ ਨਿਆਰੀ ਸੇ, ਕਿ ਇਹ ਕਰਮਾਂ ਦੀ ਪ੍ਰਕਿਰਤੀ ਬਹੁਤ ਹੀ ਅਜੀਬ ਹੈ ਅਤੇ ਉਸ ਬਾਰੇ ਜਾਣਨਾ ਬਹੁਤ ਹੀ ਮੁਸ਼ਕਲ। ਅਤੇ ਫਿਰ ਉਹ ਜ਼ਮੀਨ 'ਤੇ ਰੇਂਗਦੀ ਇੱਕ ਕੀੜੀ ਵੱਲ ਇਸ਼ਾਰਾ ਕਰਕੇ ਕਹਿੰਦੇ ਹਨ, ਉਦੋਂ ਧਰਤੀ 'ਤੇ ਰੇਂਗਦੀ ਉਹ ਕੀੜੀ ਨਜ਼ਰ ਆਉਂਦੀ ਹੈ, ਉਸਨੇ ਇੱਕ ਕੀੜੀ ਦਾ ਰੂਪ ਲਿਆ ਹੈ। ਇਹ ਕਦੀ ਇਸ ਸ੍ਰਿਸ਼ਟੀ ਦਾ ਸਿਰਜਣਹਾਰ ਬ੍ਰਹਮਾ ਹੋਇਆ ਕਰਦਾ ਸੀ, ਉਹ ਕਦੀ ਇਸ ਸਵਰਗ ਦਾ ਰਾਜਾ ਇੰਦਰ ਵੀ ਹੋਇਆ ਸੀ। ਕਰਮਾਂ ਦੇ ਨਿਯਮਾਂ ਨੇ ਉਸ ਨੂੰ ਇਹਨਾਂ ਪਦਵੀਆਂ 'ਤੇ ਪਹੁੰਚਾਇਆ, ਅਤੇ ਕਰਮਾਂ ਦੇ ਨਿਯਮਾਂ ਨੇ ਹੀ ਹੁਣ ਉਸ ਨੂੰ ਇੱਕ ਕੀੜੇ ਦਾ ਰੂਪ ਦਿੱਤਾ ਹੈ। ਕਰਮਾਂ ਦੇ ਨਿਯਮ ਇਤਨੇ ਸਖਤ ਹਨ ਕਿ ਕਦੀ ਤੁਸੀਂ ਸ੍ਰਿਸ਼ਟੀ ਦੇ ਸਿਰਜਣਹਾਰ ਦੀ ਪਦਵੀ 'ਤੇ ਹੁੰਦੇ ਹੋ ਅਤੇ ਕਦੀ ਕੀੜੇ ਬਣ ਜਾਂਦੇ ਹੋ। ਉਹ ਕਹਿੰਦੇ ਹਨ, ਕਰਮਾਂ ਦੇ ਨਿਯਮ ਇਤਨੇ ਸਖਤ ਹਨ ਕਿ ਉਹ ਇਸ ਸੰਸਾਰ, ਇਸ ਬ੍ਰਹਿਮੰਡ ਨੂੰ ਲਗਾਤਾਰ ਚਲਾਈ ਰੱਖਦੇ ਹਨ। ਇਹ ਰਚਨਾ ਹੁਣ ਸਿਰਜਣਹਾਰ ਵਾਂਗ ਸਥਾਈ ਹੈ, ਅਤੇ ਜਦੋਂ ਤੁਸੀਂ ਇਸ ਸ੍ਰਿਸ਼ਟੀ ਨੂੰ ਖਤਮ ਕਰ ਦਿੰਦੇ ਹੋ ਤਾਂ ਤੁਸੀਂ ਉਸੇ ਕਾਨੂੰਨ ਦੇ ਜ਼ਰੀਏ ਨਵੀਂ ਸ੍ਰਿਸ਼ਟੀ ਦੇ ਬੀਜ ਬੋ ਦਿੰਦੇ ਹੋ। ਇਸ ਲਈ ਕਰਮਾਂ ਦੇ ਇਹ ਨਿਯਮ ਸਾਨੂੰ ਇੱਥੇ ਬੰਨ੍ਹ ਕੇ ਰੱਖਦੇ ਹਨ। ਇਹ ਮਾਨਸਿਕ ਕਾਨੂੰਨ ਹਨ ਜਿਸ ਨੂੰ ਮਨ ਸਵੀਕਾਰ ਕਰਦਾ ਹੈ। ਹਰ ਦੇਸ਼ ਦੇ ਕਾਨੂੰਨ ਇਸੇ ਢਾਂਚੇ ਦੇ ਬਣੇ ਹਨ। ਤੁਸੀਂ ਚੰਗੇ ਕਰਮ ਕਰਦੇ ਹੋ ਤਾਂ ਤੁਹਾਨੂੰ ਇਨਾਮ ਮਿਲਦਾ ਹੈ, ਤੁਸੀਂ ਬੁਰੇ ਕਰਮ ਕਰਦੇ ਹੋ ਤਾਂ ਤੁਹਾਨੂੰ ਸਜ਼ਾ ਮਿਲਦੀ ਹੈ, ਅਤੇ ਇਹ ਸਜ਼ਾ ਇਸ 'ਤੇ ਨਿਰਭਰ ਕਰਦੀ ਹੈ ਕਿ ਤੁਸੀਂ ਕਿੰਨਾ ਕੁ ਮਾੜਾ ਕੰਮ ਕੀਤਾ ਹੈ। ਜਿਵੇਂ ਸ਼ੇਕਸਪੀਅਰ ਕਹਿੰਦਾ ਹੈ, ਕੁਛ ਵੀ ਚੰਗਾ ਜਾਂ ਮਾੜਾ ਨਹੀਂ ਹੁੰਦਾ, ਮਨ ਉਸ ਨੂੰ ਚੰਗਾ ਜਾਂ ਮਾੜਾ ਬਣਾਉਂਦਾ ਹੈ। ਸਾਡੀ ਆਪਣੀ ਜ਼ਮੀਰ, ਜੋ ਕਿ ਮਨ ਦਾ ਇੱਕ ਪਹਿਲੂ ਹੈ, ਮਨ ਦਾ ਉਹ ਪਹਿਲੂ ਜੋ ਜ਼ਮੀਰ ਹੈ, ਕਹਿੰਦੀ ਹੈ ਇਹ ਚੰਗਾ ਹੈ, ਇਹ ਬੁਰਾ ਹੈ। ਅਸੀਂ ਇਸ ਦੇ ਨਾਲ ਖੁਦ ਨੂੰ ਫਸਾ ਲੈਂਦੇ ਹਾਂ। ਇਸ ਸਭ ਤੋਂ ਬਾਹਰ ਨਿਕਲਣ ਦਾ ਕੋਈ ਤਰੀਕਾ ਨਹੀਂ, ਅਤੇ ਕੋਈ ਵੀ ਸਾਨੂੰ ਇਹ ਨਹੀਂ ਦੱਸ ਸਕਦਾ ਕਿ ਇਸ ਤੋਂ ਬਾਹਰ ਕਿਵੇਂ ਨਿਕਲਣਾ ਹੈ, ਸਿਵਾਏ ਉਸ ਦੇ ਜੋ ਇਸ ਪੂਰੀ ਪ੍ਰਣਾਲੀ ਦੇ ਬਾਹਰੋਂ ਕੰਮ ਕਰ ਰਿਹਾ ਹੈ। ਇਸ ਪ੍ਰਣਾਲੀ ਤੋਂ ਬਾਹਰ ਕੌਣ ਹੈ? ਸਾਡੀ ਆਤਮਾ, ਸਾਡੀ ਚੇਤਨਾ। ਅਸੀਂ ਹੁਣ ਵੀ ਜੋ ਇੱਥੇ ਬੈਠੇ ਇੱਕ ਦੂਜੇ ਨਾਲ ਗੱਲ ਕਰ ਰਹੇ ਹਾਂ, ਇਹ ਆਤਮਾ ਇਸ ਪ੍ਰਣਾਲੀ ਤੋਂ ਬਾਹਰ ਹੈ, ਮਨ ਤੋਂ ਪਰੇ ਹੈ। ਪਰ ਅਸੀਂ ਫਸੇ ਹੋਏ ਹਾਂ ਕਿਉਂਕਿ ਅਸੀਂ ਆਪਣੇ ਆਪ ਨੂੰ ਮਨ ਸਮਝਦੇ ਹਾਂ। ਅਸੀਂ ਆਪਣੇ ਆਪ ਨੂੰ ਗਿਆਨ ਇੰਦਰੀਆਂ ਦੇ ਤੌਰ 'ਤੇ ਪਛਾਣਦੇ ਹਾਂ। ਅਸੀਂ ਆਪਣੇ ਆਪ ਨੂੰ ਸਰੀਰ ਕਰਕੇ ਪਹਿਚਾਣਦੇ ਹਾਂ, ਅਤੇ ਅਸੀਂ ਇੱਥੇ ਹੀ ਫਸ ਗਏ। ਪਰਮ ਸੰਤ ਸਤਿਗੁਰੂ, ਭਾਵੇਂ ਕਿ ਉਹ ਸਾਡੀ ਜ਼ਿੰਦਗੀ ਵਿੱਚ ਮਨੁੱਖੀ ਰੂਪ ਵਿੱਚ ਹੋਣ, ਜਦੋਂ ਉਹ ਸਾਡੇ ਨਾਲ ਮਨੁੱਖੀ ਰੂਪ ਵਿੱਚ ਗੱਲ ਕਰ ਰਹੇ ਹੁੰਦੇ ਹਨ, ਉਹ ਉਦੋਂ ਵੀ ਮਨ ਤੋਂ ਪਰੇ ਚੇਤਨਾ ਨਾਲ ਜੁੜੇ ਹੋਏ ਹੁੰਦੇ ਹਨ। ਸਾਡੇ ਨਾਲ ਗੱਲਬਾਤ ਕਰਦੇ ਸਮੇਂ ਵੀ ਉਹ ਅਸਲੀਅਤ ਦੇ ਸੰਪਰਕ ਵਿੱਚ ਹੁੰਦੇ ਹਨ। ਇਸ ਲਈ ਅਜਿਹੇ ਲੋਕਾਂ ਦੀ ਸੰਗਤ ਬਹੁਤ ਹੀ ਅਲੱਗ ਤਰ੍ਹਾਂ ਦੀ ਹੁੰਦੀ ਹੈ। ਜਦੋਂ ਤੁਸੀਂ ਉਹਨਾਂ ਦੀ ਸੰਗਤ ਕਰਦੇ ਹੋ ਤਾਂ ਉਹ ਉਸ ਸਮੇਂ ਵੀ ਸਮੁੱਚੀ ਚੇਤਨਾ ਦੇ ਗਿਆਨ ਵਾਲੀ ਅਵਸਥਾ ਤੋਂ ਗੱਲ ਕਰ ਰਹੇ ਹੁੰਦੇ ਨੇ, ਜਿਸ ਸਮੁੱਚੀ ਚੇਤਨਾ ਵਿੱਚ ਤੁਸੀਂ ਅਤੇ ਉਹ ਵਿਅਕਤੀ ਦੋਵੇਂ ਸ਼ਾਮਲ ਹੁੰਦੇ ਹਨ। ਜਦ ਤੁਸੀਂ ਇੱਕ ਪਰਮ ਸੰਤ ਸਤਿਗੁਰੂ ਨੂੰ ਮਨੁੱਖੀ ਸਰੀਰ ਵਿੱਚ ਦੇਖਦੇ ਹੋ ਤਾਂ ਤੁਸੀਂ ਕਿਸੇ ਵਿਅਕਤੀ ਨੂੰ ਨਹੀਂ ਦੇਖ ਰਹੇ ਹੁੰਦੇ, ਤੁਸੀਂ ਆਪਣੇ ਆਪ ਨੂੰ ਅਤੇ ਉਸ ਵਿਅਕਤੀ ਨੂੰ ਇਕੱਠੇ ਦੇਖ ਰਹੇ ਹੁੰਦੇ ਹੋ। ਪਰ ਤੁਹਾਨੂੰ ਇਸ ਸੱਚਾਈ ਦਾ ਪਤਾ ਨਹੀਂ ਹੁੰਦਾ, ਤੁਸੀਂ ਸਿਰਫ ਬਾਹਰ ਵੱਲ ਦੇਖ ਰਹੇ ਹੁੰਦੇ ਹੋ, ਪਰੰਤੂ ਪਰਮ ਸੰਤ ਸਤਿਗੁਰੂ ਦੋਹਾਂ ਨੂੰ ਵੇਖ ਰਿਹਾ ਹੁੰਦਾ ਹੈ। ਉਹ ਤੁਹਾਨੂੰ ਤੁਹਾਡੀ ਸਮੁੱਚਤਾ ਜਾਂ ਪੂਰਨ ਰੂਪ ਵਿੱਚ ਦੇਖ ਰਿਹਾ ਹੁੰਦਾ ਹੈ, ਅਤੇ ਆਪਣੇ ਆਪ ਨੂੰ ਆਪਣੀ ਸਮੁੱਚਤਾ ਦੇ ਰੂਪ ਵਿੱਚ ਦੇਖ ਰਿਹਾ ਹੁੰਦਾ ਹੈ, ਅਤੇ ਇਹਨਾਂ ਦੋਹਾਂ ਵਿੱਚ ਕੋਈ ਫਰਕ ਨਹੀਂ। ਉਹਨਾਂ ਦੇ ਨਜ਼ਰੀਏ ਤੋਂ ਦੇਖੋ, ਦੇਖੋ ਕਿ ਇਸ ਕਿਸਮ ਦੇ ਸਤਿਗੁਰੂ ਦਾ ਦ੍ਰਿਸ਼ਟੀਕੋਣ ਕਿਸ ਤਰ੍ਹਾਂ ਦਾ ਹੋਵੇਗਾ। ਜਦੋਂ ਅਸੀਂ ਇੱਕ ਅਜਿਹੇ ਵਿਅਕਤੀ ਨੂੰ ਮਿਲਦੇ ਹਾਂ, ਸਾਡੇ ਅਤੇ ਦੁਨੀਆ ਵੱਲ ਵੇਖਦੇ ਹੋਏ ਉਹ ਕੀ ਦੇਖ ਰਿਹਾ ਹੁੰਦਾ ਹੈ? ਉਹ ਏਕਤਾ ਵੇਖ ਰਿਹਾ ਹੁੰਦਾ ਹੈ, ਉਹ ਆਪਣੇ ਆਪ ਨੂੰ ਵੇਖ ਰਿਹਾ ਹੁੰਦਾ ਹੈ, ਉਹ ਦੇਖ ਰਿਹਾ ਹੁੰਦਾ ਹੈ ਕਿਵੇਂ ਇਸ ਰਚਨਾ ਦੀ ਸਥਾਪਨਾ ਕੀਤੀ ਗਈ। ਉਹ ਦੇਖਦਾ ਹੈ ਕਿ ਇੱਕ ਹੀ ਚੇਤਨਾ ਦੇ ਵੱਖੋ ਵੱਖਰੇ ਦ੍ਰਿਸ਼ਟੀਕੋਣਾਂ ਦਾ ਅਨੁਭਵ ਕਰਨ ਲਈ ਵੱਖਰੀਆਂ ਵੱਖਰੀਆਂ ਆਤਮਾਵਾਂ ਨੂੰ ਕਿਵੇਂ ਬਣਾਇਆ ਗਿਆ, ਅਤੇ ਕਿਸ ਤਰ੍ਹਾਂ ਕੁਝ ਕੁ ਆਤਮਾਵਾਂ ਸਮੁੱਚਤਾ ਵਿੱਚ ਵਾਪਸ ਜਾਣ ਲਈ ਤਿਆਰ ਹਨ, ਅਤੇ ਕੁਛ ਅਜੇ ਇੱਥੇ ਹੀ ਕਾਰਜਸ਼ੀਲ ਹਨ। ਉਹ ਇਹ ਦੇਖ ਰਿਹਾ ਹੁੰਦਾ ਹੈ। ਇਸ ਲਈ ਜਦੋਂ ਅਸੀਂ ਅਜਿਹੇ ਵਿਅਕਤੀ ਦੀ ਸੰਗਤ ਵਿੱਚ ਆਉਂਦੇ ਹਾਂ ਅਤੇ ਉਹ ਕਹਿੰਦਾ ਹੈ
मैं तुहानू प्रवान करता हाँ, तुहाडा नाम मेरी सूची विच है। एक इंसान वांग मैं इत्थे आया हाँ, मेरी सूची सीमित है। मैं ब्रह्मांड विच खिंडियां होईयां खरबां आत्मावां नहीं आया, मैं इत्थे एक सीमित गिनती लई आया हाँ जो तैयार हैं। मैं उन्हां लई आया हाँ, बाकियां लई होर आणगे, वो हमेशा ही आउंदे रहिंदे हन। अपनी पूरी चेतना नाल नवाजे होए मनुख हमेशा आउंदे रहिणगे अते उन्हां नूं परम संत सतगुरु कहा जाता है, अते ओ उन्हां आत्मावां नूं वापस ले जाणगे जिन्हां दा नाम उन्हां दी सूची विच है। वो मार्क्ड जां चिन्हित रूहां हन। ਉਹ ਇੱਕ ਅਯਾਲੀ ਵਾਂਗ ਹਨ ਜੋ ਆਪਣੀਆਂ ਭੇਡਾਂ ਨੂੰ ਇਕੱਠਾ ਕਰਨ ਆਉਂਦਾ ਹੈ। ਇਹ ਇਸੇ ਤਰ੍ਹਾਂ ਹੈ। ਇਸ ਲਈ ਜਦੋਂ ਕੋਈ ਵਿਅਕਤੀ ਜੋ ਇੱਕ ਪਰਮ ਸੰਤ ਸਤਿਗੁਰੂ ਹੁੰਦਾ ਹੈ ਆ ਕੇ ਸਾਨੂੰ ਸਵੀਕਾਰ ਕਰਦਾ ਹੈ ਤਾਂ ਅਸੀਂ ਇਸ ਕਿਰਿਆ ਨੂੰ ਦੀਖਿਆ ਜਾਂ ਨਾਮ ਮਿਲਣਾ ਕਹਿੰਦੇ ਹਾਂ। ਅਸੀਂ ਕਹਿੰਦੇ ਹਾਂ ਇੱਕ ਪਰਮ ਸੰਤ ਸਤਿਗੁਰੂ ਕੋਲੋਂ ਦੀਖਿਆ ਲੈਣੀ ਬਹੁਤ ਵੱਡੀ ਗੱਲ ਹੈ। ਮੈਂ ਇਸੇ ਤਰ੍ਹਾਂ ਸਮਝਦਾ ਹਾਂ। ਮੈਂ ਸਮਝਦਾ ਹਾਂ ਕਿ ਮਨੁੱਖੀ ਜਾਂ ਕਿਸੇ ਹੋਰ ਜੀਵਨ ਵਿੱਚ ਹੋਰ ਕੋਈ ਵੀ ਐਸੀ ਘਟਨਾ ਨਹੀਂ ਜੋ ਇਸ ਦਾ ਮੁਕਾਬਲਾ ਕਰ ਸਕੇ। ਮੈਂ ਕਿਸੇ ਵੀ ਹੋਰ ਘਟਨਾ ਬਾਰੇ ਨਹੀਂ ਜਾਣਦਾ ਜਿਸ ਦੀ ਤੁਲਨਾ ਇਸ ਨਾਲ ਹੋ ਸਕੇ ਕਿ ਇੱਕ ਪਰਮ ਸੰਤ ਸਤਿਗੁਰੂ ਦਾ ਸਾਡੇ ਜੀਵਨ ਵਿੱਚ ਆ ਕੇ ਇਹ ਕਹਿਣਾ, ਮੈਂ ਤੁਹਾਨੂੰ ਦੇਖਿਆ ਜਾਂ ਨਾਮ ਦਾਨ ਲਈ ਸਵੀਕਾਰ ਕਰਦਾ ਹਾਂ। ਇਹ ਘਟਨਾ ਸਭ ਕੁਝ ਬਦਲ ਦਿੰਦੀ ਹੈ। ਇਹ ਉਸ ਪਲ ਤੋਂ ਹੀ ਸਭ ਕੁਝ ਬਦਲ ਦਿੰਦੀ ਹੈ। ਇਹ ਤੁਹਾਡੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਬਦੀਲੀ ਹੈ। ਤੁਸੀਂ ਇਸ ਤੋਂ ਬਾਅਦ ਹੁਣ ਕਰਮਾਂ ਦੇ ਨਿਯਮਾਂ ਵਿੱਚ ਨਹੀਂ ਬੱਝੇ ਰਹਿੰਦੇ। ਹੁਣ ਤੁਸੀਂ ਕਿਸੇ ਵੀ ਅਜਿਹੀ ਚੀਜ਼ ਨਾਲ ਨਹੀਂ ਬੱਝੇ ਹੁੰਦੇ ਜੋ ਤੁਹਾਨੂੰ ਇੱਥੇ ਬੰਨ੍ਹ ਕੇ ਰੱਖ ਸਕਦੀ ਹੋਵੇ। ਹਰ ਚੀਜ਼ ਹੁਣ ਚੇਤਨਾ ਦੀ ਸਮੁੱਚਤਾ ਦੇ ਅਧੀਨ ਚੱਲੇਗੀ। ਇਹ ਸਮੁੱਚੀ ਚੇਤਨਾ ਇੱਕ ਸਤਿਗੁਰੂ ਦੇ ਜ਼ਰੀਏ ਕੰਮ ਕਰਦੀ ਹੈ। ਇਸ ਤੋਂ ਬਾਅਦ ਇਹ ਸਤਿਗੁਰੂ ਤੁਹਾਡੀ ਸਥਾਨਕ ਚੇਤਨਾ ਵਿੱਚ ਪ੍ਰਗਟ ਹੁੰਦਾ ਹੈ, ਇੱਥੋਂ ਤੱਕ ਕਿ ਤੁਹਾਡੀ ਸਥੂਲ ਚੇਤਨਾ ਵਿੱਚ ਵੀ ਪ੍ਰਗਟ ਹੁੰਦਾ ਹੈ। ਅਤੇ ਰੋਜ਼ਾਨਾ ਆਧਾਰ 'ਤੇ ਅਸੀਂ ਬਾਹਰਲੇ ਸ਼ੋਅ ਵਿੱਚ ਇਸ ਸੰਬੰਧੀ ਵਾਪਰ ਰਹੀਆਂ ਘਟਨਾਵਾਂ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ। ਇਸ ਵਿੱਚ ਜ਼ਰੂਰ ਸਤਿਗੁਰੂ ਦਾ ਹੱਥ ਹੋਣਾ ਹੈ। ਇਹ ਮੇਰੇ ਨਾਲ ਇੱਕ ਚਮਤਕਾਰ ਹੋਇਆ ਹੈ। ਇਹ ਬਹੁਤ ਵਧੀਆ ਇਤਫਾਕ ਹੋਇਆ ਹੈ। ਸਾਡੇ ਨਾਲ ਜੋ ਛੋਟੀਆਂ ਛੋਟੀਆਂ ਚੀਜ਼ਾਂ ਵੀ ਵਾਪਰਦੀਆਂ ਹਨ ਅਸੀਂ ਉਹਨਾਂ ਨੂੰ ਸਤਿਗੁਰੂ ਨਾਲ ਜੋੜਨਾ ਸ਼ੁਰੂ ਕਰ ਦਿੰਦੇ ਹਾਂ, ਕਿਉਂਕਿ ਹੁਣ ਆਪ ਖੁਦ ਸ਼ਾਮਲ ਹੁੰਦਾ ਹੈ। ਉਹ ਪੂਰੀ ਤਰ੍ਹਾਂ ਸਾਡੇ ਨਾਲ ਹੁੰਦਾ ਹੈ। ਉਹ ਤੁਹਾਨੂੰ ਆਮ ਕਰਮਾਂ ਦੇ ਨਿਯਮਾਂ ਵਿੱਚੋਂ ਬਾਹਰ ਕੱਢ ਲੈਂਦੇ ਹਨ। ਤੁਸੀਂ ਕਰਮਾਂ ਦਾ ਬਹੁਤ ਵੱਡਾ ਭੰਡਾਰਾ ਇਕੱਠਾ ਕਰੀ ਬੈਠੇ ਹੋ। ਮੈਂ ਕਈ ਵਾਰ ਤੁਹਾਡੇ ਨਾਲ ਇਸ ਗੱਲ ਦਾ ਜ਼ਿਕਰ ਕਰਦਾ ਹਾਂ ਕਿ ਸਦੀਆਂ ਸਦੀਆਂ ਤੋਂ ਅਸੀਂ ਸੈਂਕੜੇ ਜਨਮਾਂ ਅਤੇ ਪੁਨਰ ਜਨਮਾਂ ਦੇ ਬਹੁਤ ਕਰਮ ਇਕੱਠੇ ਕਰੀ ਬੈਠੇ ਹਾਂ, ਜਿਨ੍ਹਾਂ ਨਾਲ ਭਵਿੱਖ ਵਿੱਚ ਲੱਖਾਂ ਹੋਰ ਜੀਵਨ ਹੋ ਸਕਦੇ ਹਨ। ਜਦੋਂ ਇੱਕ ਪਰਮ ਸੰਤ ਸਤਿਗੁਰੂ ਤੁਹਾਨੂੰ ਦੇਖਿਆ ਦਿੰਦਾ ਹੈ ਤਾਂ ਉਹ ਇਹ ਇਕੱਠੇ ਕੀਤੇ ਹੋਏ ਕਰਮਾਂ ਨੂੰ ਸਾੜ ਅਤੇ ਨਸ਼ਟ ਕਰ ਦਿੰਦਾ ਹੈ। ਭਵਿੱਖ ਵਿੱਚ ਪੁਨਰ ਜਨਮ ਲਈ ਕੋਈ ਕਰਮ ਰਹਿੰਦਾ ਹੀ ਨਹੀਂ। ਇਸ ਲਈ ਜਿਹੜਾ ਨਿਯਮ ਇਸ ਬ੍ਰਹਿਮੰਡ ਨੂੰ ਸਹਾਰਾ ਦੇ ਰਿਹਾ ਅਤੇ ਚਲਾ ਰਿਹਾ ਹੈ ਉਹ ਉਸ ਸਮੇਂ ਨਸ਼ਟ ਹੋ ਜਾਂਦਾ ਹੈ ਅਤੇ ਤੁਹਾਡੇ ਕੋਲ ਇਸ ਜੀਵਨ ਦੇ ਕੁਛ ਕੁ ਹੀ ਕਰਮ ਬਚਦੇ ਹਨ। ਜੋ ਕੁਛ ਥੋੜ੍ਹੇ ਬਹੁਤੇ ਫੈਸਲੇ ਤੁਸੀਂ ਆਪਣੇ ਮਨ ਨਾਲ ਲੈ ਰਹੇ ਹੋ, ਇਸ ਜੀਵਨ ਵਿੱਚ ਜੋ ਵੀ ਆਪਣਾ ਫੈਸਲਾ ਖੁਦ ਲੈ ਰਹੇ ਹੋ ਉਹ ਹੀ ਇੱਕੋ ਕਰਮ ਰਹਿ ਜਾਂਦੇ ਹਨ। ਇਹ ਬਹੁਤ ਵੱਡਾ ਬਦਲਾਵ ਹੈ ਅਤੇ ਉਸ ਤੋਂ ਬਾਅਦ ਤੁਸੀਂ ਜਦੋਂ ਵੀ ਕਹਿੰਦੇ ਹੋ ਮੈਂ ਇਹ ਕੰਮ ਕਰਨਾ ਹੈ, ਮੈਂ ਆਪਣਾ ਫਰਜ਼ ਪੂਰਾ ਕਰਨਾ ਹੈ, ਤਾਂ ਸਤਿਗੁਰੂ ਕਹਿੰਦਾ ਹੈ ਕਿਉਂ ਚਿੰਤਾ ਕਰਦੇ ਹੋ, ਮੈਂ ਤੁਹਾਨੂੰ ਪ੍ਰਵਾਨ ਕਰ ਚੁੱਕਾ ਹਾਂ, ਮੈਂ ਤੁਹਾਡੇ ਸਾਰੇ ਕੰਮ ਕਰੂੰਗਾ। ਕੀ ਤੁਹਾਨੂੰ ਪਤਾ ਹੈ ਕਿ ਜੇ ਤੁਹਾਨੂੰ ਇੱਕ ਪਰਮ ਸੰਤ ਸਤਿਗੁਰੂ ਨੇ ਦੇਖਿਆ ਦਿੱਤੀ ਹੈ ਅਤੇ ਤੁਸੀਂ ਉਸਨੂੰ ਕਹਿੰਦੇ ਹੋ ਸਤਿਗੁਰਾ ਹੁਣ ਮੈਨੂੰ ਦੇਖਿਆ ਮਿਲ ਚੁੱਕੀ ਹੈ, ਮੈਂ ਕੁਛ ਨਹੀਂ ਕਰਨਾ, ਉਹ ਤੁਹਾਡੇ ਲਈ ਸਭ ਕੁਛ ਕਰੇਗਾ, ਉਹ ਸਭ ਕੁਛ ਜੋ ਤੁਸੀਂ ਸੋਚ ਸਕਦੇ ਹੋ ਉਹ ਸਭ ਕੁਝ ਕਰ ਸਕਦਾ ਹੈ। ਮਨ ਇਸ ਨੂੰ ਸਵੀਕਾਰ ਨਹੀਂ ਕਰਦਾ, ਮਨ ਦੇ ਬਾਹਰੀ ਹਾਲਾਤ ਇਸ ਨੂੰ ਸਵੀਕਾਰ ਨਹੀਂ ਕਰਦੇ। ਅਸੀਂ ਕਹੀ ਜਾਂਦੇ ਹਾਂ ਸਤਿਗੁਰਾ ਮੈਂ ਇਹ ਕਰਨਾ ਚਾਹੁੰਦਾ ਹਾਂ, ਮੇਰੀ ਮਦਦ ਕਰੋ, ਮੈਂ ਬਹੁਤ ਥੋੜ੍ਹਾ ਕਰ ਪਾਵਾਂਗਾ, ਤੁਸੀਂ ਇਸ ਵਿੱਚ ਮੇਰੀ ਮਦਦ ਕਰੋ। ਸਤਿਗੁਰੂ ਕਹਿੰਦਾ ਹੈ ਠੀਕ ਹੈ, ਅੱਗੇ ਵਧੋ, ਜੋ ਵੀ ਤੁਸੀਂ ਸੋਚਦੇ ਹੋ ਤੁਸੀਂ ਕਰ ਸਕਦੇ ਹੋ, ਕਰੋ। ਅਧਿਆਤਮਿਕ ਅਨੁਭਵਾਂ ਦੇ ਰਾਹ ਦੇ ਸ਼ੁਰੂ ਸ਼ੁਰੂ ਵਿੱਚ ਸਾਡੇ ਲਈ ਇਹ ਸਮਰਪਣ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ। ਉਸ ਸ਼ਕਤੀ ਅੱਗੇ ਸਮਰਪਣ ਕਰਨਾ ਜਿਸ ਨੇ ਸਾਰਾ ਨਿਯੰਤਰਣ ਹੁਣ ਆਪਣੇ ਹੱਥ ਵਿੱਚ ਲੈ ਲਿਆ ਹੈ, ਜਿਸ ਨੇ ਸਾਰੀ ਜ਼ਿੰਮੇਵਾਰੀ ਲੈ ਲਈ ਹੈ, ਅਤੇ ਇਸ ਲਈ ਜਿਵੇਂ ਜਿਵੇਂ ਸਮਾਂ ਲੰਘਦਾ ਹੈ
ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਜੋ ਕੁਛ ਵੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ, ਜੋ ਵੀ ਤੁਹਾਡਾ ਸੰਘਰਸ਼ ਹੈ, ਜਿਹੜੇ ਕਰਤੱਵ ਤੁਸੀਂ ਕਰ ਰਹੇ ਹੋ, ਉਹਨਾਂ ਦੇ ਪਿੱਛੇ ਸਤਿਗੁਰੂ ਦਾ ਹੱਥ ਹੈ। ਸਤਿਗੁਰੂ ਕਹਿੰਦਾ ਹੈ, ਠੀਕ ਹੈ ਠੀਕ ਹੈ, ਥੋੜ੍ਹੀ ਮਦਦ ਕਰਦੇ ਹਾਂ, ਥੋੜ੍ਹੀ ਮਦਦ ਹੋਰ। ਤੁਹਾਨੂੰ ਆਪਣੇ ਕੁਛ ਪੁਰਾਣੇ ਕਰਮਾਂ ਦਾ ਹਿਸਾਬ ਦੇਣਾ ਪਊ, ਪਰ ਕੇਵਲ ਇਸ ਜੀਵਨ ਵਿੱਚ। ਠੀਕ ਹੈ, ਮੈਂ ਤੁਹਾਡੀ ਮਦਦ ਕਰਾਂਗਾ, ਜੇ ਇਹ ਬਹੁਤ ਮੁਸ਼ਕਲ ਹੈ ਤਾਂ ਮੈਨੂੰ ਦੱਸੋ, ਮੈਂ ਇਸ ਦੇ ਕੁਛ ਤੱਤਾਂ ਨੂੰ ਬਦਲਣ ਦੀ ਕੋਸ਼ਿਸ਼ ਕਰਾਂਗਾ। ਇਹ ਇੱਕ ਬਹੁਤ ਵਧੀਆ ਰਿਸ਼ਤਾ ਹੈ, ਮੈਨੂੰ ਜੋ ਰਿਸ਼ਤਾ ਸਭ ਤੋਂ ਵਧੀਆ ਲੱਗਦਾ ਹੈ ਉਹ ਇੱਕ ਪਰਮ ਸੰਤ ਸਤਿਗੁਰੂ ਅਤੇ ਉਸਦੇ ਚੇਲੇ ਦਾ। ਉਹ ਸਭ ਤੋਂ ਵਧੀਆ ਦੋਸਤ ਹੁੰਦੇ ਹਨ, ਇਸ ਤੋਂ ਵਧੀਆ ਕੋਈ ਦੋਸਤੀ ਨਹੀਂ ਹੋ ਸਕਦੀ। ਇੱਕ ਦੋਸਤੀ ਜਿੱਥੇ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕ ਦੂਜੇ ਲਈ ਖੜ੍ਹੇ ਹੋ, ਇੱਕ ਦੋਸਤੀ ਜਿਸ ਵਿੱਚ ਤੁਸੀਂ ਮਹਿਸੂਸ ਕਰਦੇ ਹੋ ਕਿ ਤੁਸੀਂ ਇੱਕੋ ਪੱਧਰ 'ਤੇ ਅਤੇ ਬਰਾਬਰ ਹੋ। ਇਹ ਇੱਕ ਬਹੁਤ ਹੀ ਸੁੰਦਰ ਰਿਸ਼ਤਾ ਹੈ। ਮੇਰੇ ਇੱਕ ਸਹਿਕਰਮੀ ਜੋ ਵੱਡੇ ਮਹਾਰਾਜ ਦੇ ਅਨੁਵਾਈ ਸੀ, ਇੱਕ ਬਹੁਤ ਵਧੀਆ ਇਨਸਾਨ ਸਨ, ਉਹ ਇੱਕ ਪਸ਼ੂ ਚਿਕਿਤਸਕ ਸਨ। ਮੈਂ ਤੁਹਾਨੂੰ ਕਈ ਵਾਰ ਉਹਨਾਂ ਦੀਆਂ ਕਹਾਣੀਆਂ ਸੁਣਾਉਂਦਾ ਹਾਂ ਛੋਟੇ ਸਮੂਹਾਂ ਵਿੱਚ, ਕਿਸੇ ਦਿਨ ਮੈਂ ਤੁਹਾਨੂੰ ਹੋਰ ਕਹਾਣੀਆਂ ਵੀ ਸੁਣਾਵਾਂਗਾ। ਉਹਨਾਂ ਦਾ ਨਾਮ ਡਾਕਟਰ ਈਸ਼ਰ ਸਿੰਘ ਸੀ। ਉਹ ਵੱਡੇ ਮਹਾਰਾਜ ਨਾਲ ਹੋਏ ਆਪਣੇ ਅਨੂਠੇ ਅਨੁਭਵਾਂ ਨਾਲ ਇਸ ਸਿੱਟੇ 'ਤੇ ਪਹੁੰਚੇ ਕਿ ਇੱਕ ਪਰਮ ਸੰਤ ਸਤਿਗੁਰੂ ਪਹਿਲਾਂ ਤੁਹਾਡੇ ਦੋਸਤ ਬਣਦੇ ਹਨ ਅਤੇ ਬਾਅਦ ਵਿੱਚ ਸਤਿਗੁਰੂ, ਇਸ ਦੇ ਉਲਟ ਨਹੀਂ। ਇਹ ਨਾ ਸੋਚੋ ਕਿ ਉਹ ਪਹਿਲਾਂ ਇੱਕ ਸਤਿਗੁਰੂ ਹਨ ਅਤੇ ਬਾਅਦ ਵਿੱਚ ਤੁਹਾਡੇ ਮਿੱਤਰ ਬਣ ਗਏ, ਬਿਲਕੁਲ ਨਹੀਂ, ਉਹ ਤੁਹਾਡੇ ਦੋਸਤ ਬਣਦੇ ਹਨ। ਈਸ਼ਰ ਸਿੰਘ ਕਹਿੰਦਾ ਹੈ, ਉਹ ਪਹਿਲਾਂ ਇੱਕ ਦੋਸਤ ਹਨ, ਫਿਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਉਹ ਸਤਿਗੁਰੂ ਹਨ। ਸੋ ਇਸ ਲਈ ਇਸ ਦੋਸਤੀ ਦੀ ਭਾਵਨਾ ਵਿੱਚ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਕੱਠੇ ਕੰਮ ਕਰ ਸਕਦੇ ਹੋ, ਤੁਸੀਂ ਇੱਕ ਦੂਜੇ ਦੇ ਕੰਮਾਂ ਵਿੱਚ ਹਿੱਸਾ ਲੈ ਸਕਦੇ ਹੋ। ਉਹ ਛੋਟੇ ਛੋਟੇ ਕੰਮ ਕਰਦੇ ਹਨ, ਪਰਮ ਸੰਤ ਸਤਿਗੁਰੂ ਆਉਂਦੇ ਨੇ ਅਤੇ ਸੰਸਾਰਕ ਕੰਮ ਕਰਦੇ ਹਨ। ਇੱਕ ਸਤਿਗੁਰੂ ਨੇ ਆਪਣੀ ਸਾਰੀ ਜ਼ਿੰਦਗੀ ਚੁਲਾਹੇ ਦਾ ਕੰਮ ਕੀਤਾ। ਉਸ ਦੇ ਅਨੁਵਾਈ ਬਹੁਤ ਅਮੀਰ ਸਨ, ਕਰੋੜਪਤੀ ਸਨ, ਜਿਨ੍ਹਾਂ ਨੇ ਕਿਹਾ, ਚੁਲਾਹੇ ਦਾ ਕੰਮ ਛੱਡੋ, ਤੁਹਾਨੂੰ ਇਸ ਦੀ ਲੋੜ ਨਹੀਂ। ਉਹਨਾਂ ਕਿਹਾ, ਹੈ ਲੋੜ, ਮੈਂ ਉਹਨਾਂ ਲੋਕਾਂ ਨਾਲ ਕੰਮ ਕਰਨਾ ਹੈ ਜੋ ਇਹੀ ਕੰਮ ਕਰ ਰਹੇ ਹਨ। ਇੱਕ ਹੋਰ ਮੋਚੀ ਸਨ ਜੋ ਜੁੱਤੀਆਂ ਦੀ ਮੁਰੰਮਤ ਕਰਦੇ ਸਨ, ਉਹ ਇੱਕ ਮੋਚੀ ਹੀ ਰਹੇ ਅਤੇ ਰਾਜੇ ਉਹਨਾਂ ਦੇ ਕਦਮਾਂ 'ਚ ਬੈਠਦੇ ਅਤੇ ਉਹਨਾਂ ਦੇ ਪਿੱਛੇ ਚੱਲਦੇ ਸਨ। ਉਹਨਾਂ ਨੇ ਕਿਹਾ, ਤੁਹਾਨੂੰ ਇਸ ਦੀ ਲੋੜ ਨਹੀਂ, ਤੁਸੀਂ ਸਾਡੇ ਮਹਿਲ ਵਿੱਚ ਆ ਜਾਓ ਅਤੇ ਉੱਥੇ ਰਹੋ। ਨਹੀਂ, ਮੇਰੇ ਲਈ ਮੋਚੀ ਬਣ ਕੇ ਰਹਿਣਾ ਜ਼ਰੂਰੀ ਹੈ, ਕਿਉਂਕਿ ਮੈਂ ਉਹਨਾਂ ਲੋਕਾਂ ਨਾਲ ਦੋਸਤੀ ਕਰਨੀ ਹੈ ਜੋ ਮੈਨੂੰ ਮੋਚੀ ਵਜੋਂ ਹੀ ਸਵੀਕਾਰ ਕਰ ਸਕਦੇ ਹਨ, ਸ਼ਾਹੀ ਮਹਿਲ ਵਿੱਚ ਨਹੀਂ। ਸਤਿਗੁਰੂ ਪਾਉਂਦੇ ਹਨ ਅਤੇ ਆਪਣੇ ਆਪ ਨੂੰ ਸੰਸਾਰ ਦੀਆਂ ਉਹਨਾਂ ਭੌਤਿਕ ਗਤੀਵਿਧੀਆਂ ਵਿੱਚ ਸ਼ਾਮਿਲ ਕਰ ਲੈਂਦੇ ਹਨ ਜੋ ਉਹਨਾਂ ਦੇ ਚੇਲੀਆਂ ਦੀਆਂ ਗਤੀਵਿਧੀਆਂ ਨਾਲ ਮੇਲ ਖਾਂਦਾ ਹੈ ਅਤੇ ਇਸ ਲਈ ਉਹ ਦੋਸਤ ਬਣ ਜਾਂਦੇ ਹਨ। ਇਹ ਦੋਸਤੀ ਬਹੁਤ ਹੀ ਮਹੱਤਵਪੂਰਨ ਹੈ, ਇਹ ਆਪਣੇ ਆਪ ਵਿੱਚ ਜ਼ਿੰਦਗੀ ਨੂੰ ਬਦਲ ਦਿੰਦੀ ਹੈ। ਮੈਂ ਸ੍ਰਿਸ਼ਟੀ ਬਾਰੇ ਬਹੁਤ ਗੱਲਾਂ ਦੱਸੀਆਂ, ਮੈਂ ਮਨ ਤੋਂ ਪਰੇ ਦੀਆਂ ਚੀਜ਼ਾਂ ਬਾਰੇ ਦੱਸਿਆ। ਤਰਕ ਦੇਣ ਵਾਲਾ ਮਨ ਕਹਿ ਸਕਦਾ ਹੈ, ਇਹ ਸਭ ਕਹਾਣੀਆਂ ਤੁਸੀਂ ਬਣਾ ਰਹੇ ਹੋ। ਮੈਂ ਕਹਾਣੀਆਂ ਬਣਾ ਸਕਦਾ ਹਾਂ, ਕੋਈ ਵੀ ਕਹਾਣੀਆਂ ਬਣਾ ਸਕਦਾ ਹੈ, ਹੋ ਸਕਦਾ ਹੈ ਕੁਛ ਵੀ ਨਾ ਹੋਵੇ, ਹੋ ਸਕਦਾ ਹੈ ਕੋਈ ਵੀ ਉਤਲਾ ਖੰਡ ਨਾ ਹੋਵੇ, ਸ਼ਾਇਦ ਇਹ ਇੱਥੇ ਹੀ ਸਭ ਕੁਛ ਹੋਵੇ। ਭੌਤਿਕ ਵਿਵਾਦੀ ਵਿਸ਼ਵਾਸ ਕਰਦੇ ਹਨ, ਭੌਤਿਕਵਾਦ ਕਹਿੰਦਾ ਹੈ ਇਹ ਸਭ ਕੁਛ ਇੱਥੇ ਹੀ ਹੈ, ਬਾਕੀ ਸਭ ਕੁਛ ਸਿਰਫ ਸਾਡੇ ਦੁਆਰਾ ਬਣਾਈ ਗਈ ਕਲਪਨਾ ਹੈ। ਠੀਕ ਹੈ, ਹੋ ਸਕਦਾ ਹੈ ਕਿ ਇਹੀ ਹੋਵੇ। ਜੇਕਰ ਮੰਨ ਲਿਆ ਜਾਵੇ ਕਿ ਇਹ ਪਦਾਰਥਕ ਚੀਜ਼ਾਂ ਹੀ ਸੱਚ ਹਨ, ਫਿਰ ਵੀ ਮੈਂ ਕਹਿੰਦਾ ਹਾਂ ਕਿ ਮੇਰੀ ਕਹਾਣੀ ਬਹੁਤ ਵਧੀਆ ਹੈ। ਇਸ ਕਹਾਣੀ ਕਰਕੇ ਮੈਂ ਬਹੁਤ ਖੁਸ਼ ਹਾਂ, ਇਸ ਨੇ ਮੇਰੀ ਹਰ ਸਮੱਸਿਆ ਨੂੰ ਹੱਲ ਕਰ ਦਿੱਤਾ। ਮੇਰੀ ਸਾਰੀ ਜ਼ਿੰਦਗੀ ਇੱਕ ਕਹਾਣੀ ਦੁਆਰਾ ਬਦਲ ਗਈ, ਫਿਰ ਤਾਂ ਇਹ ਬਹੁਤ ਵਧੀਆ ਕਹਾਣੀ ਹੈ। ਕਹਾਣੀ ਵਿੱਚ ਇੱਕ ਕਹਾਣੀ ਬਣਾਉਣ ਦੀ ਪ੍ਰਕਿਰਿਆ ਵਿੱਚ ਮੈਨੂੰ ਇੱਕ ਦੋਸਤ ਮਿਲਿਆ ਜੋ ਇੱਕ ਵਧੀਆ ਦੋਸਤ ਹੈ, ਇੱਕ ਮਿੱਤਰ ਜਿਸ ਤੋਂ ਮੈਂ ਬੇਸ਼ਰਤ ਪਿਆਰ ਦਾ ਅਨੁਭਵ ਕੀਤਾ। ਕਹਾਣੀ ਤੋਂ ਬਗੈਰ ਮੈਂ ਕਦੇ ਵੀ ਅਜਿਹਾ ਅਨੁਭਵ ਨਹੀਂ ਸੀ ਕਰ ਸਕਦਾ। ਕਹਾਣੀ ਬਹੁਤ ਬੁਨਿਆਦੀ ਹੈ, ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਹਾਣੀ 'ਤੇ ਤੁਹਾਡਾ ਵਿਸ਼ਵਾਸ ਹੈ ਜਾਂ ਨਹੀਂ। ਇੱਕ ਅਜਿਹੇ ਵਿਅਕਤੀ ਨਾਲ ਅਨੁਭਵ ਤੁਹਾਨੂੰ ਯਕੀਨ ਦਿਵਾਉਂਦਾ ਹੈ ਕਿ ਇਹ ਕੁਛ ਵੱਖਰੀ ਤਰ੍ਹਾਂ ਦੀ ਚੀਜ਼ ਵਾਪਰ ਰਹੀ ਹੈ। ਇਹ ਗਿਆਨ ਦਾ ਪੱਧਰ
ਜਾਂ ਬੋਧੀ ਗਿਆਨ ਨਹੀਂ ਹੈ ਜੋ ਤੁਹਾਨੂੰ ਦੱਸੇਗਾ ਕਿ ਇੱਕ ਸੰਤ ਸਤਿਗੁਰੂ ਕੌਣ ਹੈ। ਇਹ ਉਸ ਸਤਿਗੁਰੂ ਨਾਲ ਹੋਇਆ ਅਨੁਭਵ ਹੈ ਜੋ ਤੁਹਾਨੂੰ ਦੱਸੇਗਾ ਕਿ ਉਹ ਕੌਣ ਹੈ। ਇਸ ਲਈ ਇਹ ਰਸਤਾ ਪਿਆਰ ਅਤੇ ਗੁਰਭਗਤੀ ਅਤੇ ਦੋਸਤੀ ਦਾ ਹੈ। ਇਹ ਤੁਹਾਨੂੰ ਸੱਚੀ ਦੋਸਤੀ ਦਾ ਅਨੁਭਵ ਕਰਾਉਂਦਾ ਹੈ, ਤੁਹਾਨੂੰ ਸੱਚੇ ਪਿਆਰ ਦਾ ਅਨੁਭਵ ਕਰਾਉਂਦਾ ਹੈ। ਇਹ ਤੁਹਾਨੂੰ ਬੇਸ਼ਰਤ ਪਿਆਰ ਦਾ ਅਨੁਭਵ ਕਰਾਉਂਦਾ ਹੈ ਜੋ ਕਿ ਬਹੁਤ ਹੀ ਦੁਰਲੱਭ ਹੈ। ਇਸ ਬੇਸ਼ਰਤ ਪਿਆਰ ਨੂੰ ਲੱਭਣਾ ਬਹੁਤ ਮੁਸ਼ਕਲ ਹੈ। ਮੈਂ ਇਹ ਸੁਣਦਾ ਹਾਂ, ਲੋਕ ਕਹਿੰਦੇ ਹਨ ਕਿ ਅਸੀਂ ਹਾਂ, ਉਹ ਇਸ ਨੂੰ ਕੀ ਕਹਿੰਦੇ ਹਨ? ਅਸੀਂ ਰੂਹਾਂ ਹਾਂ, ਉਹ ਕੀ ਕਹਿੰਦੇ ਹਨ? ਸੋਲਮੇਟ। ਉਹ ਕਹਿੰਦੇ ਅਸੀਂ ਰੂਹਾਂ ਦੇ ਹਾਣੀ ਹਾਂ, ਅਸੀਂ ਰੂਹਾਂ ਦੇ ਹਾਣੀ ਬਣ ਗਏ ਹਾਂ ਅਤੇ ਸਾਨੂੰ ਸੱਚਾ ਪਿਆਰ ਲੱਭ ਗਿਆ ਹੈ। 3 ਮਹੀਨਿਆਂ ਬਾਅਦ ਉਹ ਤਲਾਕ ਲਈ ਅਦਾਲਤ ਵਿੱਚ ਹੁੰਦੇ ਹਨ। ਮੈਂ ਪੁੱਛਦਾ ਹਾਂ, ਤੁਸੀਂ ਤਾਂ ਆਪਣੇ ਆਪ ਨੂੰ ਰੂਹਾਂ ਦੇ ਹਾਣੀ ਕਹਿੰਦੇ ਸਨ, ਕੀ ਬਣਿਆ ਉਸਦਾ? ਨਹੀਂ, ਅਸੀਂ ਤਾਂ ਸ਼ੁਰੂ ਤੋਂ ਹੀ ਜਾਣਦੇ ਸੀ ਕਿ ਅਸੀਂ ਇੱਕ ਦੂਜੇ ਲਈ ਨਹੀਂ ਬਣੇ, ਪਰ ਉਸ ਦਿਨ ਤਾਂ ਤੁਸੀਂ ਮੈਨੂੰ ਕਿਹਾ ਸੀ ਕਿ ਤੁਸੀਂ ਰੂਹਾਂ ਦੇ ਹਾਣੀ ਹੋ। ਕੀ ਹੋਇਆ? ਇਹ ਮਨ ਸ਼ੱਕ ਪੈਦਾ ਕਰਦਾ ਹੈ, ਮਨ ਡਰ ਪੈਦਾ ਕਰਦਾ ਹੈ। ਹਰ ਸਮੇਂ ਹਰੇਕ ਰਿਸ਼ਤੇ ਵਿੱਚ, ਸਤਿਗੁਰ ਦੇ ਨਾਲ ਦੇ ਰਿਸ਼ਤੇ ਵਿੱਚ ਵੀ ਇਹੀ ਕੁਝ ਕਰਦਾ ਹੈ। ਪਿਆਰ ਅਤੇ ਗੁਰਭਗਤੀ ਬਾਰੇ ਸੱਚਾਈ ਖੋਜਣ ਲਈ ਅਸੀਂ ਕਿਵੇਂ ਉਸ ਮਨ 'ਤੇ ਯਕੀਨ ਕਰ ਸਕਦੇ ਹਾਂ? ਇਸ ਲਈ ਇਹ ਸਤਿਗੁਰੂ ਦਾ ਬੇਸ਼ਰਤ ਪਿਆਰ ਹੈ ਜੋ ਸਾਡੇ ਵਿੱਚ ਉਹ ਪ੍ਰਤੀਕਿਰਿਆ ਜਗਾਉਂਦਾ ਹੈ ਜਿਸ ਨਾਲ ਸਾਨੂੰ ਪਤਾ ਲੱਗਦਾ ਹੈ ਕਿ ਕੋਈ ਬਹੁਤ ਸੱਚੀ ਚੀਜ਼ ਹੈ ਜਿਸ ਬਾਰੇ ਸਾਨੂੰ ਪਹਿਲਾਂ ਕਦੇ ਵੀ ਪਤਾ ਨਹੀਂ ਸੀ ਅਤੇ ਉਹ ਅਸਲੀਅਤ ਸਾਡੇ ਮਨ ਤੋਂ ਪਰੇ ਹੈ। ਮੈਂ ਤੁਹਾਨੂੰ ਇਹ ਕਹਾਣੀਆਂ ਇਸ ਲਈ ਸੁਣਾਈਆਂ ਕਿਉਂਕਿ ਇਹ ਮੇਰੇ ਨਿੱਜੀ ਅਨੁਭਵ ਤੋਂ ਹਨ। ਮੈਂ ਤੁਹਾਨੂੰ ਕਿਸੇ ਕਿਤਾਬ ਵਿੱਚੋਂ ਕੋਈ ਕਹਾਣੀ ਨਹੀਂ ਸੁਣਾਈ, ਸਿਵਾਏ ਕੁਝ ਗੱਲਾਂ ਦੇ ਜਿਸ ਦਾ ਮੈਂ ਹਵਾਲਾ ਦਿੱਤਾ ਹੈ। ਪਰ ਇਹ ਤੱਥ ਕਿ ਪਰਮ ਸੰਤ ਸਤਿਗੁਰੂ ਇਸ ਤਰ੍ਹਾਂ ਕਾਰਜ ਕਰਦਾ ਹੈ, ਇਹ ਮੈਂ ਆਪਣੇ ਅਨੁਭਵ ਦੇ ਆਧਾਰ 'ਤੇ ਕਹਿ ਰਿਹਾ ਹਾਂ। ਉਸ ਵਿਅਕਤੀ ਨਾਲ, ਉਸ ਇਨਸਾਨ ਨਾਲ, ਉਸ ਚਿੱਟੀ ਦਾੜ੍ਹੀ ਵਾਲੇ ਇਨਸਾਨ ਨਾਲ ਹੋਇਆ ਅਨੁਭਵ, ਉਹਨਾਂ ਨੂੰ ਵੱਡੇ ਮਹਾਰਾਜ ਕਿਹਾ ਜਾਂਦਾ ਹੈ। ਉਸ ਆਦਮੀ ਕਰਕੇ ਹੀ ਮੇਰੇ ਲਈ ਇਹ ਸਭ ਕੁਝ ਸੰਭਵ ਹੋ ਸਕਿਆ। ਮੈਨੂੰ ਕੋਈ ਸੰਦੇਹ ਨਹੀਂ ਕਿ ਜੇਕਰ ਮੇਰੇ ਵਰਗੇ ਆਮ ਆਦਮੀ ਲਈ ਜੋ ਸੰਭਵ ਹੋ ਸਕਿਆ, ਮੇਰੇ ਹਾਲਾਤ, ਜਿੱਥੋਂ ਮੈਂ ਆਇਆ, ਜਿੱਥੇ ਮੈਂ ਵੱਡਾ ਹੋਇਆ, ਜੋ ਕੁਝ ਮੇਰੇ ਨਾਲ ਵਾਪਰਿਆ, ਉਹ ਸਭ ਕੁਝ ਆਮ ਹਾਲਾਤਾਂ ਵਾਂਗ ਸਨ। ਮੈਂ ਆਪਣੀ ਬੀਤੀ ਜ਼ਿੰਦਗੀ 'ਤੇ ਮੁੜ ਨਜ਼ਰ ਮਾਰਦਾ ਹਾਂ ਅਤੇ ਜੇ ਉਸ ਚਿੱਟੀ ਦਾੜ੍ਹੀ ਵਾਲੇ ਇੱਕ ਆਮ ਜਿਹੇ ਦਿਸਣ ਵਾਲੇ ਇਨਸਾਨ ਨੇ ਇਹ ਸਭ ਮੇਰੇ ਲਈ ਕੀਤਾ ਤਾਂ ਮੈਂ ਪੂਰੀ ਯਕੀਨ ਨਾਲ ਕਹਿ ਸਕਦਾ ਹਾਂ ਕਿ ਇਹ ਕੁਝ ਤੁਹਾਡੇ ਸਾਰਿਆਂ ਨਾਲ ਹੋ ਸਕਦਾ ਹੈ ਜੇ ਤੁਸੀਂ ਆਪਣੀ ਦਿਲੀ ਜਗਿਆਸਾ ਨਾਲ ਇੱਕ ਪਰਮ ਸੰਤ ਸਤਿਗੁਰੂ ਦੇ ਸੰਪਰਕ ਵਿੱਚ ਆਉਂਦੇ ਹੋ। ਤੁਹਾਨੂੰ ਉਸਨੂੰ ਉੱਚੀ ਬੋਲ ਕੇ ਨਹੀਂ ਬੁਲਾਉਣਾ ਪਵੇਗਾ। ਇੱਕ ਪਰਮ ਸੰਤ ਸਤਿਗੁਰੂ ਤੱਕ ਪਹੁੰਚਣ ਲਈ ਉੱਚੀ ਉੱਚੀ ਕੂਕਣਾ ਨਹੀਂ ਪਵੇਗਾ। ਇਹ ਸਭ ਅੰਦਰੂਨੀ ਹੈ, ਬਸ ਤੁਹਾਡੀ ਜਗਿਆਸਾ ਤੀਬਰ ਹੋਵੇ। ਕਹੋ, ਸਤਿਗੁਰੂ, ਮੈਂ ਇਸ ਰਚਨਾ ਤੋਂ ਅੱਕ ਗਿਆ ਹਾਂ, ਮੈਂ ਇਸ ਗੁੰਝਲਦਾਰ ਜੀਵਨ ਤੋਂ ਅੱਕ ਗਿਆ ਹਾਂ ਅਤੇ ਮੈਂ ਅੱਗੇ ਵਧਣਾ ਚਾਹੁੰਦਾ ਹਾਂ, ਮੈਂ ਜ਼ਿਆਦਾ ਅਸਲੀ ਚੀਜ਼ਾਂ ਵੱਲ ਵਧਣਾ ਚਾਹੁੰਦਾ ਹਾਂ। ਸਤਿਗੁਰੂ, ਮੈਨੂੰ ਨਹੀਂ ਪਤਾ ਕਿ ਅੰਤਮ ਅਸਲੀਅਤ ਕਿੱਥੇ ਹੈ, ਮੈਂ ਘੱਟੋ ਘੱਟ ਇੱਕ ਕਦਮ ਅੱਗੇ ਵਧਣਾ ਚਾਹੁੰਦਾ ਹਾਂ। ਅਖੀਰ ਮੈਨੂੰ ਉੱਥੇ ਲੈ ਜਾਓ ਜਿੱਥੇ ਤੁਸੀਂ ਆਪ ਹੋ ਅਤੇ ਸਤਿਗੁਰੂ ਤੁਹਾਨੂੰ ਠੀਕ ਉੱਥੇ ਲੈ ਜਾਵੇਗਾ ਜਿੱਥੇ ਉਹ ਹੈ। ਇੱਕ ਸਤਿਗੁਰੂ ਕਦੇ ਵੀ ਤੁਹਾਨੂੰ ਆਪਣੇ ਤੋਂ ਹੇਠਾਂ ਦੀ ਪੱਧਰ 'ਤੇ ਨਹੀਂ ਲਿਜਾਂਦਾ। ਜੇ ਉਹ ਪੂਰਨ ਜਾਂ ਸਮੁੱਚੀ ਚੇਤਨਾ ਤੋਂ ਆਇਆ ਹੈ ਤਾਂ ਉਹ ਤੁਹਾਨੂੰ ਵੀ ਪੂਰਨ ਚੇਤਨਾ ਨਾਲ ਜੋੜ ਦੇਵੇਗਾ। ਜੇਕਰ ਤੁਸੀਂ ਇਸ ਸਥੂਲ ਜੀਵਨ ਵਿੱਚ ਕੇਵਲ ਉਸਦੇ ਆਮ ਨਿਰਦੇਸ਼ਾਂ ਦੀ ਹੀ ਪਾਲਣਾ ਕਰਦੇ ਹੋ, ਉਹ ਤੁਹਾਨੂੰ ਇਸੇ ਜੀਵਨ ਵਿੱਚ ਲੈ ਜਾਵੇਗਾ। ਜੇ ਤੁਹਾਨੂੰ ਆਪਣੇ ਮਨ ਅਤੇ ਬਹਾਨਿਆਂ ਕਰਕੇ ਮੁਸ਼ਕਲ ਆ ਰਹੀ ਹੈ ਕਿ ਮੈਨੂੰ ਬਹੁਤ ਸਮੱਸਿਆਵਾਂ ਹਨ, ਇਹ ਕਰਨਾ ਬਹੁਤ ਮੁਸ਼ਕਲ ਹੈ, ਤਾਂ ਉਹ ਤੁਹਾਨੂੰ ਇੱਕ ਹੋਰ ਮੌਕਾ ਦੇ ਸਕਦਾ ਹੈ, ਪਰ ਉਹ ਤੁਹਾਨੂੰ ਉਸੇ ਪੱਧਰ 'ਤੇ ਲੈ ਜਾਵੇਗਾ ਜਿੱਥੇ ਉਹ ਖੁਦ ਆਪ ਹੈ। ਜਦੋਂ ਮੈਂ ਇਸ ਤਰ੍ਹਾਂ ਤੁਹਾਡੇ ਨਾਲ ਤਿਉਹਾਰ ਮਨਾਉਣ ਆਉਂਦਾ ਹਾਂ ਤਾਂ ਮੈਂ ਸਮਝਦਾ ਹਾਂ ਕਿ ਇਹ ਸਤਿਗੁਰੂ ਦੀ ਸੰਗਤ ਦਾ ਤਿਉਹਾਰ ਹੈ। ਮੈਂ ਸਮਝਦਾ ਹਾਂ ਕਿਉਂਕਿ ਇਸ ਤਿਉਹਾਰ, ਜਿਸ ਨੂੰ ਕ੍ਰਿਸਮਿਸ ਜਾਂ ਇਸ ਤਰ੍ਹਾਂ ਦਾ ਕੁਝ ਹੋਰ ਨਾਮ ਦੇ ਦੇਵੋ, ਉਹ ਇਸ ਲਈ ਹੈ ਕਿਉਂਕਿ ਅਸੀਂ ਉਹਨਾਂ ਲੋਕਾਂ ਨੂੰ ਯਾਦ ਕਰਦੇ ਹਾਂ ਜੋ ਸੱਚ ਨੂੰ ਜਾਣਦੇ ਹਨ, ਉਹ ਲੋਕ ਜੋ ਸਾਡੇ ਤਜਰਬੇ ਤੋਂ ਪਰੇ ਹੁੰਦੇ ਹਨ, ਜੋ ਲੋਕ
ਇਸ ਸੰਸਾਰ ਵਿੱਚ ਪਿਆਰ ਫੈਲਾਉਂਦੇ ਹਨ। ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ। ਮੈਨੂੰ ਪਤਾ ਹੈ ਕਿ ਕ੍ਰਿਸਮਸ ਸੀਜ਼ਨ ਦਾ ਖਾਸ ਤੌਰ 'ਤੇ ਇਸ ਦੇਸ਼ ਵਿੱਚ ਤੋਹਫ਼ੇ ਖਰੀਦਣ ਅਤੇ ਉਹਨਾਂ ਦੇ ਲੈਣ ਦੇਣ ਦਾ ਸੰਬੰਧਿਤ ਹੈ। ਕੁਛ ਲੋਕ ਤੋਹਫ਼ੇ ਖਰੀਦਣਾ ਪਸੰਦ ਕਰਦੇ ਹਨ, ਕੁਛ ਲੋਕ ਤੋਹਫ਼ੇ ਵੰਡਣਾ ਪਸੰਦ ਕਰਦੇ ਹਨ, ਕੁਛ ਲੋਕ ਤੋਹਫ਼ੇ ਪ੍ਰਾਪਤ ਕਰਨਾ ਪਸੰਦ ਕਰਦੇ ਹਨ, ਪਰ ਕੁਛ ਅਜਿਹੇ ਵੀ ਹੁੰਦੇ ਹਨ ਜੋ ਆਰਥਿਕ ਤੌਰ 'ਤੇ ਮੁਸ਼ਕਲ ਵਿੱਚ ਹੁੰਦੇ ਹਨ। ਉਹ ਜਿਹੜੇ ਕਹਿੰਦੇ ਹਨ, ਹੇ ਭਗਵਾਨ, ਕ੍ਰਿਸਮਸ ਦਾ ਸਮਾਂ ਆ ਗਿਆ, ਮੇਰੇ ਕੋਲ ਤਾਂ ਤੋਹਫ਼ੇ ਖਰੀਦਣ ਲਈ ਪੈਸੇ ਹੀ ਨਹੀਂ ਹਨ, ਮੇਰੀ ਸੂਚੀ ਵਿੱਚ 50 ਲੋਕ ਹਨ, ਤਾਂ ਇਹ ਸਮਾਂ ਤੁਹਾਡੇ ਲਈ ਤਿਉਹਾਰ ਦਾ ਨਹੀਂ ਹੋਵੇਗਾ, ਬਲਕਿ ਤੁਸੀਂ ਇੱਕ ਦਬਾਅ ਵਿੱਚ ਹੁੰਦੇ ਹੋਏ ਮਜਬੂਰੀ ਵਿੱਚ ਤਿਉਹਾਰ ਮਨਾ ਰਹੇ ਹੋਵੋਗੇ। ਅਤੇ ਫਿਰ ਕਈਆਂ ਨੂੰ ਲੱਗਦਾ ਹੈ, ਉਹ ਮੇਰੇ ਆਲੇ ਦੁਆਲੇ ਕ੍ਰਿਸਮਸ ਮਨਾਉਣ ਵਾਲਾ ਕੋਈ ਹੈ ਹੀ ਨਹੀਂ, ਮੈਂ ਇਸ ਤਰ੍ਹਾਂ ਨਹੀਂ ਰਹਿ ਸਕਦਾ, ਮੈਂ ਆਤਮ ਹੱਤਿਆ ਕਰ ਲਵਾਂਗਾ। ਕਈ ਆਤਮ ਹੱਤਿਆ ਕਰ ਲੈਂਦੇ ਹਨ। ਮੈਂ ਇਹ ਸੁਣ ਕੇ ਹੈਰਾਨ ਹਾਂ ਕਿ ਇਸ ਦੇਸ਼ ਵਿੱਚ ਆਤਮ ਹੱਤਿਆਵਾਂ ਦੀ ਦਰ ਤਿਉਹਾਰਾਂ ਦੌਰਾਨ ਸਭ ਤੋਂ ਵੱਧ ਹੈ, ਕਿਉਂਕਿ ਉਸ ਵੇਲੇ ਲੋਕ ਵਧੇਰੇ ਇਕੱਲੇ ਹੁੰਦੇ ਹਨ। ਸਾਲ ਦਾ ਬਾਕੀ ਸਮਾਂ ਉਹ ਕਲੱਬਾਂ, ਇੰਟਰਨੈੱਟ ਅਤੇ ਬਿਨਾਂ ਕਿਸੇ ਦੇ ਬਿਤਾ ਸਕਦੇ ਹਨ, ਪਰ ਕ੍ਰਿਸਮਸ ਦੇ ਤਿਉਹਾਰ ਦੌਰਾਨ ਉਹਨਾਂ ਨੂੰ ਕਿਸੇ ਦੀ ਮੌਜੂਦਗੀ ਦੀ ਲੋੜ ਹੁੰਦੀ ਹੈ। ਇਹ ਨਾ ਹੋਵੇ ਤਾਂ ਉਹ ਸੋਚਦੇ ਹਨ ਕਿ ਇਕੱਲੇ ਹੋਣਾ ਬਹੁਤ ਮਾੜਾ ਹੈ। ਇਹ ਬਹੁਤ ਬੁਰਾ ਹੈ ਕਿ ਇਸ ਤੋਂ ਚੰਗਾ ਤਾਂ ਜ਼ਿੰਦਗੀ ਖਤਮ ਕਰ ਲੈਣੀ ਚਾਹੀਦੀ ਹੈ। ਇਸ ਤਿਉਹਾਰ ਦੇ ਦੂਜੇ ਪਾਸੇ ਵੱਲ ਵੀ ਦੇਖੋ, ਇਹ ਇੰਨਾ ਸ਼ਾਨਦਾਰ ਨਹੀਂ ਜਿੰਨਾ ਅਸੀਂ ਸਮਝਦੇ ਹਾਂ। ਮੇਰੇ ਵੱਲ ਦੇਖੋ, ਮੈਂ ਸਫ਼ਰ ਕਰਦਾ ਰਹਿੰਦਾ ਹਾਂ, ਮੈਂ ਲੋਕਾਂ ਨੂੰ ਮਿਲਦਾ ਰਹਿੰਦਾ ਹਾਂ। ਕਈ ਸਾਲਾਂ ਤੋਂ ਮੈਨੂੰ ਇਕੱਲੇ ਰਹਿਣ ਦਾ ਮੌਕਾ ਹੀ ਨਹੀਂ ਮਿਲਿਆ। ਮੈਂ ਕਈ ਵਾਰ ਚਾਹੁੰਦਾ ਹਾਂ ਕਿ ਮੈਨੂੰ ਛੁੱਟੀ ਮਿਲ ਜਾਵੇ ਜਿੱਥੇ ਮੈਂ ਇਕੱਲਾ ਹੀ ਹੋਵਾਂ। ਲੋਕ ਕਹਿੰਦੇ ਹਨ ਕਿ ਤੁਸੀਂ ਮੂਰਖ ਹੋ, ਇਕੱਲੇ ਹੋਣਾ ਮੂਰਖਤਾ ਹੈ, ਤੁਹਾਡੇ ਨਾਲ ਕਈ ਲੋਕ ਹਨ। ਹਰ ਕੁਝ ਸਾਲਾਂ ਬਾਅਦ ਜੋ ਲੋਕ ਮੈਨੂੰ ਲੰਬੇ ਸਮੇਂ ਤੋਂ ਜਾਣਦੇ ਹਨ, ਉਹ ਜਾਣਦੇ ਹਨ ਕਿ ਹਰ ਕੁਝ ਸਾਲਾਂ ਬਾਅਦ ਮੈਂ 2 ਜਾਂ 3 ਦਿਨਾਂ ਦੀ ਛੁੱਟੀ ਲੈ ਕੇ ਕਿਤੇ ਜਾ ਕੇ ਲੁਕ ਜਾਂਦਾ ਹਾਂ ਜਿੱਥੇ ਕਿਸੇ ਨਾਲ ਸੰਪਰਕ ਨਾ ਹੋਵੇ, ਅਤੇ ਮੈਂ ਇਸ ਦਾ ਆਨੰਦ ਮਾਣਦਾ ਹਾਂ। ਕੋਈ ਵੀ ਇੱਥੇ ਇਸ ਪ੍ਰਕਾਰ ਦਾ ਆਨੰਦ ਨਹੀਂ ਮਾਣ ਰਿਹਾ। ਲੋਕ ਕਹਿੰਦੇ ਹਨ ਅਸੀਂ ਇਕੱਲੇ ਮਹਿਸੂਸ ਕਰਦੇ ਹਾਂ, ਅਸੀਂ ਕਿਸੇ ਨੂੰ ਮਿਸ ਕਰ ਰਹੇ ਹਾਂ। ਇਹਨਾਂ ਤਿਉਹਾਰਾਂ ਵਿੱਚ ਤਾਂ ਸਾਨੂੰ ਉਸਦੀ ਹੋਰ ਵੀ ਯਾਦ ਆਉਂਦੀ ਹੈ। ਇਸ ਲਈ ਜੇਕਰ ਤੁਸੀਂ ਅਧਿਆਤਮਿਕ ਰਸਤੇ 'ਤੇ ਹੋ, ਜੇਕਰ ਤੁਸੀਂ ਸੱਚਮੁੱਚ ਰੂਹਾਨੀ ਰਸਤੇ 'ਤੇ ਹੋ, ਤਾਂ ਮੈਂ ਤੁਹਾਨੂੰ ਇੱਕ ਰਹੱਸ ਦੱਸਦਾ ਹਾਂ। ਤੁਸੀਂ ਕਦੇ ਵੀ ਇਕੱਲੇ ਨਹੀਂ ਹੋ ਸਕਦੇ। ਜੇ ਤੁਹਾਨੂੰ ਇੱਕ ਪਰਮ ਸੰਤ ਸਤਿਗੁਰੂ ਦੁਆਰਾ ਨਾਮਦਾਨ ਦਾਤ ਦਿੱਤੀ ਗਈ ਹੈ ਅਤੇ ਉਸ ਦੇ ਸਰਲ ਨਿਰਦੇਸ਼ਾਂ ਦੀ ਪਾਲਣਾ ਕਰਕੇ ਤੁਸੀਂ ਉਸ ਦਾ ਨੂਰੀ ਸਰੂਪ ਆਪਣੇ ਅੰਦਰ ਪ੍ਰਗਟ ਕਰ ਲੈਂਦੇ ਹੋ, ਜੇ ਤੁਸੀਂ ਅਜਿਹਾ ਕਰ ਸਕਦੇ ਹੋ, ਤਾਂ ਤੁਸੀਂ ਕਦੇ ਵੀ ਇਕੱਲੇ ਨਹੀਂ ਹੋ ਸਕਦੇ। ਸਤਿਗੁਰੂ ਹਮੇਸ਼ਾ ਤੁਹਾਡੇ ਆਲੇ ਦੁਆਲੇ ਹੋਵੇਗਾ। ਇਹ ਇਤਨਾ ਸੁੰਦਰ ਹੈ, ਅਤੇ ਇਹ ਉਹੋ ਜਿਹੀ ਸੰਗਤ ਹੋਵੇਗੀ ਜਿਵੇਂ ਇਸ ਸਥੂਲ ਸੰਸਾਰ ਵਿੱਚ ਹੁੰਦੀ ਹੈ, ਉਸ ਤੋਂ ਵੀ ਵੱਧ। ਤੁਸੀਂ ਇਕੱਠੇ ਯਾਤਰਾ ਕਰਦੇ ਹੋ, ਤੁਸੀਂ ਇੱਕ ਦੂਜੇ ਨਾਲ ਗੱਲ ਕਰਦੇ ਹੋ, ਤੁਹਾਨੂੰ ਕਈ ਤਰ੍ਹਾਂ ਦੇ ਅਨੁਭਵ ਇਕੱਠੇ ਹੁੰਦੇ ਹਨ। ਤੁਸੀਂ ਜਦੋਂ ਚਾਹੋ ਇਕੱਠੇ ਉੱਡ ਸਕਦੇ ਹੋ, ਕਿਸੇ ਜਹਾਜ਼ ਦੀ ਲੋੜ ਨਹੀਂ ਹੁੰਦੀ। ਜੇਕਰ ਇੱਕ ਪਰਮ ਸੰਤ ਸਤਿਗੁਰੂ ਤੁਹਾਡੇ ਜੀਵਨ ਵਿੱਚ ਹੋਵੇ, ਤਾਂ ਤੁਸੀਂ ਬਹੁਤ ਕੁਝ ਕਰ ਸਕਦੇ ਹੋ। ਮੇਰੇ ਮੁਤਾਬਕ ਇਹ ਹੀ ਤਿਉਹਾਰ ਮਨਾਉਣ ਦਾ ਅਸਲ ਤਰੀਕਾ ਹੈ। ਮੈਂ ਚਾਹੁੰਦਾ ਹਾਂ ਕਿ ਤੁਸੀਂ ਸਾਰੇ ਇਸ ਤਰ੍ਹਾਂ ਦੇ ਤਿਉਹਾਰ ਦਾ ਆਨੰਦ ਮਾਣੋ, ਅਤੇ ਤੁਸੀਂ ਸਾਰੇ ਉਤਲੇ ਅਸਮਾਨਾਂ ਵਿੱਚ ਉਡੋ, ਉਹਨਾਂ ਜਗ੍ਹਾ 'ਤੇ ਜੋ ਕਿ ਸਥੂਲ ਅਸਮਾਨ ਤੋਂ ਵੀ ਪਰੇ ਹੈ। ਉਹ ਸਾਰੇ ਤੁਹਾਡੇ ਲਈ ਉਪਲਬਧ ਹਨ ਅਤੇ ਸਿਰਫ ਚੇਤਨਾ ਦੇ ਵੱਖੋ ਵੱਖਰੇ ਪੱਧਰ ਹਨ। ਇਹ ਸੰਸਾਰ ਇੱਕ ਹੀ ਪੱਧਰ 'ਤੇ ਨਹੀਂ ਬਣਾਇਆ ਗਿਆ। ਪਿਆਜ਼ ਦੇ ਛਿਲਕੇ ਲਾਉਣ ਦੀ ਤਰ੍ਹਾਂ ਇਸ ਦਾ ਇੱਕ ਤੋਂ ਬਾਅਦ ਇੱਕ ਪੱਧਰ ਖੁੱਲ੍ਹਦਾ ਹੈ। ਤੁਸੀਂ ਖੋਲ੍ਹਦੇ ਜਾਂਦੇ ਹੋ ਤਾਂ ਇਸ ਦੇ ਅੰਦਰ ਕੁਝ ਹੋਰ ਆਉਂਦਾ ਰਹਿੰਦਾ ਹੈ। ਤੁਸੀਂ ਇੱਕ ਪਰਦਾ ਹਟਾਉਂਦੇ ਹੋ ਤਾਂ ਦੇਖਦੇ ਹੋ ਕਿ ਇੱਕ ਹੋਰ ਹੈ। ਇਹ ਸੰਸਾਰ ਇਸ ਤਰ੍ਹਾਂ ਦਾ ਹੀ ਬਣਿਆ ਹੈ। ਸੰਤੂਲ ਸੰਸਾਰ ਇੱਕ ਚੀਜ਼ ਹੈ। ਸਥੂਲ ਸੰਸਾਰ ਤੋਂ ਆਪਣੀ ਤਵੱਜੋ ਖਿੱਚ ਕੇ ਅੰਦਰ ਆਪਣੇ ਵੱਲ ਆਪਣੀ ਚੇਤਨਾ ਦੀ ਜਗ੍ਹਾ 'ਤੇ ਪਾਓ, ਜਿੱਥੋਂ ਹਰ ਚੀਜ਼ ਦਾ ਅਨੁਭਵ ਕੀਤਾ ਜਾ ਰਿਹਾ ਹੈ। ਉੱਥੇ ਜਾਓ, ਇਸ ਦੁਨੀਆ ਬਾਰੇ ਬਿਲਕੁਲ ਭੁੱਲ ਜਾਓ, ਤਾਂ ਇੱਕ ਹੋਰ ਸੰਸਾਰ ਖੁੱਲ੍ਹ ਜਾਂਦਾ ਹੈ, ਅਲੱਗ, ਜੋ ਇਸ ਤੋਂ ਵੀ ਕਿਤੇ ਜ਼ਿਆਦਾ ਸ਼ਾਨਦਾਰ ਹੈ, ਅਤੇ ਤੁਸੀਂ ਉਸ ਤੋਂ ਵੀ ਤਵੱਜੋ ਖਿੱਚ ਲਵੋ ਤਾਂ ਇੱਕ ਹੋਰ ਸੰਸਾਰ ਖੁੱਲ੍ਹ ਜਾਂਦਾ ਹੈ। ਆਖਿਰਕਾਰ
ਤੁਸੀਂ ਲਗਾਤਾਰ ਇਸ ਤਰ੍ਹਾਂ ਕਰਦੇ ਜਾ ਸਕਦੇ ਹੋ। ਇਹ ਸਭ ਕੁਝ ਕਰਦੇ ਹੋਏ ਸਤਿਗੁਰੂ ਹਮੇਸ਼ਾ ਸਾਡੇ ਨਾਲ ਹੁੰਦਾ ਹੈ। ਸਤਿਗੁਰੂ ਨੂੰ ਪਤਾ ਹੁੰਦਾ ਹੈ ਕਿ ਚੇਤਨਾ ਦੇ ਪੱਧਰ ਕਿਵੇਂ ਖੁੱਲ੍ਹਦੇ ਹਨ। ਤੁਸੀਂ ਉਸ ਦੇ ਨਾਲ ਜਾਂਦੇ ਹੋ ਅਤੇ ਆਖਿਰਕਾਰ ਤੁਹਾਨੂੰ ਪੂਰਨ ਅਸਲੀਅਤ ਦਾ ਗਿਆਨ ਹੋ ਜਾਂਦਾ ਹੈ। ਤੁਸੀਂ ਦੇਖਦੇ ਹੋ ਕਿ ਕੁਛ ਵੀ ਦੋਹਰਾ ਨਹੀਂ, ਇੱਕ ਨਹੀਂ, ਕੋਈ ਸੰਖਿਆ ਹੈ ਹੀ ਨਹੀਂ। ਇਹ ਚੇਤਨਾ ਦੀ ਸੰਪੂਰਨਤਾ ਸੀ ਜਿਸ ਵਿੱਚ ਸ੍ਰਿਸ਼ਟੀ ਦੀ ਸਿਰਜਣਾ ਹੋਈ, ਜਿੱਥੇ ਜਾਗਰੂਕਤਾ ਦਾ ਸ਼ੋਅ ਹੋਇਆ। ਅਤੇ ਇਹ ਹੀ ਪਰਮ ਸੰਤ ਸਤਿਗੁਰੂ ਦਾ ਅੰਤਮ ਉਪਦੇਸ਼ ਹੈ ਕਿ ਸਾਨੂੰ ਹਰ ਉਸ ਜਿਸ ਨੇ ਦੇਖਿਆ ਲਈ ਹੈ ਨੂੰ ਅਸਲੀਅਤ ਦੇ ਉਸ ਪੱਧਰ 'ਤੇ ਲੈ ਕੇ ਜਾਣਾ। ਇੱਕ ਵਾਰ ਜਦੋਂ ਤੁਸੀਂ ਉਸ ਅਸਲੀਅਤ ਤੋਂ ਜਾਣੂ ਹੋ ਜਾਂਦੇ ਹੋ ਤਾਂ ਇਸ ਦਾ ਮਤਲਬ ਇਹ ਨਹੀਂ ਕਿ ਤੁਸੀਂ ਦੂਜੇ ਪੱਧਰਾਂ ਤੋਂ ਬੇਖਬਰ ਹੋ ਜਾਂਦੇ ਹੋ। ਉਸ ਅਸਲੀਅਤ 'ਤੇ ਪਹੁੰਚ ਕੇ ਤੁਹਾਨੂੰ ਸਾਰੇ ਪੱਧਰਾਂ ਦੀ ਸੋਝੀ ਹੋ ਜਾਂਦੀ ਹੈ। ਜੇ ਤੁਸੀਂ ਇੱਕ ਪਰਮ ਸੰਤ ਸਤਿਗੁਰੂ ਦੁਆਰਾ ਦਰਸਾਏ ਅਭਿਆਸ ਦੇ ਪ੍ਰੋਗਰਾਮ ਦੀ ਪਾਲਣਾ ਕਰਦੇ ਹੋ ਤਾਂ ਉਹ ਤੁਹਾਨੂੰ ਕਦਮ ਦਰ ਕਦਮ ਅੱਗੇ ਵਧਾਉਂਦੇ ਹਨ। ਤੁਸੀਂ ਇੱਥੋਂ ਆਪਣੀ ਤਵੱਜੋ ਹਟਾਉਂਦੇ ਹੋ, ਇੱਥੇ ਦੇ ਅਨੁਭਵਾਂ ਨੂੰ ਸੰਕੋਚਦੇ ਹੋ, ਆਪਣੇ ਸਰੀਰ ਵਿੱਚ ਸਥੂਲ ਸੰਸਾਰ ਤੋਂ ਅਣਜਾਣ ਹੁੰਦੇ ਹੋ ਤਾਂ ਇੱਕ ਨਵਾਂ ਸੰਸਾਰ ਪ੍ਰਗਟ ਹੁੰਦਾ ਹੈ। ਇਹ ਹੈ ਪਹਿਲਾ ਕਦਮ। ਉਸ ਅਨੁਭਵ ਸਮੇਂ ਤੁਹਾਨੂੰ ਇਸ ਸਥੂਲ ਸੰਸਾਰ ਦਾ ਖਿਆਲ ਨਹੀਂ ਹੁੰਦਾ। ਇਹ ਇੱਕ ਸੁਪਨੇ ਦੀ ਅਵਸਥਾ ਵਾਂਗ ਹੈ। ਜਦੋਂ ਤੁਸੀਂ ਰਾਤ ਨੂੰ ਸੌਂਦੇ ਹੋ ਤਾਂ ਇਸ ਸਥੂਲ ਸੰਸਾਰ ਦੇ ਅਨੁਭਵਾਂ ਤੋਂ ਦੂਰ ਹੋ ਜਾਂਦੇ ਹੋ। ਤੁਸੀਂ ਬਿਸਤਰੇ ਵਿੱਚ ਜਾ ਕੇ ਅੱਖਾਂ ਬੰਦ ਕਰਕੇ ਇੱਕ ਅਲੱਗ ਸੁਪਨੇ ਦੇ ਸੰਸਾਰ ਵਿੱਚ ਪਹੁੰਚ ਜਾਂਦੇ ਹੋ। ਉਸ ਸਮੇਂ ਸੁਪਨੇ ਵਿੱਚ ਜੋ ਤੁਸੀਂ ਕਰ ਰਹੇ ਹੁੰਦੇ ਹੋ ਉਸ ਬਾਰੇ ਤੁਹਾਨੂੰ ਬਿਸਤਰੇ ਵਿੱਚ ਸੁੱਤੇ ਪਏ ਨੂੰ ਪਤਾ ਨਹੀਂ ਰਹਿੰਦਾ। ਤੁਸੀਂ ਜਾਗਣ ਦੀ ਅਵਸਥਾ ਤੋਂ ਬਿਲਕੁਲ ਬੇਖਬਰ ਹੋ ਜਾਂਦੇ ਹੋ ਕਿਉਂਕਿ ਤੁਸੀਂ ਸੁਪਨੇ ਦੀ ਅਵਸਥਾ ਵਿੱਚ ਹੁੰਦੇ ਹੋ। ਇਸੇ ਤਰ੍ਹਾਂ ਜਦੋਂ ਤੁਸੀਂ ਆਪਣੀ ਤਵੱਜੋ ਨੂੰ ਜਾਗਣ ਦੀ ਸਥਿਤੀ ਤੋਂ ਹਟਾ ਕੇ ਸੁੱਤੇ ਹੋਣ ਦੀ ਸਥਿਤੀ ਵਿੱਚ ਜਾਣ ਦੀ ਬਜਾਏ ਜਾਣ ਬੁੱਝ ਕੇ ਇੱਕ ਹੋਰ ਨਵੇਂ ਪ੍ਰਗਟ ਹੋਏ ਸੰਸਾਰ 'ਤੇ ਲਾਉਂਦੇ ਹੋ ਤਾਂ ਤੁਸੀਂ ਇੱਕ ਅਜਿਹੇ ਸੰਸਾਰ ਵਿੱਚ ਪਹੁੰਚ ਜਾਂਦੇ ਹੋ ਜੋ ਬਹੁਤ ਹੀ ਵੱਖਰਾ ਹੈ। ਉੱਥੇ ਦੇ ਨਿਯਮ ਵੱਖ ਹਨ, ਸਮੇਂ ਅਤੇ ਸਥਾਨ ਦੇ ਨਿਯਮ ਵੱਖਰੇ ਹਨ, ਗੁਰੂਤਵ ਸ਼ਕਤੀ ਜਾਂ ਗ੍ਰੈਵਿਟੀ ਦੇ ਨਿਯਮ ਲਾਗੂ ਨਹੀਂ ਹੁੰਦੇ, ਸਥੂਲ ਭੌਤਿਕ ਬ੍ਰਹਿਮੰਡ ਦੇ ਬਹੁਤ ਸਾਰੇ ਕਾਨੂੰਨ ਲਾਗੂ ਨਹੀਂ ਹੁੰਦੇ। ਉੱਥੇ ਇੱਕ ਵੱਖ ਕਿਸਮ ਦਾ ਜੀਵਨ ਹੈ, ਇੱਕ ਬਹੁਤ ਹੀ ਸੰਘਣੀ ਆਬਾਦੀ ਵਾਲਾ ਸਥਾਨ। ਉੱਥੇ ਰਚਨਾ ਇੱਥੇ ਨਾਲੋਂ ਵੀ ਜ਼ਿਆਦਾ ਸਮੇਂ ਤੋਂ ਬਣੀ ਹੋਈ ਹੈ ਅਤੇ ਬਿਗ ਬੈਂਗ ਦੀ ਪ੍ਰਕਿਰਿਆ ਦਾ ਉਸ 'ਤੇ ਕੋਈ ਅਸਰ ਨਹੀਂ ਹੋਇਆ। ਇਸ ਲਈ ਤੁਸੀਂ ਕਿਸੇ ਹੋਰ ਸੰਸਾਰ ਵਿੱਚ ਪਹੁੰਚ ਜਾਂਦੇ ਹੋ, ਪਰ ਜਦੋਂ ਤੁਸੀਂ ਉਸ ਸੰਸਾਰ ਵਿੱਚ ਹੁੰਦੇ ਹੋ ਤਾਂ ਉੱਥੇ ਇਹ ਸੰਸਾਰ ਨਹੀਂ ਹੁੰਦਾ। ਤੁਸੀਂ ਇਸ ਤੋਂ ਆਪਣੇ ਆਪ ਨੂੰ ਖਿੱਚ ਲਿਆ ਹੈ। ਤੁਸੀਂ ਕਿਸੇ ਹੋਰ ਸੰਸਾਰ ਵਿੱਚ ਵੀ ਜਾ ਸਕਦੇ ਹੋ, ਉਸ ਤੋਂ ਵੀ ਉਚੇਰੇ ਸੰਸਾਰ ਵਿੱਚ ਜਿੱਥੋਂ ਸਾਰੇ ਸੰਕਲਪ ਪੈਦਾ ਹੋਏ, ਜਿੱਥੋਂ ਮਨ ਦੀ ਹਰ ਧਾਰਨਾ ਦੀ ਸਿਰਜਣਾ ਦੀ ਸ਼ੁਰੂਆਤ ਹੋਈ ਸੀ। ਇਹ ਇੱਕ ਬਿਲਕੁਲ ਹੀ ਵੱਖਰਾ ਸੰਸਾਰ ਹੈ। ਤੁਸੀਂ ਸਥੂਲ ਸੰਸਾਰ ਛੱਡ ਦਿੱਤਾ, ਤੁਸੀਂ ਸੂਖਸ਼ਮ ਸੰਸਾਰ ਛੱਡ ਦਿੱਤਾ ਅਤੇ ਇੱਕ ਨਵਾਂ ਸੰਸਾਰ ਖੋਲ੍ਹ ਲਿਆ। ਇਹ ਇੱਕ ਵੱਖਰਾ ਸੰਸਾਰ ਹੈ। ਜਦੋਂ ਤੁਸੀਂ ਉਸ ਸੰਸਾਰ ਵਿੱਚ ਹੋ ਤੁਹਾਡੇ ਕੋਲ ਸਥੂਲ ਸੰਸਾਰ ਤੱਕ ਦੀ ਕੋਈ ਪਹੁੰਚ ਨਹੀਂ ਹੁੰਦੀ, ਤੁਸੀਂ ਆਪਣੇ ਆਪ ਨੂੰ ਉਸ ਤੋਂ ਖਿੱਚ ਚੁੱਕੇ ਹੋ। ਤੁਸੀਂ ਇਸ ਤੋਂ ਵੀ ਉੱਪਰ ਮਨ ਤੋਂ ਪਰੇ ਜਾਂਦੇ ਹੋ ਅਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਤੁਸੀਂ ਸ਼ੁੱਧ ਚੇਤਨਾ ਹੋ, ਤੁਸੀਂ ਆਤਮਾ ਹੋ। ਬਾਕੀ ਸਭ ਕੁਝ ਤੁਹਾਡੇ ਅਨੁਭਵ ਲੈਣ ਲਈ ਬਣਾਇਆ ਗਿਆ ਸੀ। ਜਦੋਂ ਤੁਸੀਂ ਇਸ ਵਿੱਚ ਜਾਂਦੇ ਹੋ ਤਾਂ ਇਹ ਇੱਕ ਨਵੀਂ ਦੁਨੀਆ ਹੈ, ਪਰ ਜਦੋਂ ਤੁਹਾਡੇ ਕੋਲ ਰੂਹਾਨੀ ਆਪੇ ਜਾਂ ਸਵੈ ਦਾ ਸੰਸਾਰ ਹੁੰਦਾ ਹੈ ਤਾਂ ਤੁਹਾਡਾ ਸਥੂਲ ਜਾਂ ਸੂਕਸ਼ਮ ਜਾਂ ਮਨ ਦੀ ਦੁਨੀਆ ਦਾ ਕੋਈ ਸੰਪਰਕ ਨਹੀਂ ਰਹਿੰਦਾ। ਤੁਸੀਂ ਉਹਨਾਂ ਤੋਂ ਆਪਣੇ ਆਪ ਨੂੰ ਖਿੱਚ ਚੁੱਕੇ ਹੋ, ਪਰ ਜਦੋਂ ਤੁਸੀਂ ਚੇਤਨਾ ਦੀ ਪੂਰਨਤਾ ਜਾਂ ਸਮੁੱਚਤਾ ਤੱਕ ਪਹੁੰਚਦੇ ਹੋ ਤਾਂ ਸਾਰੇ ਪੰਜ ਸੰਸਾਰ ਤੁਹਾਡੇ ਕੋਲ ਵਾਪਸ ਆ ਜਾਂਦੇ ਹਨ। ਇਹੀ ਕਾਰਨ ਹੈ ਕਿ ਪਰਮ ਸੰਤ ਸਤਿਗੁਰੂ ਜਦੋਂ ਉਹ ਸਾਡੇ ਨਾਲ ਹੁੰਦੇ ਹਨ ਉਸ ਵੇਲੇ ਵੀ ਉਹ ਚੇਤਨਾ ਦੀਆਂ ਸਾਰੀਆਂ ਪੱਧਰਾਂ ਦਾ ਅਨੁਭਵ ਕਰ ਰਹੇ ਹੁੰਦੇ ਹਨ। ਉਹ ਸਿਰਫ ਇਸ ਦਾ ਅਨੁਭਵ ਹੀ ਨਹੀਂ ਕਰ ਰਹੇ ਹੁੰਦੇ, ਉਹ ਸਾਰੀਆਂ ਪੱਧਰਾਂ 'ਤੇ ਕੰਮ ਕਰ ਰਹੇ ਹੁੰਦੇ ਹਨ। ਉਹ ਆਪਣੀਆਂ ਇਸ ਸਥੂਲ ਸੰਸਾਰ ਦੀਆਂ ਉਹਨਾਂ ਆਤਮਾਵਾਂ ਨਾਲ ਕੰਮ ਕਰ ਰਹੇ ਹੁੰਦੇ ਹਨ ਜੋ ਉਹਨਾਂ ਦੇ ਲਿਸਟ ਵਿੱਚ ਹੁੰਦੀਆਂ ਹਨ। ਉਹ ਉਹਨਾਂ ਆਤਮਾਵਾਂ ਨਾਲ ਕੰਮ ਕਰ ਰਹੇ ਹੁੰਦੇ ਹਨ ਜੋ ਉਹਨਾਂ ਦੇ ਨਾਲ ਲੰਮੇਰੇ ਸਮੇਂ ਤੋਂ ਸੂਖਸ਼ਮ ਮੰਡਲ ਵਿੱਚ ਵਿਚਰ ਰਹੀਆਂ ਹਨ। ਉਹ ਉਹਨਾਂ ਰੂਹਾਂ ਨਾਲ ਵੀ ਕੰਮ ਕਰ ਰਹੇ ਹੁੰਦੇ ਹਨ ਜੋ ਧਾਰਨਾ ਦੀ ਅਵਸਥਾ ਵਿੱਚ
ਮਾਨਸਿਕ ਅਵਸਥਾ ਵਿੱਚ ਫਸੀਆਂ ਹੋਈਆਂ ਹਨ ਅਤੇ ਨਾਲ ਹੀ ਉਹ ਰੂਹਾਨੀ ਮੰਡਲ ਵਾਲੀਆਂ ਆਤਮਾਵਾਂ ਨਾਲ ਵੀ ਕੰਮ ਕਰ ਰਹੇ ਹੁੰਦੇ ਹਨ। ਉਹ ਇੱਕ ਹੀ ਸਮੇਂ 'ਤੇ ਸਾਰੀਆਂ ਪੱਧਰਾਂ 'ਤੇ ਕੰਮ ਕਰ ਰਹੇ ਹੁੰਦੇ ਹਨ ਅਤੇ ਉਹਨਾਂ ਨੂੰ ਇੱਕੋ ਸਮੇਂ ਸਾਰੀਆਂ ਪੰਜੇ ਪੱਧਰਾਂ ਬਾਰੇ ਪੂਰੀ ਸੋਝੀ ਹੁੰਦੀ ਹੈ। ਤੁਸੀਂ ਵੀ ਇੱਕੋ ਸਮੇਂ ਇਹਨਾਂ ਪੰਜੇ ਪੱਧਰਾਂ ਬਾਰੇ ਸੋਝੀ ਹਾਸਲ ਕਰ ਸਕਦੇ ਹੋ, ਪਰ ਇਹ ਉਦੋਂ ਹੀ ਵਾਪਰਦਾ ਹੈ ਜਦੋਂ ਤੁਸੀਂ ਸਮੁੱਚਤਾ 'ਤੇ ਪਹੁੰਚਦੇ ਹੋ, ਉਸ ਤੋਂ ਪਹਿਲਾਂ ਦੇ ਪੜਾਵਾਂ 'ਤੇ ਨਹੀਂ। ਇਹੀ ਕਾਰਨ ਹੈ ਕਿ ਇੱਕ ਪਰਮ ਸੰਤ ਸਤਿਗੁਰੂ ਦੇ ਅਨੁਭਵ ਅਤੇ ਸਾਡੇ ਅਨੁਭਵਾਂ ਵਿੱਚ ਬਹੁਤ ਵੱਡਾ ਫਰਕ ਹੈ। ਉਸ ਨੂੰ ਇੱਕੋ ਸਮੇਂ ਜਾਗਰੂਕਤਾ ਦੇ ਸਾਰੇ ਪੰਜ ਪੜਾਵਾਂ ਦਾ ਅਨੁਭਵ ਹੋ ਰਿਹਾ ਹੁੰਦਾ ਹੈ ਅਤੇ ਉਹ ਇੱਕੋ ਸਮੇਂ ਸਹਿਜ ਨਾਲ ਇੱਕ ਤੋਂ ਦੂਜੇ ਪੜਾਵ 'ਤੇ ਪਹੁੰਚ ਸਕਦੇ ਹਨ, ਜਦਕਿ ਸਾਨੂੰ ਇੱਕੋ ਸਮੇਂ ਸਿਰਫ ਇੱਕ ਹੀ ਪੜਾਵ ਦਾ ਅਨੁਭਵ ਹੋ ਸਕਦਾ ਹੈ ਜੋ ਕਿ ਉਸ ਸਮੇਂ ਸਾਡੀ ਹਕੀਕਤ ਹੁੰਦੀ ਹੈ। ਅੱਜ ਇਸ ਸਮੇਂ ਸਾਡਾ ਸਥੂਲ ਸੰਸਾਰ ਅਤੇ ਸਥੂਲ ਸਰੀਰ ਦੁਆਰਾ ਸਿਰਜਣ ਕੀਤੀ ਸਰੀਰਕ ਜਾਗਰੂਕਤਾ ਹੀ ਸਾਡੀ ਅਸਲੀਅਤ ਹੈ, ਹੋਰ ਕੋਈ ਅਸਲੀਅਤ ਨਹੀਂ। ਬਾਕੀ ਸਭ ਕੁਝ ਕਾਲਪਨਿਕ ਹੈ, ਸੁਪਨੇ ਕਾਲਪਨਿਕ ਹਨ, ਸੱਚਖੰਡ ਕਾਲਪਨਿਕ ਹੈ, ਸਵਰਗ ਕਾਲਪਨਿਕ ਹੈ, ਸਿਰਫ ਸਥੂਲ ਅਸਲੀਅਤ ਹੀ ਸੱਚ ਹੈ। ਜਦੋਂ ਅਸੀਂ ਕਿਸੇ ਹੋਰ ਪੱਧਰ 'ਤੇ ਜਾਂਦੇ ਹਾਂ ਤਾਂ ਉਹ ਹੀ ਸਾਡੀ ਇੱਕੋ ਇੱਕ ਅਸਲੀਅਤ ਰਹਿ ਜਾਂਦੀ ਹੈ, ਬਾਕੀ ਹਰ ਚੀਜ਼ ਕਾਲਪਨਿਕ ਹੋ ਜਾਂਦੀ ਹੈ। ਇਸ ਲਈ ਜਦੋਂ ਤੁਸੀਂ ਸਮੁੱਚੀ ਚੇਤਨਾ ਦੇ ਆਖਰੀ ਪੰਜਵੇਂ ਪੜਾਵ 'ਤੇ ਪਹੁੰਚਦੇ ਹੋ ਤਾਂ ਤੁਸੀਂ ਦੇਖਦੇ ਹੋ ਕਿ ਕੁਛ ਵੀ ਅਸਲ ਨਹੀਂ ਸੀ ਕਿਤੇ ਵੀ, ਉਹ ਸਾਰੀਆਂ ਸਾਡੇ ਦੁਆਰਾ ਸਿਰਜਣ ਕੀਤੀਆਂ ਹੋਈਆਂ ਅਸਲੀਅਤਾਂ ਸਨ ਅਤੇ ਤੁਸੀਂ ਕਿਸੇ ਵੀ ਸਮੇਂ ਕਿਸੇ ਵੀ ਅਸਲੀਅਤ ਵਿੱਚ ਜਾ ਸਕਦੇ ਹੋ। ਇਹ ਇੱਕ ਬਹੁਤ ਵੱਖਰਾ ਅਨੁਭਵ ਹੁੰਦਾ ਹੈ। ਇਸੇ ਲਈ ਪਰਮ ਸੰਤ ਸਤਿਗੁਰੂ ਨੇ ਕਿਹਾ, ਉਦੋਂ ਤੱਕ ਆਰਾਮ ਨਾਲ ਨਾ ਬੈਠੋ ਜਦੋਂ ਤੱਕ ਤੁਸੀਂ ਸਮੁੱਚਤਾ ਤੱਕ ਨਹੀਂ ਪਹੁੰਚ ਜਾਂਦੇ। ਵੱਡੇ ਮਹਾਰਾਜ ਜੀ ਕਹਿੰਦੇ ਹੁੰਦੇ, ਜੋ ਮੇਰੇ ਅਧਿਆਪਕ ਮੇਰੇ ਸਤਿਗੁਰੂ ਸਨ, ਉਹ ਕਹਿੰਦੇ ਉਹਨਾਂ ਦਾ ਮਾਰਗ, ਉਹਨਾਂ ਦਾ ਰੂਹਾਨੀ ਮਾਰਗ ਮਨ ਤੋਂ ਪਰੇ ਪਾਰ ਬ੍ਰਹਮ ਤੋਂ ਸ਼ੁਰੂ ਹੁੰਦਾ ਹੋਇਆ ਸਮੁੱਚਤਾ ਵਿੱਚ ਜਾਂਦਾ ਹੈ। ਉਹ ਕਹਿੰਦੇ ਸਨ ਇਹ ਬਾਕੀ ਸਭ ਕੁਛ ਉਸ ਰਾਹ ਦੀ ਤਿਆਰੀ ਲਈ ਹੈ। ਉਹਨਾਂ ਅਨੁਸਾਰ ਸਰਵ ਵਿਆਪਕ ਜਾਂ ਯੂਨੀਵਰਸਲ ਮਨ ਤੱਕ ਜਾਣਾ ਅਤੇ ਸੂਖਸ਼ਮ ਮੰਡਲਾਂ ਵਿੱਚ ਜਾਣਾ ਅਤੇ ਸਮੇਂ ਅਤੇ ਸਥਾਨ ਦੀ ਖੋਜ ਦੇ ਪੜਾਵਾਂ ਵਿੱਚ ਜਾਣਾ, ਇਹ ਸਭ ਅਸਲ ਸਫਲ ਦੀ ਤਿਆਰੀ ਹੈ। ਅਸਲ ਸਫਰ ਬਹੁਤ ਉੱਚਾ ਹੈ। ਮੈਂ ਤੁਹਾਡੇ ਵਿੱਚੋਂ ਬਹੁਤ ਸਾਰਿਆਂ ਨੂੰ ਜੋ ਇੱਥੇ ਬੈਠੇ ਹਨ ਅਤੇ ਜਿਨ੍ਹਾਂ ਨੇ ਕਿਸੇ ਪਰਮ ਸੰਤ ਸਤਿਗੁਰੂ ਤੋਂ ਦੀਖਿਆ ਲਈ ਹੈ, ਇਸ ਤਿਉਹਾਰ ਦੀ ਵਧਾਈ ਦਿੰਦਾ ਹਾਂ ਅਤੇ ਮੈਂ ਖੁਸ਼ਨਸੀਬ ਹਾਂ ਕਿ ਮੈਨੂੰ ਅਜਿਹੇ ਲੋਕਾਂ ਦੀ ਸੰਗਤ ਦਾ ਮਾਣ ਪ੍ਰਾਪਤ ਹੋ ਰਿਹਾ ਹੈ ਜੋ ਪਹਿਲਾਂ ਹੀ ਸਵੀਕਾਰ ਕੀਤੇ ਜਾ ਚੁੱਕੇ ਹਨ ਅਤੇ ਅਸੀਂ ਸਭ ਹਮਸਫ਼ਰ ਹਾਂ। ਅਸੀਂ ਸਾਰੇ ਇੱਕ ਹੀ ਜਗ੍ਹਾ 'ਤੇ ਜਾ ਰਹੇ ਹਾਂ ਅਤੇ ਮੇਰੇ ਲਈ ਇਹ ਜਸ਼ਨ ਦਾ ਸਮਾਂ ਹੈ। ਮੈਂ ਤੁਹਾਡੇ ਨਾਲ ਇਹ ਜਸ਼ਨ ਮਨਾਉਣ ਆਇਆ ਹਾਂ, ਤੋਹਫ਼ਿਆਂ ਦਾ ਵਟਾਂਦਰਾ ਕਰਨ ਆਇਆ ਹਾਂ, ਵਧਾਈਆਂ ਦਾ ਵਟਾਂਦਰਾ ਕਰਨ ਆਇਆ ਹਾਂ। ਆਤਮ ਹੱਤਿਆ ਨਾ ਕਰੋ, ਆਨੰਦ ਮਾਣੋ ਅਤੇ ਤਿਉਹਾਰ ਮਨਾਓ, ਖਾਓ ਪੀਓ ਅਤੇ ਮਜ਼ੇ ਕਰੋ, ਸ਼ਰਾਬ ਨਾ ਪੀਓ, ਪੀ ਕੇ ਡਰਾਈਵ ਨਾ ਕਰੋ, ਰੂਹਾਨੀ ਮਾਰਗ 'ਤੇ ਚੱਲਣ ਦੀ ਕੋਸ਼ਿਸ਼ ਕਰੋ, ਪੂਰਾ ਆਨੰਦ ਮਾਣੋ। ਸਤਿਗੁਰੂ ਨੂੰ ਯਾਦ ਕਰਨ ਦੇ ਹਰ ਮੌਕੇ ਵਾਂਗ ਇਹ ਵੀ ਬਹੁਤ ਵਧੀਆ ਮੌਕਾ ਹੈ। ਇਹ ਇਸ ਨੂੰ ਯਾਦ ਰੱਖਣ ਦਾ ਮੌਕਾ ਹੈ ਕਿ ਸਾਡੇ ਕੋਲ ਇੱਕ ਬਹੁਤ ਵਧੀਆ ਅਵਸਰ ਹੈ ਕਿ ਸਾਨੂੰ ਇੱਕ ਪਰਮ ਸੰਤ ਸਤਿਗੁਰੂ ਦੁਆਰਾ ਨਾਮ ਦੀ ਦਾਤ ਮਿਲੀ ਹੋਈ ਹੈ। ਇਸ ਤੋਂ ਵਧੀਆ ਕੁਛ ਵੀ ਨਹੀਂ ਹੋ ਸਕਦਾ। ਸਾਨੂੰ ਆਪਣੀ ਜ਼ਿੰਦਗੀ ਵਿੱਚ ਇੱਕ ਸੱਚਾ ਦੋਸਤ ਮਿਲਿਆ ਹੈ। ਦੋਸਤੀ ਦਾ ਆਨੰਦ ਮਾਣੋ। ਤੁਸੀਂ ਜਿੰਨਾ ਵੀ ਹੋ ਸਕੇ ਬਾਹਰਲੇ ਪੱਧਰ 'ਤੇ ਦੋਸਤੀ ਦਾ ਆਨੰਦ ਮਾਣੋ, ਭਾਵੇਂ ਕਿ ਇਹ ਜ਼ਿਆਦਾ ਨਹੀਂ ਹੈ। ਅੰਦਰੂਨੀ ਤੌਰ 'ਤੇ ਜਿੰਨਾ ਆਨੰਦ ਮਾਣ ਸਕਦੇ ਹੋ ਮਾਣੋ, ਉਹ ਬਹੁਤ ਜ਼ਿਆਦਾ ਹੈ। ਇਸ ਲਈ ਮੈਂ ਕਾਮਨਾ ਕਰਦਾ ਹਾਂ ਕਿ ਇਹ ਛੁੱਟੀਆਂ ਖੁਸ਼ੀਆਂ ਭਰੀਆਂ ਹੋਣ। ਨਾਲ ਹੀ ਮੈਂ ਤੁਹਾਨੂੰ ਨਵੇਂ ਸਾਲ 2011 ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ। ਮੈਨੂੰ ਪੱਕਾ ਯਕੀਨ ਹੈ ਕਿ ਇਸ ਦੇਸ਼ ਦੀ ਜਿਸ ਜਗ੍ਹਾ ਵਿੱਚ ਅਸੀਂ ਬੈਠੇ ਹਾਂ ਉੱਥੇ ਆਉਣ ਵਾਲੇ ਸਾਲ ਵਿੱਚ ਪਹਿਲਾਂ ਨਾਲੋਂ ਹੋਰ ਜ਼ਿਆਦਾ ਅਧਿਆਤਮਿਕ ਵਿਕਾਸ ਹੋਵੇਗਾ। ਇਹ ਮੈਂ ਆਪਣੇ ਸਤਿਗੁਰੂ ਦੇ ਕਹੇ ਬਚਨਾਂ ਦੇ ਆਧਾਰ 'ਤੇ ਕਹਿ ਰਿਹਾ ਹਾਂ, ਜਿਨ੍ਹਾਂ ਅਨੁਸਾਰ ਰੂਹਾਨੀਅਤ ਦਾ ਧੁਰਾ, ਜੋ ਕਿ ਸਦੀਆਂ ਤੋਂ ਪੂਰਬ ਵਿੱਚ ਕੇਂਦਰਿਤ ਸੀ, ਹੁਣ ਪੱਛਮ ਵੱਲ ਸਰਕ ਰਿਹਾ ਹੈ। ਉਹਨਾਂ ਇਹ ਵੀ ਕਿਹਾ ਕਿ ਰੂਹਾਨੀਅਤ ਦਾ ਇਹ ਧੁਰਾ, ਜਿੱਥੇ ਬਹੁਤ ਸਾਰੇ ਪਰਮ ਸੰਤ ਸਤਿਗੁਰੂ
ਵੱਡੀ ਗਿਣਤੀ ਵਿੱਚ ਜਗਿਆਸੂਆਂ ਦੀ ਦੇਖਭਾਲ ਕਰਦੇ ਆਏ ਹਨ, ਉਹ ਪੱਛਮ ਵੱਲ ਸਰਕ ਰਿਹਾ ਹੈ ਅਤੇ ਲਗਭਗ ਇਸ ਸਮੇਂ ਵੱਡੇ ਪੱਧਰ 'ਤੇ ਆਪਣੇ ਆਪ ਨੂੰ ਉੱਤਰੀ ਅਮਰੀਕਾ ਵਿੱਚ ਸਥਾਪਿਤ ਕਰ ਲਵੇਗਾ, ਉਹਨਾਂ ਇਹ ਕਿਹਾ ਸੀ। ਇਸ ਲਈ ਮੈਂ ਸਿਰਫ ਉਹਨਾਂ ਬਚਨਾਂ ਦਾ ਹਵਾਲਾ ਦੇ ਰਿਹਾ ਹਾਂ ਜੋ ਵੱਡੇ ਮਹਾਰਾਜ ਨੇ ਬਹੁਤ ਬਹੁਤ ਪਹਿਲਾਂ ਕਹੇ ਸਨ। ਉਹਨਾਂ ਨੇ ਇਹ ਬਚਨ ਲਗਭਗ 60 ਸਾਲ ਪਹਿਲਾਂ ਕਹੇ ਸਨ, ਜਿਨ੍ਹਾਂ ਨੂੰ ਮੈਂ ਦੁਹਰਾ ਰਿਹਾ ਹਾਂ। ਮੈਂ ਤੁਹਾਨੂੰ ਮਿੱਤਰਾਂ ਨੂੰ ਸੱਚ ਦੱਸਾਂ ਕਿ ਮੈਂ ਭਾਰਤ ਵਿੱਚ ਇੱਕ ਬਹੁਤ ਹੀ ਆਰਾਮਦਾਇਕ ਜ਼ਿੰਦਗੀ ਜੀ ਰਿਹਾ ਸੀ। ਇੱਕ ਚੰਗੀ ਨੌਕਰੀ ਸੀ, ਮੈਨੂੰ ਇੱਕ ਪ੍ਰਦੇਸ਼ ਦੇ ਗਵਰਨਰ ਦਾ ਕੰਮ ਦਿੱਤਾ ਜਾ ਰਿਹਾ ਸੀ, ਮੈਨੂੰ ਉੱਥੇ ਦੀ ਸਰਕਾਰ ਦੇ ਕੈਬਨਿਟ ਵਿੱਚ ਕੰਮ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ, ਮੈਨੂੰ ਇੱਕ ਕੰਮ ਅਤੇ ਇੱਕ ਵੱਡੇ ਘਰ ਦੀ ਪੇਸ਼ਕਸ਼ ਕੀਤੀ ਗਈ ਸੀ ਜਿਸ ਵਿੱਚ ਖੁਦ ਕੁਝ ਖਾਸ ਕੰਮ ਨਹੀਂ ਸੀ ਕਰਨਾ, ਬਸ ਹੋਰ ਲੋਕਾਂ ਤੋਂ ਕੰਮ ਲੈਣਾ ਸੀ। ਮੈਨੂੰ ਇੱਕ ਵੱਡੀ ਪੈਨਸ਼ਨ ਮਿਲਣੀ ਸੀ, ਮੈਂ ਇਹ ਸਭ ਛੱਡ ਦਿੱਤਾ। ਮੈਂ ਇੱਥੇ ਕਿਉਂ ਆਇਆ? ਮੈਂ ਇੱਥੇ ਵੱਡੇ ਮਹਾਰਾਜ ਦੇ ਬਚਨਾਂ ਕਰਕੇ ਆਇਆ ਜਿਨ੍ਹਾਂ ਵਿੱਚ ਉਹਨਾਂ ਨੇ ਕਿਹਾ ਸੀ ਕਿ ਅਧਿਆਤਮਿਕ ਧੁਰਾ, ਰੂਹਾਨੀਅਤ ਦਾ ਧੁਰਾ ਇਸ ਦੇਸ਼ ਵਿੱਚ ਸਰਕ ਜਾਵੇਗਾ ਅਤੇ ਪੂਰਬ ਦੇ ਮੁਕਾਬਲੇ ਇੱਥੇ ਜ਼ਿਆਦਾ ਰੂਹਾਨੀਅਤ ਹੋਵੇਗੀ। ਪੂਰਬ ਪਦਾਰਥਕ ਚੀਜ਼ਾਂ ਵੱਲ ਧਿਆਨ ਦੇਣਾ ਸ਼ੁਰੂ ਕਰ ਦੇਵੇਗਾ, ਵਧੇਰੇ ਫੈਕਟਰੀਆਂ, ਵਧੇਰੇ ਉਦਯੋਗ, ਵਧੇਰੇ ਪੈਸਾ, ਅਤੇ ਇੱਥੇ ਪੱਛਮ ਵਿੱਚ ਬਹੁਤ ਜ਼ਿਆਦਾ ਪੈਸੇ ਤੋਂ ਬਾਅਦ ਜਿਸ ਤੋਂ ਕੋਈ ਖੁਸ਼ੀ ਅਤੇ ਰੂਹਾਨੀਅਤ ਨਾ ਪ੍ਰਾਪਤ ਹੋਣ 'ਤੇ ਇਹ ਮੁੜ ਰੂਹਾਨੀਅਤ ਵੱਲ ਚੱਲ ਪਊਗਾ। ਉਹਨਾਂ ਨੇ ਇਹ ਭਵਿੱਖਬਾਣੀ ਕੀਤੀ ਸੀ ਅਤੇ ਇਸ ਭਵਿੱਖਬਾਣੀ ਦੇ ਕਾਰਨ ਮੈਂ ਇੱਥੇ ਭੱਜਿਆ ਆਇਆ ਤਾਂ ਜੋ ਇਸ ਸਭ ਨੂੰ ਨੇੜੇ ਤੋਂ ਹੋ ਕੇ ਦੇਖ ਸਕਾਂ। ਮੈਂ ਨੇੜੇ ਹੋ ਕੇ ਦੇਖ ਰਿਹਾ ਹਾਂ ਜੋ ਉਹਨਾਂ ਨੇ ਕਿਹਾ ਸੀ ਉਹ ਅਸਲ ਵਿੱਚ ਹੋ ਰਿਹਾ ਹੈ। ਇਸ ਲਈ ਤੁਹਾਨੂੰ ਸਾਰਿਆਂ ਨੂੰ ਵੱਡੇ ਮਹਾਰਾਜ ਦੀਆਂ ਅਸੀਸਾਂ, ਤਿਉਹਾਰ ਦਾ ਆਨੰਦ ਮਾਣੋ। ਧੰਨਵਾਦ। ਹੁਣ ਇੱਕ ਸ਼ਬਦ ਗਾਇਆ ਜਾਵੇਗਾ ਜੋ ਮੈਂ ਹਮੇਸ਼ਾ ਆਪਣੇ ਆਈਫੋਨ ਤੋਂ ਯੂਟਿਊਬ ਦੇ ਉੱਤੇ ਸੁਣਦਾ ਹਾਂ। ਇਹ ਸ਼ਬਦ ਮੈਂ ਟਿੱਕੀ ਨੂੰ ਮਿਨੇਸੋਟਾ ਵਿੱਚ ਗਾਉਂਦੇ ਸੁਣਿਆ ਸੀ ਜਦੋਂ ਅਸੀਂ ਉੱਥੇ ਸੀ, ਅਤੇ ਇਹ ਇੱਕ ਸੁੰਦਰ ਸ਼ਬਦ ਹੈ। ਇਹ ਮੇਰਾ ਪਸੰਦੀਦਾ ਸ਼ਬਦ ਹੈ ਅਤੇ ਮੈਂ ਇਸ ਸ਼ਬਦ ਨੂੰ ਸੁਣ ਕੇ ਹੈਰਾਨ ਹੋ ਗਿਆ ਸੀ ਕਿ ਮੈਂ ਇਸ ਨੂੰ ਪਹਿਲੀ ਵਾਰ ਵਿਸਕਾਂਸਨ ਦੇ ਕ੍ਰਿਸਚੀਅਨ ਸੈਂਟਰ ਵਿਖੇ ਸੁਣਿਆ ਸੀ। ਮੈਂ ਇੱਕ ਹਾਲ ਵਿੱਚ ਗਿਆ ਜਿੱਥੇ ਲੋਕ ਬੈਠੇ ਹੋਏ ਸਨ ਅਤੇ ਟਿੱਕੀ ਸਿੱਖ ਧਰਮ ਦੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਇਸ ਭਾਰਤੀ ਪੰਜਾਬੀ ਸ਼ਬਦ ਨੂੰ ਗਾ ਰਹੀ ਸੀ। ਇਸ ਧਰਮ ਵਿੱਚ 10 ਗੁਰੂ ਹੋਏ ਸਨ। 5ਵੇਂ ਗੁਰੂ ਨੇ ਬਾਕੀ ਸਭ ਗੁਰੂਆਂ ਤੋਂ ਜ਼ਿਆਦਾ ਬਾਣੀ ਉਚਾਰਨ ਕੀਤੀ। 5ਵੇਂ ਪਾਤਸ਼ਾਹ ਨੇ ਇਸ ਸ਼ਬਦ ਦਾ ਉਚਾਰਨ ਕੀਤਾ ਸੀ ਜਿਸ ਨੂੰ ਇਹ ਗਾ ਰਹੀ ਸੀ। ਮੈਂ ਬਹੁਤ ਪ੍ਰਭਾਵਿਤ ਹੋਇਆ, ਮੈਂ ਇੱਕਦਮ ਡੋਲ ਗਿਆ ਸੀ। ਮੈਂ ਹੈਰਾਨ ਸੀ ਕਿ ਇਹ ਕੀ ਹੋ ਰਿਹਾ ਹੈ। ਇੱਕ ਪਲ ਲਈ ਮੈਂ ਸੋਚਿਆ ਮੈਂ ਕਿੱਥੇ ਹਾਂ। ਉਸ ਸ਼ਬਦ ਅਨੁਸਾਰ ਜੋ ਤੁਸੀਂ ਇੱਕ ਸਤਿਗੁਰੂ ਗੁਰੂ ਤੋਂ ਜੋ ਮੰਗਦੇ ਹੋ, ਜੋ ਤੁਸੀਂ ਉਸ ਪਰਮ ਪਿਤਾ ਕੋਲੋਂ ਮੰਗਦੇ ਹੋ ਉਹ ਤੁਹਾਨੂੰ ਦੇਵੇਗਾ। ਇਹ ਕਿਤਨਾ ਸਰਲ ਹੈ, ਪਰ ਇਸ ਸ਼ਬਦ ਵਿੱਚ ਇੱਕ ਸ਼ਰਤ ਵੀ ਲੁਕੀ ਹੋਈ ਹੈ। ਉਹ ਇਹ ਹੈ ਕਿ ਤੁਹਾਨੂੰ ਪੂਰੇ ਵਿਸ਼ਵਾਸ ਅਤੇ ਪਿਆਰ ਅਤੇ ਸ਼ਰਧਾ ਨਾਲ ਮੰਗਣਾ ਪਵੇਗਾ। ਜੇ ਤੁਹਾਨੂੰ ਪੂਰੀ ਸ਼ਰਧਾ, ਪਿਆਰ ਅਤੇ ਵਿਸ਼ਵਾਸ ਹੈ ਤਾਂ ਜੋ ਵੀ ਮੰਗੋਗੇ ਉਹ ਮਿਲ ਜਾਊਗਾ। ਸ਼ਬਦ ਇਹ ਵੀ ਕਹਿੰਦਾ ਹੈ ਕਿ ਸਾਰੇ ਦੇ ਸਾਰੇ 9 ਬ੍ਰਹਿਮੰਡ ਉਸ ਦੇ ਨਿਯੰਤਰਣ ਵਿੱਚ ਹਨ। ਇਸ ਤਾਕਤ ਦੇ ਬਾਵਜੂਦ ਉਹ ਫਿਰ ਵੀ ਤੁਹਾਡੇ ਸਿਰ ਉੱਤੇ ਆਪਣਾ ਹੱਥ ਰੱਖ ਕੇ ਤੁਹਾਨੂੰ ਆਸ਼ੀਰਵਾਦ ਦਿੰਦਾ ਹੈ ਜੋ ਕੋਈ ਹੋਰ ਕਦੇ ਵੀ ਨਹੀਂ ਦੇ ਸਕਦਾ। ਇਹ ਸ਼ਬਦ ਇਹ ਵੀ ਕਹਿੰਦਾ ਹੈ ਕਿ ਜੇਕਰ ਉਹ ਤੁਹਾਨੂੰ ਗਲੇ ਲਗਾ ਲਵੇ, ਸ਼ਬਦ ਕਹਿੰਦਾ ਹੈ ਉਹ ਤੁਹਾਡੀਆਂ ਬਹੁਤ ਸਾਰੀਆਂ ਨਕਾਰਾਤਮਕ ਚੀਜ਼ਾਂ, ਤੁਹਾਡੇ ਕਈ ਕਰਮਾਂ ਨੂੰ ਮਿਟਾ ਦਿੰਦਾ ਹੈ ਕੇਵਲ ਤੁਹਾਨੂੰ ਗਲੇ ਲਗਾ ਕੇ ਹੀ। ਉਹ ਇਨਸਾਨ, ਉਹ ਮਨੁੱਖ, ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਇਸ ਸ਼ਬਦ ਅਨੁਸਾਰ ਮਨੁੱਖੀ ਰੂਪ ਵਿੱਚ ਉਸ ਪ੍ਰਭੂ ਦੀ ਤਾਕਤ ਕੀ ਕਰ ਸਕਦੀ ਹੈ। ਉਹ ਤੁਹਾਡੇ ਨਾਲ ਗੱਲ ਕਰਕੇ, ਹੱਥ ਮਿਲਾ ਕੇ, ਕੰਠ ਨਾਲ ਲਗਾ ਕੇ ਤੁਹਾਡੇ ਬਹੁਤ ਸਾਰੇ ਕਰਮਾਂ ਨੂੰ ਮਿਟਾ ਦੇਣ ਦੀ ਸ਼ਕਤੀ ਰੱਖਦਾ ਹੈ। ਮੈਂ ਬਹੁਤ ਪ੍ਰਭਾਵਿਤ ਹੋਇਆ ਅਤੇ ਮੈਂ ਕਿਹਾ ਟਿੱਕੀ, ਜਦੋਂ ਅਸੀਂ ਤਿਉਹਾਰ ਮਨਾਈਏ ਤਾਂ ਤੁਹਾਨੂੰ ਇਹ ਸ਼ਬਦ ਗਾਉਣਾ ਚਾਹੀਦਾ ਹੈ। ਕੀ ਤੁਸੀਂ ਉਹ ਸ਼ਬਦ ਸੁਣੋਗੇ? ਮੈਂ ਤੁਹਾਨੂੰ ਇਸ ਦੇ ਅਰਥ ਪਹਿਲਾਂ ਹੀ ਦੱਸ ਦਿੱਤੇ ਹਨ। ਜੋ ਕੁਛ ਵੀ ਤੁਸੀਂ ਆਪਣੇ ਗੁਰੂ ਤੋਂ ਮੰਗੋਗੇ ਉਹ ਦੇਵੇਗਾ।
ਸਾਰੇ ਨੌ ਖੰਡਾਂ ਦੀ ਸ਼ਕਤੀ ਨਾਲ ਉਹ ਤੁਹਾਡੇ ਸਿਰ 'ਤੇ ਆਪਣਾ ਹੱਥ ਰੱਖ ਕੇ ਤੁਹਾਡੇ 'ਤੇ ਬਹੁਤ ਮਿਹਰ ਕਰਦਾ ਹੈ। ਇਸ ਨਾਲ ਤੁਹਾਡੇ ਰਸਤੇ ਵਿੱਚ ਖੜ੍ਹੀ ਬਹੁਤ ਸਾਰੀ ਨਕਾਰਾਤਮਕਤਾ ਦੂਰ ਹੋ ਜਾਂਦੀ ਹੈ, ਤੁਹਾਡੇ ਕਰਮ ਮਿਟ ਜਾਂਦੇ ਹਨ ਅਤੇ ਤੁਸੀਂ ਉਹਨਾਂ ਤੋਂ ਮੁਕਤ ਹੋ ਜਾਂਦੇ ਹੋ। ਜੋ ਵੀ ਤੁਸੀਂ ਆਪਣੇ ਸਤਿਗੁਰੂ ਤੋਂ ਮੰਗੋਗੇ ਉਹ ਤੁਹਾਨੂੰ ਦੇਵੇਗਾ। ਪਿਆਰ ਅਤੇ ਸ਼ਰਧਾ ਨਾਲ ਮੰਗੋ। ਜੋ ਮੰਗੇ ਸਤਿਗੁਰੂ ਆਪਣੇ ਤੇ ਸੋਈ ਦੇਵੇ। ਜੋ ਮੰਗੇ ਸਤਿਗੁਰੂ ਆਪਣੇ ਤੇ ਸੋਈ ਦੇਵੇ। ਛਤਰ ਦੀ ਸਾਖੀ ਨੋ ਪਾਲੇ ਆਪਣਾ ਸਿਰੇ ਉਪਰ ਕਰ ਦਾਰਿਓ। ਕਿਰਪਾ ਕਥਾ ਕੇਵਲੋ ਕਨ ਕੀਨੋ ਦਾਸ ਕਦੂ ਕਬੀ ਡਾਰਿਓ। ਜੋ ਮੰਗੇ ਸਤਿਗੁਰੂ ਆਪਣੇ ਤੇ ਸੋਈ ਦੇਵੇ। ਜੋ ਮੰਗੇ ਸਤਿਗੁਰੂ ਆਪਣੇ ਤੇ ਸੋਈ ਦੇਵੇ। ਧੰਨਵਾਦ ਟਿੱਕੀ, ਧੰਨਵਾਦ। ਤੁਹਾਡੇ ਪਿੱਛੇ ਮੇਜ਼ 'ਤੇ ਤਿਉਹਾਰ ਲਈ ਕੁਝ ਭੋਜਨ ਹੈ। ਮੈਂ ਜਾਣਦਾ ਹਾਂ ਕਿ ਬਹੁਤ ਸਾਰੇ ਲੋਕ ਉਸ ਦੀ ਉਡੀਕ ਕਰ ਰਹੇ ਹਨ ਕਿ ਕਦੋਂ ਇਹ ਬੋਲਣਾ ਬੰਦ ਕਰੇਗਾ ਤਾਂ ਕਿ ਅਸੀਂ ਅਸਲੀ ਤਿਉਹਾਰ ਲਈ ਜਾ ਸਕੀਏ। ਅਜਿਹੇ ਕਈ ਫੰਕਸ਼ਨ ਹਨ ਜਿੱਥੇ ਕਿ ਲੋਕ ਸੋਚਦੇ ਹਨ ਕਿ ਭੋਜਨ ਖਾਣਾ ਹੀ ਅਸਲ ਤਿਉਹਾਰ ਹੁੰਦਾ ਹੈ। ਮੈਂ ਸਹਿਮਤ ਹਾਂ। ਮੈਂ ਸਿਰਫ ਇਹੀ ਕਹਾਂਗਾ, ਸਿਰਫ ਭੋਜਨ ਨਹੀਂ ਖਾਧਾ ਜਾਣਾ ਚਾਹੀਦਾ, ਜੋ ਕਿ ਕਦੇ ਕਦਾਈ ਜ਼ਰੂਰਤ ਨਾਲੋਂ ਜ਼ਿਆਦਾ ਵੀ ਖਾਇਆ ਜਾ ਸਕਦਾ ਹੈ। ਸਾਡੇ ਅੰਦਰ ਬਹੁਤ ਸਾਰੇ ਸਵਾਦੀ ਭੋਜਨ ਹਨ। ਅਭਿਆਸ ਦੇ ਪੱਲੇ ਪੜਾਅ ਵਿੱਚ ਤੁਹਾਨੂੰ ਕਈ ਅਜਿਹੇ ਅਨੁਭਵ ਪ੍ਰਾਪਤ ਹੁੰਦੇ ਹਨ, ਤੁਹਾਨੂੰ ਇੰਦਰੀਆਂ ਦੇ ਅਨੁਭਵ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਅੱਗੇ ਸੰਸਾਰ ਦਾ ਕੋਈ ਵੀ ਪਦਾਰਥ ਨਹੀਂ ਖੜ੍ਹਾ ਹੋ ਸਕਦਾ। ਜੇ ਤੁਸੀਂ ਚੰਗੇ ਭੋਜਨ ਵਿੱਚ ਦਿਲਚਸਪੀ ਰੱਖਦੇ ਹੋ ਅਤੇ ਜਿਸ ਨਾਲ ਤੁਹਾਡਾ ਭਾਰ ਨਹੀਂ ਵੱਧਦਾ, ਤੁਹਾਡੀਆਂ ਕੈਲੋਰੀਆਂ ਨਹੀਂ ਵੱਧਦੀਆਂ, ਤਾਂ ਉਸ ਜਗ੍ਹਾ ਜਾਓ, ਇਸ ਮੇਜ਼ 'ਤੇ ਨਹੀਂ। ਪਰ ਇਹ ਭੋਜਨ ਵੀ ਬਹੁਤ ਵਧੀਆ ਹੈ। ਮੈਂ ਇਸ 'ਤੇ ਇੱਕ ਨਜ਼ਰ ਮਾਰੀ ਹੈ। ਇਹ ਦੇਖ ਕੇ ਮੈਨੂੰ ਇੱਕ ਕਹਾਣੀ ਯਾਦ ਆ ਗਈ। ਇਹ ਛੋਟੀ ਜਿਹੀ ਕਹਾਣੀ, ਇਸ ਕਹਾਣੀ ਨੇ ਇੱਕ ਕਹਾਣੀ ਮੁਕਾਬਲੇ ਵਿੱਚ ਪਹਿਲਾ ਇਨਾਮ ਜਿੱਤਿਆ ਸੀ। ਮੈਂ ਇਸ ਦੇਸ਼ ਵਿੱਚ ਪਹੁੰਚਣ ਤੋਂ ਥੋੜ੍ਹੀ ਦੇਰ ਬਾਅਦ ਹੀ ਇਸ ਨੂੰ ਪੜ੍ਹਿਆ ਸੀ। ਇਹ ਛੋਟੀ ਜਿਹੀ ਕਹਾਣੀ ਇੱਕ ਅਜਿਹੇ ਵਿਅਕਤੀ ਬਾਰੇ ਸੀ ਜੋ ਇੱਕ ਜੀਵਨ ਸਾਥਣ ਲੱਭਣਾ ਚਾਹੁੰਦਾ ਸੀ ਅਤੇ ਉਸ ਨੂੰ ਜੀਵਨ ਸਾਥਣ ਨਹੀਂ ਮਿਲ ਰਹੀ ਸੀ। ਉਹ ਨਹੀਂ ਸੀ ਜਾਣਦਾ ਕਿ ਕਿਵੇਂ ਲੱਭਣਾ ਹੈ। ਉਹ ਇਕੱਲਾ ਸੀ। ਉਸ ਨੂੰ ਖੁਦ ਆਪਣਾ ਕਰਿਆਨਾ ਖਰੀਦਣਾ ਪੈਂਦਾ। ਉਸ ਨੂੰ ਆਪਣੇ ਕੱਪੜੇ ਧੋਣ ਲਈ ਖੁਦ ਆਪਣੇ ਡਿਟਰਜੈਂਟ ਖਰੀਦਣੇ ਪੈਂਦੇ। ਇੱਕ ਵਾਰ ਉਹ ਡਿਟਰਜੈਂਟ ਖਰੀਦਣ ਲਈ ਸਟੋਰ ਵਿੱਚ ਗਿਆ। ਜਦੋਂ ਉਹ ਉੱਥੇ ਗਿਆ, ਉਸਨੇ ਟਾਇਡ, ਡਾਨ ਅਤੇ ਹੋਰ ਕਈ ਨਾਂ ਦੇਖੇ। ਉਸਨੇ ਕਿਹਾ, ਮੈਨੂੰ ਨਹੀਂ ਪਤਾ ਕਿ ਕਿਸ ਨੂੰ ਖਰੀਦਣਾ ਚਾਹੀਦਾ ਹੈ। ਇਸ ਲਈ ਡੱਬਾ ਚੁੱਕਣ ਲੱਗਿਆ। ਉਸਨੇ ਆਪਣੀਆਂ ਅੱਖਾਂ ਬੰਦ ਕਰ ਲਈਆਂ। ਜਦੋਂ ਉਸਨੇ ਆਪਣੀਆਂ ਅੱਖਾਂ ਬੰਦ ਕੀਤੀਆਂ ਅਤੇ ਡੱਬਾ ਚੱਕਣ ਹੀ ਵਾਲਾ ਸੀ ਤਾਂ ਇੱਕ ਔਰਤ ਉੱਥੋਂ ਲੰਘੀ। ਉਸ ਦਾ ਹੱਥ ਉਸ ਔਰਤ 'ਤੇ ਪੈ ਗਿਆ। ਉਹ ਜਾਣ ਚੁੱਕਾ ਸੀ ਕਿ ਇਹ ਉਸ ਦੀ ਰੂਹ ਦੀ ਖਾਣੀ ਹੀ ਸੀ। ਇਹ ਇਤਨੀ ਅਚਾਨਕ ਹੋ ਗਿਆ, ਇਸ ਲਈ ਉਸਨੇ ਉਸ ਨਾਲ ਵਿਆਹ ਕਰਵਾ ਲਿਆ। ਇਹ ਛੋਟੀ ਕਹਾਣੀ ਕਹਿੰਦੀ ਹੈ, ਜਦੋਂ ਉਹਨਾਂ ਦਾ ਵਿਆਹ ਹੋਇਆ ਤਾਂ ਇੱਕ ਵੱਡਾ ਤਿਉਹਾਰ ਮਨਾਇਆ ਗਿਆ। ਹੁਣ ਇਸ ਕਹਾਣੀ ਦਾ ਲੇਖਕ ਕਹਿੰਦਾ ਹੈ ਕਿ ਤਿਉਹਾਰ ਦੀ ਤਿਆਰੀ ਕੀਤੀ ਗਈ, ਸਾਰਾ ਖਾਣਾ ਮੇਜ਼ਾਂ 'ਤੇ ਰੱਖਿਆ ਗਿਆ, ਪਰ ਰੱਬ ਕਿੱਥੇ ਸੀ? ਰੱਬ ਬੇਸਮੈਂਟ ਵਿੱਚ ਸੀ। ਉਹ ਬਿਜਲੀ ਦੇ ਮੀਟਰਾਂ ਵੱਲ ਦੇਖ ਰਿਹਾ ਸੀ ਕਿ ਉਸਨੇ ਪਿਛਲੇ ਮਹੀਨੇ ਕਿੰਨੀ ਕੁ ਕਿਰਪਾ ਵੰਡੀ, ਕਿਉਂਕਿ ਲੇਖਕ ਕਹਿੰਦਾ ਹੈ, ਇਸ ਯੁੱਗ ਵਿੱਚ ਬਿਜਲੀ ਕਿਰਪਾ ਹੈ, ਕੋਈ ਅੰਤਰ ਨਹੀਂ ਹੈ। ਤੁਸੀਂ ਆਪਣੀ ਜ਼ਿੰਦਗੀ ਵਿੱਚ ਵਾਪਰ ਰਹੀਆਂ ਘਟਨਾਵਾਂ ਦੁਆਰਾ ਕਿਰਪਾ ਨੂੰ ਮਾਪ ਸਕਦੇ ਹੋ।
ਅਸੀਂ ਇੱਕ ਬਿਜਲੀ ਦੇ ਮੀਟਰ ਕੋਲ ਜਾ ਕੇ ਦੇਖ ਸਕਦੇ ਹਾਂ। ਇਸ ਲਈ ਪਰਮਾਤਮਾ ਪਿਛਲੇ ਮਹੀਨੇ ਵੰਡੀ ਗਈ ਕਿਰਪਾ ਨੂੰ ਮਾਪ ਰਿਹਾ ਸੀ, ਅਤੇ ਫਿਰ ਲੇਖਕ ਜਿਸ ਨੇ ਉਸ ਔਰਤ ਨਾਲ ਵਿਆਹ ਕੀਤਾ ਉਹ ਕਹਿੰਦਾ, ਮੈਂ ਉੱਥੇ ਖਲੋਤਾ ਸੀ, ਭੋਜਨ ਮੇਰੇ ਸਾਹਮਣੇ ਮੇਜ਼ 'ਤੇ ਪਿਆ ਸੀ, ਮੈਂ ਬੇਸਮੈਂਟ ਦੀਆਂ ਪੌੜੀਆਂ ਨੂੰ ਦੇਖ ਰਿਹਾ ਸੀ, ਮੈਂ ਪਰਮਾਤਮਾ ਨੂੰ ਬੇਸਮੈਂਟ ਵਿੱਚੋਂ ਵਾਪਸ ਆਉਂਦੇ ਦੇਖਿਆ ਅਤੇ ਮੈਨੂੰ ਲੱਗਿਆ ਕਿ ਉਹ ਮੇਰੇ ਪਿੱਛੇ ਸੀ। ਮੈਂ ਕਿਹਾ, ਉਹ ਪੂਰੀ ਤਰ੍ਹਾਂ ਮੇਰੇ ਨਾਲ ਹੈ, ਮੇਰੇ ਵਿਆਹ ਦਾ ਸਮਰਥਨ ਕਰ ਰਿਹਾ ਹੈ। ਇਸ ਲਈ ਮੈਂ ਉਸ ਨੂੰ ਇੱਕ ਤਿਰਛੀ ਨਜ਼ਰ ਨਾਲ ਦੇਖਿਆ, ਇਹ ਪਤਾ ਲਗਾਉਣ ਲਈ ਕਿ ਉਹ ਮੈਨੂੰ ਸਹਿਯੋਗ ਦੇਣ ਲਈ ਆਇਆ ਹੈ ਕਿ ਨਹੀਂ। ਮੈਂ ਚੌਂਕਿਆ, ਪਰਮਾਤਮਾ ਭੋਜਨ ਵੱਲ ਦੇਖ ਰਿਹਾ ਸੀ, ਸੋ ਉਹ ਖਾਣੇ ਨੂੰ ਅਸੀਸ ਦੇ ਰਿਹਾ ਸੀ। ਇਸ ਕਹਾਣੀ ਨਾਲ ਸਾਰੇ ਖਾਣੇ 'ਤੇ ਹੁਣ ਬਖਸ਼ਿਸ਼ ਪੈ ਗਈ ਹੈ, ਸੋ ਜਾਓ ਅਤੇ ਆਨੰਦ ਮਾਣੋ।